ਡਾਕਟਰ ਗੁਰਨਾਮ ਸਿੰਘ ਧੀਰ ਦੀ ਹਾਸ ਰਸ ਲੇਖਾਂ ਦੀ ਪੁਸਤਕ ਹੈ ਮੈਨੂੰ ਮੈਥੋਂ ਬਚਾਓ। ਇਹ ਪੁਸਤਕ ਸਮਰਪਣ ਕੀਤੀ ਹੈ ਸਾਇੰਸਦਾਨਾਂ, ਸਾਹਿਤਕਾਰਾਂ ਅਤੇ ਆਰਟਿਸਟਾਂ ਦੇ ਕਦਰਦਾਨ ਅਤੇ ਪੰਜਾਬੀਅਤ ਦੇ ਆਸ਼ਿਕ ਸਵਰਗੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ। ਪਹਿਲਾ ਲੇਖ, ਉਦੋਂ ਮੇਰੀ ਇੱਜ਼ਤ ਵੱਧਦੀ ਹੈ ਜਦੋਂ ਮੈਂ ਕਿਸੇ ਮਲੰਗ ਸਾਥੀ ਕੋਲੋਂ ਪੈਸੇ ਮੰਗਣ ਜਾਵਾਂ, ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸਾਰੇ ਜਾਣਦੇ ਹਨ ਕਿ ਜਦੋਂ ਮੇਰੇ ਪਾਸ ਪੈਸੇ ਹੁੰਦੇ ਹਨ ਤਾਂ ਮੈਂ ਸੜਕਾਂ 'ਤੇ ਸੁੱਟਦਾ ਫਿਰਦਾ ਹੁੰਦਾ। ਜੇ ਮੈਂ ਅੱਜ ਕਿਸੇ ਭੁੱਖੇ ਦੋਸਤ ਕੋਲੋਂ 10 ਰੁਪਏ ਉਧਾਰ ਲੈ ਆਇਆ ਹਾਂ ਤਾਂ ਕੱਲ੍ਹ ਨੂੰ 10 ਦੇ 20 ਉਹਦੀ ਜੇਬ 'ਚ ਪਾ ਆਵਾਂਗਾ। ਆਪਾਂ ਕਦੇ ਮਾਇਆ ਦਾ ਮੋਹ ਨਹੀਂ ਕੀਤਾ। ਚਾਚਾ ਜੀ ਕਿਹਾ ਕਰਦੇ ਸਨ, ਕੁੰਦਨਾ ਤੂੰ ਕੁੰਦਨ ਏ, ਸਮੇਂ ਦੀ ਅੱਗ ਤੋਂ ਨਾ ਡਰਿਆ ਕਰ, ਬਗੈਰ ਅੱਗਾ ਪਿੱਛਾ ਵੇਖਣ ਦੇ ਛਾਲ ਮਾਰ ਦਿਆ ਕਰ, ਹੌਲੀ ਹੌਲੀ ਸੱਚਮੁੱਚ ਦਾ ਕੁੰਦਨ ਹੋ ਜਾਏਗਾ। ਇਸ ਲਈ ਮੈਂ ਉਧਾਰ ਮੰਗਣ ਤੋਂ ਰੱਤੀ ਭਰ ਨਹੀਂ ਝਿਜਕਦਾ। ਮੈਨੂੰ ਪਤਾ ਹੋਵੇ ਸਹੀ ਵੀ ਅਗਲੇ ਦੀ ਜੇਬ 'ਚ ਪੈਸੇ ਹਨ, ਫਿਰ ਮੈਨੂੰ ਜੇਬ 'ਚੋਂ ਮਾਇਆ ਕਢਵਾਉਣੀ ਆਉਂਦੀ ਹੈ। ਮੈਂ ਉਧਾਰ ਨੂੰ ਮੁਹੱਬਤ ਦੀ ਕੈਂਚੀ ਨਹੀਂ ਸਮਝਦਾ। ਪੈਸੇ ਤਾਂ ਪੈਸੇ ਮੇਰੇ, ਜਦੋਂ ਘਰ 'ਚ ਆਟਾ ਮੁੱਕਿਆ ਹੋਵੇ ਮੈਂ ਬੜੀ ਆਨ ਸ਼ਾਨ ਨਾਲ ਆਟਾ ਮੰਗਣ ਚੜ੍ਹ ਜਾਂਦਾ ਹਾਂ, ਕੋਈ ਗਜ਼ਾ ਨਹੀਂ ਕਰਦਾ, ਮੈਂ ਕੋਈ ਮੰਗਤਾ ਥੋੜ੍ਹਾ। ਵਿਗੜਿਆ ਰਹੀ ਸਾਂ, ਮੈਂ ਤਾਂ ਆਟਾ ਉਧਾਰ ਲਿਆਉਂਦਾ ਉਧਾਰ, ਅਤੇ ਜਾਂਦਾ ਵੀ ਮੈਂ ਐਸੇ ਘਰੇ ਹਾਂ ਜਿੱਥੇ ਤੀਜੇ ਦਿਨ ਰੋਟੀ ਪੱਕਦੀ ਹੋਵੇ। ਆਟਾ ਉਧਾਰ ਮੰਗਣ ਨਾਲ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸਾਰੇ ਜਾਣਦੇ ਹਨ ਕਿ ਜਦੋਂ ਮੈਨੂੰ ਆਪਣੇ ਮੁਰੱਬਿਆਂ 'ਚੋਂ ਕਣਕ ਆਉਂਦੀ ਹੈ ਤਾਂ ਮੈਂ ਲੋਕਾਂ ਦੇ ਘਰ ਹੀ ਮੱਲੋ ਮੱਲੀ ਬੋਰੀਆਂ ਸੁੱਟ ਆਇਆ ਕਰਦਾ। ਮੈਂ ਰਿੱਝੀ ਪੱਕੀ ਦਾਲ ਵੀ ਮੰਗ ਲਿਆਉਂਦਾ, ਅਤੇ ਮੰਗਦਾ ਵੀ ਐਸੇ ਘਰੋਂ ਹਾਂ ਜਿਹੜੇ ਰਾਤ ਨੂੰ ਪਤੀਲਾ ਚੱਟ ਕੇ ਸੌਂਦੇ ਹੋ। ਉਹਨਾਂ ਦੇ ਘਰੋਂ ਦਾਲ ਮੰਗਣ 'ਚ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਇੱਕ ਆਲਮ ਜਾਣਦਾ ਹੈ ਕਿ ਜਦੋਂ ਮੈਨੂੰ ਆਪਣੇ ਪੋਲਟਰੀ ਫਾਰਮ ਦੇ ਤੋਂ ਮੁਰਗੇ ਦੇ ਅਤੇ ਆਂਡੇ ਆਉਂਦੇ ਹਨ ਤਾਂ ਮੈਂ ਇਹ ਵਸਤਾਂ ਲੋਕਾਂ ਦੇ ਘਰ ਸੁੱਟ ਆਉਂਦਾ ਹਾਂ। ਤੁਹਾਡੇ ਵਰਗਾ ਕੋਈ ਵਿਹਲੜ ਮਹਿਮਾਨ ਆ ਜਾਏ ਤਾਂ ਮੈਂ ਮੰਜਾ ਬਿਸਤਰਾ ਮੰਗਣ ਚੜ੍ਹ ਜਾਂਦਾ ਹਾਂ। ਮੈਂ ਐਸੇ ਘਰਾਂ 'ਚੋਂ ਜਾ ਕੇ ਮੰਜਾ ਮੰਗਦਾ ਜਿਨ੍ਹਾਂ ਦੀ ਟੁੱਟੀ ਮੰਜੀ ਹੋਣੀ ਵੀ ਨਾਮੁਮਕਿਨ ਜਾਪਦਾ। ਉਹ ਮੈਨੂੰ ਮੰਜਾ ਪੈਦਾ ਕਰਕੇ ਦਿੰਦੇ ਹਨ। ਮੰਜਾ ਬਿਸਤਰਾ ਮੰਗਣ ਨਾਲ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸਾਰੇ ਜਾਣਦੇ ਹਨ ਕਿ ਮੈਂ ਕਰਤਾਰਪੁਰੋਂ ਪਲੰਘਾਂ ਦਾ ਟਰੱਕ ਮੰਗਵਾਉਂਦਾ ਅਤੇ ਸਾਰੇ ਮੁਹੱਲੇ ਨੂੰ ਨਿਹਾਲ ਕਰ ਛੱਡਦਾ। ਅਤੇ ਜਦੋਂ ਮੈਂ ਕਿਸੇ ਘਟੀਆ ਕਿਸਮ ਦੇ ਸ਼ਰਾਬੀ ਨਾਲ ਬਹਿ ਕੇ ਸ਼ਰਾਬ ਪੀਂਦਾ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਨਸ਼ਾਬੰਦੀ ਵਾਲੇ ਵੀ ਜਾਣਦੇ ਹਨ ਕਿ ਬੇਟ 'ਚੋਂ ਮੈਨੂੰ ਡਰੰਮਾਂ ਦੇ ਡਰੰਮ ਸ਼ਰਾਬ ਦੇ ਆਉਂਦੇ ਹਨ ਅਤੇ ਮੈਂ ਬੋਤਲਾਂ ਦੀਆਂ ਬੋਤਲਾਂ ਵੰਡ ਸੁੱਟਦਾ ਅਤੇ ਮੈਂ ਵੱਡੇ ਵੱਡੇ ਸ਼ੇਖਾਂ ਦੇ ਮੂੰਹ ਆਪਣੀ ਤਾਰੀਫ ਸੁਣੀ ਹੈ। ਜਦੋਂ ਮੈਂ ਸ਼ਰਾਬ ਪੀ ਕੇ ਕਿਸੇ ਨਾਲੀ 'ਚ ਮੂੰਹ ਦੇ ਮੂੰਹ ਡਿੱਗ ਪਵਾਂ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸਾਰਾ ਸੰਸਾਰ ਜਾਣਦਾ ਕਿ ਮੈਂ ਅਮਨ ਦਾ ਪੁਜਾਰੀ ਹਾਂ। ਅਮਨ ਕਾਇਮ ਰੱਖਣ ਲਈ ਜੇ ਆਪਣੀ ਬੇਇੱਜ਼ਤੀ ਕਰਵਾ ਲਈ ਜਾਵੇ ਤਾਂ ਮਾਮੂਲੀ ਗੱਲ ਹੁੰਦੀ ਹੈ, ਐਸੀ ਬੇਇੱਜ਼ਤੀ ਨਾਲ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਜਦੋਂ ਮੇਰੇ ਖਿਲਾਫ ਅਖਬਾਰਾਂ 'ਚ ਖਬਰਾਂ ਅਤੇ ਲੇਖ ਛੱਪਣ 'ਤੇ ਸਾਰੇ ਰੌਲਾ ਪੈ ਜਾਏ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਦੁਨੀਆ ਭਰ ਦੇ ਸ਼ਰੀਫ ਆਦਮੀ ਕੁੰਦਨ ਦੀ ਸ਼ਰਾਫਤ ਤੋਂ ਵਾਕਫ ਹਨ। ਜਦੋਂ ਕਿਸੇ ਦੇ ਖਿਲਾਫ ਲਿਖਾਂ ਅਤੇ ਅਗਲਾ ਮੇਰੇ ਵਿਰੁੱਧ ਹੱਦ ਤੱਕ ਇੱਜ਼ਤ ਦਾ ਦਾਅਵਾ ਕਰਦੇ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸਾਰੇ ਵਕੀਲ ਇਸ ਭੇਦ ਤੋਂ ਵਾਕਫ ਹਨ ਕਿ ਕੁੰਦਨ ਇਸ ਚੀਜ਼ ਨੂੰ ਇੱਜ਼ਤ ਨਹੀਂ ਸਮਝਦਾ ਜਿਹਨੂੰ ਲੋਕ ਸਮਝਦੇ ਹਨ, ਅਤੇ ਨਾ ਉਸ ਚੀਜ਼ ਨੂੰ ਬੇਇੱਜ਼ਤੀ ਸਮਝਦਾ ਜਿਹਨੂੰ ਲੋਕ ਬੇਇੱਜ਼ਤੀ ਸਮਝਦੇ ਹਨ। ਕੁੰਦਨ ਕੁੰਦਨ ਹੈ ਅਤੇ ਉਹਦੀ ਹਰ ਮੈਦਾਨ 'ਚ ਇੱਜ਼ਤ ਵੱਧਦੀ ਹੁੰਦੀ ਹੈ, ਘਟਦੀ ਨਹੀਂ ਹੁੰਦੀ। ਜਦੋਂ ਮੇਰੀ ਵਹੁਟੀ ਮੇਰੇ ਨਾਲ ਲੜ ਕੇ ਆਪਣੀ ਪੇਕੀ ਚਲੀ ਜਾਵੇ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਵਹੁਟੀ ਦੇ ਚਲੇ ਜਾਣ ਪਿੱਛੋਂ ਲੜਾਈ ਮੁੱਕ ਜਾਂਦੀ ਹੈ। ਉਹ ਲੋਕ ਜਿਹੜੇ ਕੰਧਾਂ ਨੂੰ ਕੰਨ ਲਾ ਲਾ ਵਹੁਟੀ ਦੀਆਂ ਗੱਲਾਂ ਸੁਣਿਆ ਕਰਦੇ ਹਨ ਉਹਨਾਂ ਲਈ ਕਲਚਰਲ ਪ੍ਰੋਗਰਾਮ ਮੁੱਕ ਜਾਂਦਾ ਹੈ। ਇਸ ਚੁੱਪ ਚਾਪ ਦੀ ਵਾਯੂਮੰਡਲ 'ਚ ਹਵਾ ਸਾਡੇ ਹੱਕ 'ਚ ਵਗਦੀ ਹੈ। ਜਦੋਂ ਵਹੁਟੀ ਮੇਰੇ 'ਤੇ ਖਰਚੇ ਦਾ ਦਾਅਵਾ ਕਰ ਦੇ ਤਾਂ ਉਦੋਂ ਮੇਰੀ ਇੱਜ਼ਤ ਹੋਰ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸਾਰੇ ਉਹ ਲੋਕ ਜੋ ਇਮਾਨਦਾਰੀ ਅਤੇ ਭੁੱਖ ਨੂੰ ਚੰਗਾ ਸਮਝਦੇ ਹਨ ਉਹ ਮੇਰੇ ਨਾਲ ਹੋ ਜਾਂਦੇ ਹਨ। ਉਹ ਇਸ ਭੇਦ ਨੂੰ ਪਾ ਜਾਂਦੇ ਹਨ ਕਿ ਜੇ ਕੁੰਦਨ ਪਾਸ ਪੈਸਾ ਹੁੰਦਾ ਤਾਂ ਵਹੁਟੀ ਛੱਡ ਕੇ ਹੀ ਕਿਉਂ ਜਾਂਦੀ। ਇਸ ਲਈ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਜਦ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਹਾਂ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਕਿਉਂਕਿ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਕਿ ਸਾਡੀ ਆਸ਼ਕਾਨਾ ਤਬੀਅਤ ਕਿਸੇ ਦਾ ਬੁਰਾ ਨਹੀਂ ਕਰਦੀ। ਐਵੇਂ ਤਾਂ ਨਹੀਂ ਆਪਣਾ ਸਭ ਕੁਝ ਕੋਈ ਕਿਸੇ 'ਤੇ ਵਾਰ ਦਿੰਦਾ।
ਕੁਛ ਲੋਕ ਇਹ ਗੱਲ ਵੀ ਜਾਣਦੇ ਹਨ ਕਿ ਰਾਂਝੇ ਪੁੰਨੂ ਮਿਰਜ਼ੇ ਤੇ ਫਰਹਾਦ ਹੋਰਾਂ ਦੀਆਂ ਰੂਹਾਂ ਰਾਤ ਨੂੰ ਸਿਰਫ ਸਾਨੂੰ ਹੀ ਦਿਸਦੀਆਂ ਹਨ, ਹੋਰ ਕਿਸੇ ਨੂੰ ਨਹੀਂ। ਜਦੋਂ ਮੈਂ ਨਗਰ ਸਭਾ ਦੀ ਚੋਣ 'ਚ ਖੜਾ ਹੋ ਕੇ ਹਾਰਦਾ ਹਾਂ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ ਘੱਟਦੀ ਨਹੀਂ, ਕਿਉਂਕਿ ਸਾਰੇ ਜਾਣਦੇ ਹਨ ਕਿ ਮੇਰਾ ਰੁਤਬਾ ਮਿਊਂਸੀਪਲ ਕਮਿਸ਼ਨਰਾਂ ਨਾਲੋਂ ਕਿਤੇ ਵੱਡਾ ਹੈ। ਦੂਜੀ ਗੱਲ ਇਹ ਕਿ ਮੇਰੀ ਹਾਰ ਇੱਕ ਤਰ੍ਹਾਂ ਅਸੂਲ ਦੀ ਜਿੱਤ ਸਮਝੀ ਜਾਂਦੀ ਹੈ। ਜੇ ਮੈਂ ਜਿੱਤ ਜਾਂਦਾ ਤਾਂ ਇਹ ਅਸੂਲ ਦੀ ਹਾਰ ਬਰਾਬਰ ਗਿਣੀ ਜਾਣੀ ਸੀ। ਇਸ ਲਈ ਜਦੋਂ ਮੇਰੀ ਜ਼ਮਾਨਤ ਜ਼ਬਤ ਹੁੰਦੀ ਹੈ ਤਾਂ ਉਦੋਂ ਮੇਰੀ ਹੋਰ ਵੀ ਮੇਰੀ ਇੱਜ਼ਤ ਵੱਧਦੀ ਹੈ, ਘੱਟਦੀ ਨਹੀਂ। ਕਿਉਂ? ਜਨਤਾ ਜਾਣਦੀ ਹੈ ਕਿ ਜ਼ਮਾਨਤ ਜਿੰਨੇ ਪੈਸੇ ਤਾਂ ਮੈਂ ਅੱਖ ਦੇ ਫੋਰ 'ਚ ਇਕੱਠੇ ਕਰ ਸਕਦਾ। ਜਦੋਂ ਕਰਜ਼ਾ ਲੈਣ ਵਾਲੇ ਲੋਕ ਮੇਰੇ 'ਤੇ ਦਾਅਵਾ ਕਰਦੇ ਹਨ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘੱਟਦੀ ਨਹੀਂ। ਕਿਉਂਕਿ ਅਦਾਲਤਾਂ ਜਾਣਦੀਆਂ ਹਨ ਕਿ ਕੁੰਦਨ ਥੋੜ੍ਹੀ ਕਿਤੇ ਕਚਹਿਰੀ ਨਹੀਂ ਚੜ੍ਹਦਾ। ਅਤੇ ਜਦੋਂ ਮੈਂ ਕਿਸੇ ਅਦਾਲਤ ਵਿੱਚ ਝੂਠੀ ਗਵਾਹੀ ਦੇਣ ਜਾਵਾਂ ਉਦੋਂ ਵੀ ਮੇਰੀ ਇੱਜ਼ਤ ਵੱਧਦੀ ਹੈ, ਘੱਟਦੀ ਨਹੀਂ। ਕਿਉਂਕਿ ਜਾਣਨ ਵਾਲੇ ਜਾਣਦੇ ਹਨ ਕਿ ਮੈਂ ਝੂਠ ਕਿਸੇ ਪਰਉਪਕਾਰ ਕਰਕੇ ਮਾਰਦਾ ਹੋਵਾਂਗਾ, ਸ਼ੁਗਲ ਵਜੋਂ ਨਹੀਂ। ਜਦੋਂ ਕਿਸੇ ਅਦਾਲਤ ਵਿੱਚੋਂ ਮੇਰੇ ਖਿਲਾਫ ਡਿਗਰੀ ਹੋ ਜਾਂਦੀ ਹੈ ਤਾਂ ਉਦੋਂ ਮੇਰੀ ਇੱਜ਼ਤ ਦਾ ਝੰਡਾ ਹੋਰ ਉੱਚਾ ਹੁੰਦਾ, ਥੱਲੇ ਨਹੀਂ ਡਿੱਗਦਾ। ਕਿਉਂਕਿ ਕੁਰਕੀਆਂ ਕਰਨ ਵਾਲੇ ਲੋਕ ਜਾਣਦੇ ਹਨ ਕਿ ਇਹੋ ਜਿਹੀਆਂ ਡਿਗਰੀਆਂ ਤਾਰਨੀਆਂ ਹੋਣ ਤਾਂ ਮੈਂ ਫੋਰਾ ਲਾਉਂਦਾ। ਜਦੋਂ ਮੈਂ ਜੂਆ ਖੇਡਦਾ ਹੋਇਆ ਹਰ ਚੀਜ਼ ਵਾਰ ਜਾਵਾਂ ਤਾਂ ਉਦੋਂ ਮੇਰੀ ਇੱਜ਼ਤ ਹੋਰ ਵੱਧਦੀ ਹੈ, ਘੱਟਦੀ ਨਹੀਂ। ਕਿਉਂਕਿ ਜੁਆਰੀਏ ਵੀ ਜਾਣਦੇ ਹਨ ਕਿ ਮੈਂ ਉਹਨਾਂ ਲਈ ਅਸਾਮੀ ਹਾਂ। ਮਾਲ ਤਾਰਨ 'ਚ ਦੇਰ ਹੋ ਸਕਦੀ ਹੈ, ਹਨੇਰ ਨਹੀਂ ਹੋ ਸਕਦਾ। ਜਦੋਂ ਮੈਂ ਕਿਸੇ ਦੀ ਅਮਾਨਤ ਵਿੱਚ ਖਿਆਨਤ ਕਰਾਂ ਤਾਂ ਉਦੋਂ ਮੇਰੀ ਇੱਜ਼ਤ ਹੋਰ ਵੱਧਦੀ ਹੈ, ਘੱਟਦੀ ਨਹੀਂ। ਕਿਉਂਕਿ ਸੁਣਨ ਵਾਲੇ ਤਾੜ ਜਾਂਦੇ ਹਨ ਕਿ ਕੁੰਦਰ ਨੇ ਕਿਸੇ ਖਾਸ ਕਾਰਨ ਕਰਕੇ ਹੀ ਮਾਲ ਹਾਜ਼ਮ ਕੀਤਾ ਹੋਣਾ, ਬਿਨਾਂ ਵਜ੍ਹਾ ਇਹ ਐਸਾ ਨਹੀਂ ਕਰ ਸਕਦਾ। ਅਤੇ ਜਦੋਂ ਮੈਨੂੰ ਕਿਸੇ ਜੁਰਮ ਪਿੱਛੇ ਕੈਦ ਬੋਲ ਜਾਏ ਤਾਂ ਉਦੋਂ ਮੇਰੀ ਇੱਜ਼ਤ ਵੱਧਦੀ ਹੈ, ਘੱਟਦੀ ਨਹੀਂ। ਕਿਉਂਕਿ ਜੇਲ੍ਹਾਂ 'ਚ ਜਣਾ ਗਣਾ ਨਹੀਂ ਜਾ ਸਕਦਾ, ਜੇਲ੍ਹਾਂ 'ਚ ਤਗੜੇ ਗੁਰਦੇ ਵਾਲੇ ਲੋਕ ਹੀ ਜਾ ਸਕਦੇ ਹੈ। ਬੁਜ਼ਦਿਲ ਸਦਾ ਜੇਲ੍ਹ ਤੋਂ ਨੱਠਦੇ ਹਨ, ਸੂਰਮੇ ਦੀ ਹਮੇਸ਼ਾ ਇੱਕ ਲੱਤ ਜੇਲ੍ਹ ਵਿੱਚ ਅਤੇ ਇੱਕ ਬਾਹਰ ਹੁੰਦੀ ਹੈ। ਜੇਲ੍ਹ ਯਾਤਰਾ ਨਾਲ ਬੰਦੇ ਦੀ ਸ਼ਖਸੀਅਤ ਦਾ ਹਮੇਸ਼ਾ ਮੁੱਲ ਵੱਧਦਾ, ਘੱਟਦਾ ਬਿਲਕੁਲ ਨਹੀਂ। ਮੈਂ ਅਮੀਰਾਂ ਅਤੇ ਅਮੀਰੀ ਨੂੰ ਟਿੱਚ ਸਮਝਦਾ, ਇਸੇ ਕਰਕੇ ਤਾਂ ਮੈਂ ਉਹਨਾਂ ਦੀ ਕਿਸੇ ਮੌਤ ਵੇਲੇ ਮਕਾਨ ਵੀ ਨਹੀਂ ਜਾਂਦਾ। ਗਰੀਬਾਂ ਅੱਗੇ ਹੱਥ ਅੱਡਣ ਨੂੰ ਮੈਂ ਆਪਣੀ ਸ਼ਾਨ ਸਮਝਦਾ, ਆਪਣੀ ਆਨ ਸਮਝਦਾ, ਆਪਣਾ ਮਾਣ ਸਮਝਦਾ, ਗੌਰਵ ਸਮਝਦਾ। ਹੋਰ ਤਾਂ ਹੋਰ, ਉਹਨਾਂ ਲਈ ਵੀ ਉਹ ਭਾਗਾਂ ਵਾਲਾ ਦਿਨ ਹੁੰਦਾ ਹੈ ਜਦੋਂ ਮੈਂ ਕਿਸੇ ਗੱਲ ਪਿੱਛੇ ਕਿਸੇ ਅੱਤ ਗਰੀਬ ਬੰਦੇ ਨੂੰ ਜਾ ਕੇ ਉਲਟਾ ਧੰਨਵਾਦੀ ਬਣਾਉਂਦਾ ਹਾਂ। ਜਦੋਂ ਗਰੀਬ ਹੱਸ ਕੇ ਕੋਈ ਚੀਜ਼ ਮੈਨੂੰ ਦਿੰਦਾ ਹੈ ਤਾਂ ਉਦੋਂ ਕੁੰਦਨ ਇੱਜ਼ਤ ਅਤੇ ਮਾਣ ਨਾਲ ਫੁੱਲਿਆ ਨਹੀਂ ਸਮਾਉਂਦਾ। ਧੰਨਵਾਦ। ਅਨੋਖਾ ਦੁਨੀਆਦਾਰ ਅਗਲਾ ਲੇਖ ਹੈ। ਚੰਗੀ ਚੀਜ਼ ਹੈ, ਦੋ ਪੈਗ ਲਏ ਅਤੇ ਘੁਮਾਟੇ ਆਉਣ ਲੱਗੇ। ਅੱਗੇ ਇੱਕ ਦਿਨ ਮੈਂ ਅੱਧੀ ਬੋਤਲ ਪੀ ਗਿਆ ਪਰ ਕੋਈ ਨਸ਼ਾ ਨਾ ਚੜ੍ਹਿਆ। ਵੇਖਿਆ ਜਾਏ ਤਾਂ ਸ਼ਰਾਬ ਨੋਸ਼ੀ ਕੋਈ ਚੰਗੀ ਆਦਤ ਨਹੀਂ, ਪਰ ਕਦੇ ਕਦਾਈ ਥੋੜ੍ਹਾ ਬਹੁਤ ਗਮ ਦੂਰ ਕਰਨ ਲਈ ਜਾਂ ਮਾੜੀ ਮੋਟੀ ਖੁਸ਼ੀ ਮਨਾਉਣ ਲਈ, ਵਿਆਹ ਸ਼ਾਦੀ ਦੇ ਸਿਲਸਿਲੇ ਵਿੱਚ ਸੋਸਾਇਟੀ ਵਜੋਂ ਗਰਮੀ ਸਰਦੀ ਕਰਕੇ ਜਾਂ ਤਬੀਅਤ ਖਰਾਬ ਹੋਣ ਕਰਕੇ ਥੋੜ੍ਹੀ ਬਹੁਤ ਪੀ ਲਈ ਜਾਏ ਤਾਂ ਕੋਈ ਹਰਜ਼ ਨਹੀਂ। ਅੱਜ ਤਾਂ ਮੁਰਗਾ ਵੀ ਅੱਛਾ ਬਣਿਆ, ਉਸ ਦਿਨ ਤਾਂ ਨਿਰੀ ਰਬੜ ਜਿਹੀ ਸੀ, ਨਾ ਦੰਦਾਂ ਨਾਲ ਟੁੱਟੇ ਨਾ ਸੁੱਟਣ ਨੂੰ ਜੀ ਕਰੇ। ਪਿਤਾ ਜੀ ਕਿਹਾ ਕਰਦੇ ਸਨ ਸ਼ਰਾਬੀ ਕਬਾਬੀ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ, ਸੋ ਆਪਾਂ ਉਹਨਾਂ ਦੀ ਸਿੱਖਿਆ ਅਨੁਸਾਰ ਚੱਲਦੇ ਪਏ ਹਾਂ। ਸ਼ਰਾਬ ਨਾ ਮਾਸ ਕੋਈ ਐਬ ਨਹੀਂ ਰੱਖਿਆ। ਮੈਂ 10 ਸਾਲ ਬੀਮਾ ਏਜੰਸੀ ਦਾ ਕੰਮ ਕੀਤਾ, ਕਿੰਨੇ ਲੋਕਾਂ ਨੇ ਮੈਨੂੰ ਵੇਖਦੇ ਸਾਰੇ ਬੂਹੇ ਬੰਦ ਕਰ ਲਿਆ ਕਰਨੇ। ਕਈਆਂ ਨੇ ਧੱਕੇ ਵੀ ਮਾਰਨੇ, ਕਈਆਂ ਨੇ ਗਾਲਾਂ ਵੀ ਕੱਢਣੀਆਂ, ਇੱਕ ਨੇ ਮੇਰੇ ਮਗਰ ਆਪਣਾ ਕੁੱਤਾ ਪਾ ਦਿੱਤਾ, ਇੱਕ ਨੇ ਚੁਬਾਰੇ 'ਚੋਂ ਚੁੱਕ ਕੇ ਮੈਨੂੰ ਥੱਲੇ ਭਗਾ ਮਾਰਿਆ, ਇੱਕ ਹੋਰ ਬੰਦੇ ਨੇ ਮੇਰੀ ਪੱਗ ਲਾ ਸੁੱਟੀ। ਪਰ ਯਕੀਨ ਜਾਣੋ ਜੀ, ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਮੇਰੀ ਹੱਦ ਤੱਕ ਕਰ ਸਕੇ। ਚਲੋ ਇੱਜ਼ਤ ਤਾਂ ਬਚ ਗਈ। ਮੈਂ ਆਟੇ ਪਿੱਛੇ ਲਾਲਾ ਹਲਦੀ ਰਾਮ ਅੱਗੇ ਹੱਥ ਜੋੜੇ, ਉਹਦੇ ਪੈਰ ਪਕੜੇ, ਉਹਨੂੰ ਇਹ ਵੀ ਕਿਹਾ ਕਿ ਉਹ ਸ਼ਹਿਰ ਦਾ ਸਭ ਤੋਂ ਵੱਡਾ ਸੇਠ ਹੈ। ਉਹਦੇ ਕਾਲੇ ਰੰਗ ਦੀ ਮੁਨਾਸਿਬ ਤਾਰੀਫ ਕੀਤੀ, ਪਰ ਆਪਾਂ ਮਨ 'ਚ ਫੈਸਲਾ ਕੀਤਾ ਹੋਇਆ ਸੀ ਕਿ ਭਾਵੇਂ ਸਾਰਾ ਟੱਬਰ ਭੁੱਖਾ ਮਰ ਜਾਏ, ਕਿਸੇ ਅੱਗੇ ਝੋਲੀ ਨਹੀਂ ਅੱਡਣੀ। ਮੇਰੀ ਵਹੁਟੀ ਇੱਕ ਦਿਨ ਮੈਨੂੰ ਕਹਿਣ ਲੱਗੀ, ਤੂੰ ਨਖੱਟੂ ਏ, ਤੇਰੇ ਨਾਲੋਂ ਤਾਂ ਕਿਸੇ ਮੰਗਤੇ ਨਾਲ ਵਿਆਹੀ ਜਾਂਦੀ ਤਦ ਵੀ ਗੁਜ਼ਾਰਾ ਹੋ ਜਾਂਦਾ। ਮੇਰੇ ਕੋਲ ਕੋਈ ਢੁੱਕਵਾਂ ਜਵਾਬ ਨਹੀਂ ਸੀ, ਮੈਂ ਲੱਗਦੇ ਹੱਥ ਉਹਦੇ ਦੋ ਜੜ ਦਿੱਤੀਆਂ। ਉਹਨੂੰ ਰੋਂਦਿਆਂ ਵੇਖ ਕੇ ਦੋ ਬੱਚੇ ਰੋਣ ਲੱਗ ਪਏ।
ਮੈਂ ਕੜਕੇ ਕਿਹਾ, ਕਰਦੇ ਹੋ ਚੁੱਪ ਕੇ ਦਿਆਂ ਸੰਗ 'ਚ ਘੋਟਣਾ। ਉਹ ਫਿਰ ਵੀ ਚੁੱਪ ਨਾ ਕੀਤੇ। ਅਖੀਰ ਮੈਂ ਦੋ ਦੋ ਉਹਨਾਂ ਦੇ ਵੀ ਧਰ ਦਿੱਤੀਆਂ। ਪਰ ਇਹ ਇੱਕ ਅਸਲੀਅਤ ਹੈ ਕਿ ਆਪਾਂ ਨੂੰ ਕਦੇ ਕਿਸੇ 'ਤੇ ਗੁੱਸਾ ਨਹੀਂ ਆਇਆ। ਦੁਨੀਆ ਵਿੱਚ ਦੋ ਹੀ ਕਿਸਮ ਦੇ ਬੰਦੇ ਹਨ, ਉਧਾਰ ਲੈਣ ਵਾਲੇ ਅਤੇ ਉਧਾਰ ਦੇਣ ਵਾਲੇ। ਉਹ ਕਿਹੜਾ ਦੁਨੀਆਦਾਰ ਹੈ ਜਿਹਨੇ ਕਿਸੇ ਦਾ ਉਧਾਰ ਸੁਧਾਰ ਨਹੀਂ ਦੇਣਾ ਹੁੰਦਾ? ਮੈਨੂੰ ਵੀ 40-50 ਬੰਦਿਆਂ ਕੋਲੋਂ ਵੇਲੇ ਕੁ ਵੇਲੇ ਪੈਸਾ ਧੇਲਾ ਫੜਨਾ ਪੈਂਦਾ ਹੈ। ਪਰਸੋਂ ਮੈਂ ਮਹਿਸੂਸ ਕੀਤਾ ਕਿ ਜਿੰਨੇ ਲੋਕ ਉਧਾਰ ਲੈਂਦੇ ਹਨ, ਉਹਨਾਂ ਵਿੱਚੋਂ ਉਧਾਰ ਦੇਣ ਵਾਲੇ ਸਭ ਤੋਂ ਵੱਧ ਮੇਰੀ ਇੱਜ਼ਤ ਕਰਦੇ ਹਨ। ਲਾਲਾ ਕਿਰਪਾ ਰਾਮ ਨੂੰ ਮੈਂ ਕਿਹਾ, ਲਾਲਾ ਜੀ 100 ਰੁਪਇਆ ਚਾਹੀਦਾ ਸੀ। ਲਾਲਾ ਜੀ ਮੇਰੀ ਗੱਲ ਸੁਣ ਕੇ ਬੜੇ ਕੱਚੇ ਹੋਏ। ਕਦੇ ਕਦੇ ਵੱਡੇ ਆਦਮੀਆਂ ਦਾ ਵੀ ਹੱਥ ਤੰਗ ਹੋ ਜਾਂਦਾ ਹੈ। ਬੜੀ ਅਧੀਨਗੀ ਨਾਲ ਕਹਿਣ ਲੱਗੇ, ਦੁਨੀਆਦਾਰ ਜੀ ਮਾਫ਼ ਕਰਨਾ, ਪੈਸੇ ਹੁੰਦੇ ਤਾਂ ਜ਼ਰੂਰ ਦੇ ਦਿੰਦਾ। ਮੈਂ ਕਿਹਾ, ਚਲੋ ਲਾਲਾ ਜੀ ਤੁਸੀਂ ਕਿਹੜਾ ਨਿੱਤ ਕਹਿਣਾ ਹੈ, ਮਾਫ਼ ਕਰਨਾ ਤਾਂ ਮਾਫ਼ ਕਰਨਾ ਹੀ ਸਹੀ। ਸੋ ਜੀ ਉਧਾਰ ਦੀ ਆਦਤ ਨਹੀਂ ਰੱਖੀ, ਮਿਲ ਜਾਏ ਤਾਂ ਵਾਹ ਭਲੀ, ਨਹੀਂ ਤਾਂ ਪਰਵਾਹ ਨਹੀਂ ਕਰੀਦੀ। ਲਾਲਾ ਬਿਸ਼ਨਾ ਮੱਲ ਦੇ ਲੜਕੇ ਦਾ ਵਿਆਹ ਸੀ। ਉਹਨਾਂ ਬੜੀਆਂ ਮਿੰਨਤਾਂ ਕੀਤੀਆਂ ਕਿ ਜੰਜ ਨਾਲ ਚੱਲੋ। ਮੈਂ ਚਲਾ ਗਿਆ। ਸਵਾਗਤ ਕਮੇਟੀ 'ਚੋਂ ਇੱਕ ਬੰਦਾ ਪਹਿਲਾਂ ਹੀ ਮੈਨੂੰ ਜਾਣਦਾ ਸੀ, ਉਹਨੇ ਸਾਰੀ ਜੰਜ 'ਚੋਂ ਮੈਨੂੰ ਨਮਸਤੇ ਕੀਤੀ। ਫਿਰ ਬਾਕੀ ਦੇ ਬੰਦੇ ਮੇਰੇ ਨਾਲ ਮਿਲਾਏ। ਮੈਂ ਲੜਕੀ ਵਾਲਿਆਂ ਨੂੰ ਕਿਹਾ, ਮੈਂ ਤਾਂ ਰਾਜਿਆਂ ਮਹਾਰਾਜਿਆਂ ਦੀਆਂ ਜੰਜਾਂ ਚੜ੍ਹਿਆ ਕਰਦਾ ਸਾਂ, ਪਰ ਲਾਲਾ ਜੀ ਨਾਲ ਆਪਣਾ ਪ੍ਰੇਮ ਹੈ। ਜਿਸ ਜੰਜ ਵੀ ਮੈਂ ਗਿਆ, ਲੜਕੀ ਵਾਲਿਆਂ ਨੇ ਮੈਨੂੰ ਦੁਸ਼ਾਲੇ ਅਤੇ ਸੋਨੇ ਦੀਆਂ ਨਗਾਂ ਜੜੀਆਂ ਛਾਪਾਂ ਪਾਈਆਂ। ਜਿੰਨੇ ਦਿਨ ਜੰਜ ਨੇ ਰਹਿਣਾ, ਲੜਕੀ ਵਾਲਿਆਂ ਨੇ ਮੇਰੇ ਸਾਹਮਣੇ ਖੜ੍ਹੇ ਰਹਿਣਾ। ਮੈਂ ਸੁੱਤੇ ਪਿਆਂ ਵੀ ਕੋਈ ਚੀਜ਼ ਮੰਗਣੀ ਤਾਂ ਉਹਨਾਂ ਨੇ ਹੱਥ ਜੋੜ ਕੇ ਪੇਸ਼ ਕਰਨੀ ਅਤੇ ਕਹਿਣਾ, ਬਾਦਸ਼ਾਹ ਤੁਹਾਡੇ ਆਉਣ ਨਾਲ ਸਾਡਾ ਸਿਰ ਉੱਚਾ ਹੋਇਆ। ਮੇਰੇ ਸਦਕੇ ਕਿਸੇ ਦੀ ਕਿੰਨੀ ਇੱਜ਼ਤ ਵਧੇ, ਕਿੰਨਾ ਕਿਸੇ ਦਾ ਫਾਇਦਾ ਹੋ ਜਾਏ, ਕਿੰਨਾ ਕੋਈ ਉੱਚਾ ਚੜ੍ਹ ਜਾਏ, ਕਿੰਨੇ ਕੋਈ ਮੇਰੇ ਸੋਹਲੇ ਗਾਉਂਦਾ ਫਿਰੇ। ਪਰ ਆਪਣਾ ਸੁਭਾਅ ਹੈ ਕਿ ਆਪਾਂ ਆਪਣੀ ਆਪਣੇ ਮੂੰਹ ਕਦੇ ਵਡਿਆਈ ਨਹੀਂ ਕੀਤੀ। ਕਈ ਵਾਰ ਇੱਕ ਪੈਸੇ ਦੇ ਨਫੇ ਨੁਕਸਾਨ ਪਿੱਛੇ ਮੈਂ ਲੜਾਈ ਕੀਤੀ ਹੋਏਗੀ, ਵੱਡੇ ਵੱਡੇ ਬਜ਼ੁਰਗਾਂ ਨੂੰ ਗਾਲਾਂ ਵੀ ਕੱਢੀਆਂ ਹੋਣਗੀਆਂ, ਦੂਜਿਆਂ ਦੇ ਮਜ਼ਹਬੀ ਆਗੂਆਂ ਦੀ ਸ਼ਾਨ 'ਚ ਗੁਸਤਾਖੀ ਵੀ ਕੀਤੀ ਹੋਏਗੀ, ਪਰਾਇਆ ਹੱਕ ਵੀ ਮਾਰਿਆ ਹੋਏਗਾ, ਲੋਕਾਂ ਨੂੰ ਚੁਗਲੀ ਨਿੰਦਿਆ ਕਰਕੇ ਆਪੋ ਵਿੱਚ ਲੜਾਇਆ ਵੀ ਹੋਏਗਾ, ਬੇਗੁਨਾਹਾਂ ਵਿਰੁੱਧ ਝੂਠੀਆਂ ਗਵਾਹੀਆਂ ਵੀ ਦਿੱਤੀਆਂ ਹੋਣਗੀਆਂ, ਮਾੜੀ ਮੋਟੀ ਯਥਾ ਸ਼ਕਤ ਬਦਮਾਸ਼ੀ ਵੀ ਕੀਤੀ ਹੋਏਗੀ, ਕਈਆਂ ਦੇ ਢਿੱਡ 'ਚ ਲੱਤ ਮਾਰੀ ਹੋਏਗੀ, ਮੰਦਰਾਂ ਅਤੇ ਗੁਰਦੁਆਰਿਆਂ ਵਿੱਚੋਂ ਲੋੜ ਪੈਣ 'ਤੇ ਚੀਜ਼ਾਂ ਵੀ ਚੁੱਕੀਆਂ ਹੋਣਗੀਆਂ, ਉਧਾਰ ਲੈ ਕੇ ਮੁੱਕਰੇ ਵੀ ਹੋਵਾਂਗੇ। ਆਪਣੇ ਮਾੜੇ ਮੋਟੇ ਲਾਹੇ ਲਈ ਦੂਜਿਆਂ ਦਾ ਵੱਡੇ ਤੋਂ ਵੱਡਾ ਨੁਕਸਾਨ ਵੀ ਕੀਤਾ ਹੋਏਗਾ। ਜਿਹੜੀ ਨੀਚਤਾ ਸੋਚੀ ਵੀ ਨਾ ਜਾ ਸਕਦੀ ਹੋਵੇ ਕੀਤੀ ਹੋਏਗੀ, ਪਰ ਯਕੀਨ ਜਾਣੋ ਆਪਣੇ ਹੱਥੋਂ ਇਨਸਾਨੀਅਤ ਨਹੀਂ ਜਾਣ ਦਿੱਤੀ। ਨੈਕਸਟ, ਆਪਣੇ ਘਰ ਬੈਠ ਕੇ ਬੰਦਾ ਜਿਸ ਤਰ੍ਹਾਂ ਮਰਜ਼ੀ ਖਾਵੇ ਪੀਵੇ, ਪਰ ਅਗਲੇ ਦੇ ਘਰ ਜਾ ਕੇ ਕਾਫੀ ਸੰਕੋਚ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਮੈਂ ਜਦੋਂ ਕਿਸੇ ਦੇ ਘਰ ਜਾਂਦਾ ਤਾਂ ਸਪਸ਼ਟ ਕਹਿ ਦਿੰਦਾ, ਵੇਖੋ ਜੀ ਘਰ ਮੈਂ ਚਿਕਨ ਬਿਨਾਂ ਰੋਟੀ ਨਹੀਂ ਖਾਂਦਾ, ਸੂਪ ਬਿਨਾਂ ਰੋਟੀ ਸ਼ੁਰੂ ਨਹੀਂ ਕਰਦਾ, ਘੁੱਟ ਪੀਤੇ ਬਿਨਾਂ ਸੂਪ ਨੂੰ ਹੱਥ ਨਹੀਂ ਲਾਉਂਦਾ, ਫਲਾਹਾਰੀ ਵੀ ਹਾਂ ਅਤੇ ਕੜਾਹ ਪ੍ਰਸ਼ਾਦ ਹਾਰੀ ਵੀ, ਪਰ ਅੱਜ ਤੁਸੀਂ ਮੈਨੂੰ ਪਵਨਹਾਰੀ ਸਮਝੋ, ਕਿਉਂਕਿ ਬੇਗਾਨੇ ਥਾਂ ਜਾ ਕੇ ਮੰਗ ਕੇ ਕਦੇ ਖਾਣਾ ਨਹੀਂ ਖਾਧਾ। ਮੈਨੂੰ ਪਤਾ ਲੱਗਾ ਕਿ ਮੰਗਲਦਾਸ ਦੀ ਅਲਮਾਰੀ 'ਚ ਵਿਸਕੀ ਦੀ ਬੋਤਲ ਹੈ। ਮੈਂ ਉਹਨੂੰ ਕਿਹਾ, ਮੰਗਲਾ ਅਲਮਾਰੀ ਖੋਲ੍ਹ। ਉਹਨੇ ਅਲਮਾਰੀ ਖੋਲ੍ਹੀ। ਮੈਂ ਕਿਹਾ, ਇਸ 'ਚ ਬੋਤਲ ਕੱਢ। ਉਹਨੇ ਬੋਤਲ ਕੱਢੀ। ਮੈਂ ਕਿਹਾ, ਮੇਰੇ ਲਈ ਅੱਧਾ ਗਲਾਸ ਭਰ ਦੇ। ਉਹਨੇ ਅੱਧਾ ਗਲਾਸ ਵਿਸਕੀ ਦਾ ਭਰ ਦਿੱਤਾ। ਮੈਂ ਕਿਹਾ, ਇਹਨੂੰ ਚੁੱਕ ਕੇ ਮੇਰੇ ਮੂੰਹ ਨਾਲ ਲਾ ਦੇ। ਉਹ ਕਹਿਣ ਲੱਗਾ, ਤੁਸੀਂ ਆਪ ਕਿਉਂ ਨਹੀਂ ਚੁੱਕ ਕੇ ਪੀ ਲੈਂਦੇ? ਮੈਂ ਕਿਹਾ, ਮੈਂ ਸਹੁੰ ਪਾਈ ਹੈ ਕਿ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ। ਨੈਕਸਟ, ਮੇਰੀ ਪਤਨੀ ਇੱਕ ਦਿਨ ਇਸ ਗੱਲ 'ਤੇ ਲੜ ਪਈ ਕਿ ਮੇਰੀ ਜੇਬ ਵਿੱਚੋਂ ਕਿਸੇ ਦਾ ਲਵ ਲੈਟਰ ਨਿਕਲਿਆ ਸੀ। ਜਿਸ ਦਾ ਲਵ ਲੈਟਰ ਸੀ ਉਹਦੀ ਜੇਬ ਦੀ ਤਲਾਸ਼ੀ ਲਈ ਜਾਂਦੀ ਤਾਂ ਉਸ ਵਿੱਚੋਂ ਮੇਰੇ ਲਿਖੇ 100 ਲਵ ਲੈਟਰ ਨਿਕਲਣੇ ਸਨ, ਕਿਉਂਕਿ ਆਪਾਂ ਤਾਂ ਭਾਰਤੀ ਦੁਨੀਆਦਾਰਾਂ ਵਾਂਗ ਇਸ ਤਰ੍ਹਾਂ ਦੀ ਲਵ ਨੂੰ ਬੁਰਾ ਨਹੀਂ ਸਮਝਦੇ। ਵਿਆਹ ਮੈਂ ਦਮਿਅੰਤੀ ਨਾਲ ਕਰਵਾਇਆ, ਪਰ ਪਿਆਰ ਮੈਂ ਸ਼ਕੁੰਤਲਾ ਨੂੰ ਕਰਦਾ। ਮੈਂ ਦਮਿਅੰਤੀ ਨੂੰ ਕਿਹਾ, ਸ਼੍ਰੀਮਤੀ ਇਹ ਠੀਕ ਹੈ ਕਿ ਮੈਂ ਸ਼ਕੁੰਤਲਾ ਨੂੰ ਆਪਣੀ ਪਤਨੀ ਅਤੇ ਤੈਨੂੰ ਆਪਣੀ ਦੁਸ਼ਮਣ ਸਮਝਦਾ, ਪਰ ਤੂੰ ਨਿਸ਼ਚਾ ਰੱਖ, ਆਪਾਂ ਵਫਾਦਾਰੀ 'ਚ ਫਰਕ ਨਹੀਂ ਆਉਣ ਦਿੱਤਾ। ਨੈਕਸਟ, ਮੈਨੂੰ ਇੱਕ ਵੱਡੀ ਫਰਮ ਵਿੱਚ ਮੈਨੇਜਰ ਲਾਉਣ ਲੱਗੇ। ਉਹਨਾਂ ਨੂੰ ਮੇਰੇ ਨਾਲੋਂ ਵਧੀਆ ਮੈਨੇਜਰ ਜੁੜ ਵੀ ਨਹੀਂ ਸਕਦਾ ਸੀ।
पर किसी ने मेरे चार्ज लैन तो पहले ही शिकायत कर दी कि मिस्टर दुनियादार माड़ी मोटी बेईमानी नूं मामूली गल समझदा है। इंडिया च बड़ी माड़ी आदत है कि हर आदमी की इंटैग्रिटी चार्ज लैन तो पहले ही चैलेंज कर दी जाती है। जिन्हें कल नूं वजीर बनना है उन्होंने अज MLA बनन देन तो पहले बेईमान धोखेबाज लुटेरा करप्ट ते कई कुछ होर दे सर्टिफिकेट पेशगी दे दते जाते हैं। गालां ते शिकायतां दा मेरा कोटा मैनू मिलना ही सी, पर कर करा के मैं मैनेजर लग ही गया। भावें मैं थर्ड क्लास च सफ़र करदा सां, पर हक तां मेरा फस्ट क्लास दे किराए दा बनदा सी ना, सो मैं फस्ट क्लास दे TA लए। 10% तो लैके 25% तक कमीशन करदा, होर जो हेरा फेरी हो सकती सी कीती। फर्म वालियां नूं सवार के थुक लाया, पर यकीन जानो उन्हां दा लून खा के हराम नहीं कीता। किसी का लून खा के हराम करना अपनी आदत ही नहीं। नेक्स्ट, राम नारायण ने मैनू बड़े कॉन्फिडेंस लैके कहा, मेरी मेरी सहुरिया नाल खड़क पई है, मैं हूँ अर्चना नू उदे पेकी वाड़ देना। मैं अगले दिन अर्चना दे प्यो नू चिट्ठी पा दी, उन्हें राम नारायण नू कई हजार रुपया बगैर सूद दे उधार दे दिता सी। उदे सहुरे ने फौरन दावा कर दिता, वो अर्चना दे रोन पिटन दे बावजूद उन्हों नाल लै गए। इस मुकदमे पिछों राम नारायण दा दिवाला निकल गया। आपां नूं चुगली दी उक्की आदत नहीं, चुगली दी लोड़ वी की है? बस सच्ची गल अगले नूं दस दिओ, आपां तां सिर्फ सच बोलदे हां, पर सच थोड़ा जिहा कौड़ा जरूर हुंदा है। धन्नवाद। तीसरा हासला हासरस लेख है ए मेरे शुभ चिंतक। हे रब जी, हे सर्वशक्तिमान जी, जे बचा सकण दी शक्ति रख दियो तो मैनू मेरे शुभ चिंतकां तो बचाओ। ए मेरे शुभ चिंतक हे राम मेरे मगर इउं लगे हुए ने जिवें ऐतवार दे मगर सोमवार लग्या हुंदा। हर कोई अपनी डाक दी उड़ीक बड़ी बेसब्री नाल करदा है। लोक डाकिए नूं इक फरिश्ता समझदे ने, कई तां डाकिए दा सत्कार इंद्र देवते वांग करदे ने। डाकिया भावें मनी ऑर्डरां ड्राफ्टां जां चैकां वालियां लिफाफियां दी थां बेरंग चिट्ठियां जां मामला कचहरी लै जाण दीआं धमकियां वाले रजिस्टर्ड नोटिस ही दे जाए, पर कदे कोई डाकिए ते खिंचदा नहीं। पर मैं जदों डाकिए दी शक्ल वेख लैंदी हाँ तां मैनूं उह निरी मुसीबत दिसदा है। मैं कहनी हाँ जरूर इहदे कोल मेरे लई किसे ना किसे शुभ चिंतक दी चिट्ठी होएगी। एक शुभ चिंतक है वे, ते हर रोज़ इहदे पास मेरे नाँ दी कोई ना कोई चिट्ठी हुंदी है। जदों डाकिया साडे बार मूहरे आ के आवाज़ मारे बीबी ज्ञान अमृत, तां मेरा झट मत्था ठणकदा कि अज फिर किसी शुभ चिंतक ने 15 पैसों के लिफाफे विच दिल दीआं डूंघाइयां विचों कुछ कढ के भेजा। उई मेरिया रब्बा, ये जिन्ने मेरे शुभ चिंतक उन्नियां इन्हां दीआं शुभ इच्छावां। अज किसी शुभ चिंतक कवि वालों खत आया है तां कल किसी शुभ चिंतक नाटककार दी वारी है। जे अज किसी नॉवलिस्ट ने कृपा कीती है तां कल किसी पत्रकार ने धन्नवादी बनाउण दी खेचल कीती है। एक रसाले वाले ने मेरी तस्वीर छाप के मेरे नाल बड़ा न्याय कीता। इकली तस्वीर ही हुंदी तां कोई गल नहीं सी, उन्हें तस्वीर दे हेठां लिख मारिया कुमारी ज्ञान अमृत बीदी, जिस दीआं अखां विच अनेकां कहानियां दे सुपने पे लटकदे हन। दिल विच कविता दे हड़ हन, आत्मा विच सुलझे हुए फिलोसफर वर्गा ज्ञान है। दिमाग विच अनेकां नावलां दी समगरी है, जिगर विच समाज दे फोड़े नूं चीर सुट्टण दी अभिलाषा, ते उंगलां विच किसे आर्टिस्ट दी होणी। गीत लिखदे ही नहीं गाउंदे भी हन, सगों आप भी एक गीत हन। डूंगी लय दे दर्द भरिया गीत, परमात्मा इस उठ रही कलाकार नूं शक्ति बख्शे। उस दिन तो बाद मेरे शुभ चिंतकां ने अपना काम शुरू कर दिता। एक ने लिखा कुमारी ज्ञान मैं समझदा सां, मैं अपने समय का सब तो वड्डा नॉवलिस्ट हाँ, ऐसा ना होए मेरी मौत दे नाल साडे साहित विचों नॉवल कला का भोग पै जाए। पर जदों मैं सुनिया कि तुसी भी नावलकार बन रहे हो तां मैनूं बेहद खुशी ते तसल्ली हुई। मैं तुहानूं मशवरा देवांगा कि होर सारे काम छड के नावल लिखने शुरू कर दिओ। लोक नावलां नूं बड़ी दिलचस्पी नाल पढ़ते हैं। कहानी भावें वधेरे करके मनोकल्पित ही हुंदी है,
ਪਰ ਉਹਨੂੰ ਸੱਚੀ ਘਟਨਾ ਸਮਝ ਕੇ ਐਸਾ ਮਗਰ ਪੈਂਦੇ ਨੇ ਕਿ ਨਾਵਲ ਮੁਕਾਏ ਬਿਨਾਂ ਚੈਨ ਨਹੀਂ ਲੈਂਦੇ। ਲੋਕਾਂ ਦੀ ਇਸ ਕਮਜ਼ੋਰੀ ਤੋਂ ਫਾਇਦਾ ਉਠਾਉਂਦੇ ਹੋਏ ਮੈਂ ਕੋਈ 3 ਦਰਜਨ ਦੇ ਕਰੀਬ ਨਾਵਲ ਲਿਖ ਸੁੱਟੇ। ਹਰ ਨਾਵਲ ਗਰਮ ਪਕੌੜਿਆਂ ਵਾਂਗ ਵਿਕ ਗਿਆ। ਜੇ ਤੁਸੀਂ ਨਾਵਲਿਸਟ ਬਣ ਜਾਓ ਤਾਂ ਹੱਦਾਂ ਹੀ ਮੁੱਕ ਜਾਣ। ਕੁੜੀ ਦਾ ਨਾਮ ਪੜ੍ਹਿਆ ਨਹੀਂ ਤੇ ਅਗਲੇ ਨੇ ਕਿਤਾਬ ਖਰੀਦੀ ਨਹੀਂ। ਤੁਹਾਡੇ ਨਾਵਲ ਫਟਾਫਟ ਵਿਕ ਜਾਣਗੇ। ਨਾਵਲ ਲਿਖਣ 'ਚ ਕੋਈ ਚਿਰ ਨਹੀਂ ਲੱਗਦਾ। ਨਾਵਲ ਲਿਖਣ ਲਈ ਬਹੁਤੀ ਮਿਹਨਤ ਦੀ ਵੀ ਲੋੜ ਨਹੀਂ ਪੈਂਦੀ। ਹੋਰ ਤਾਂ ਹੋਰ ਅਕਲ ਦੀ ਵੀ ਖਾਸ ਜ਼ਰੂਰਤ ਨਹੀਂ ਪੈਂਦੀ। ਬਸ ਇੱਕ ਪਲਾਟ ਫੜਿਆ ਅਤੇ ਉਹਦੇ ਉਦਾਲੇ ਇੱਕ ਨਾਵਲ ਲਿਖ ਮਾਰਿਆ। ਲਓ ਅੱਜ ਅਸੀਂ ਤੁਹਾਨੂੰ ਨਾਵਲ ਲਿਖਣਾ ਸਿਖਾਈ ਦਿੰਦੇ ਹਾਂ। ਮੈਂ ਇੱਕ ਪਲਾਟ ਦੱਸਣ ਲੱਗਾ, ਤੁਸੀਂ ਇਹਦੇ 'ਤੇ ਇੱਕ ਨਾਵਲ ਲਿਖੋ। ਉਹਦੀ ਛਪਾਈ ਦਾ ਪ੍ਰਬੰਧ ਮੈਂ ਕਰਵਾ ਦਿਆਂਗਾ। ਐਸਾ ਮੁੱਖ ਬੰਦ ਲਿਖਾਂਗਾ ਕਿ ਲੋਕ ਤੁਹਾਡੇ ਫੌਰਨ ਕਦਰਦਾਨ ਬਣ ਜਾਣ। ਲਓ ਹੁਣ ਪਲਾਟ ਸੁਣੋ। ਰਾਤ ਨੂੰ ਹਨੇਰੇ 'ਚ ਤੁਸੀਂ ਰਿਕਸ਼ਾ 'ਤੇ ਜਾ ਰਹੇ ਹੋ। ਸੜਕ ਦੇ ਕਿਨਾਰੇ 'ਤੇ ਕਿਸੇ ਦੇ ਸਿਸਕਣ ਦੀ ਆਵਾਜ਼ ਆਉਂਦੀ ਹੈ। ਤੁਸੀਂ ਉਤਰ ਕੇ ਕੀ ਵੇਖਦੇ ਹੋ ਕਿ ਇੱਕ ਨੌਜਵਾਨ ਕੋਈ ਖਤਰਨਾਕ ਚੀਜ਼ ਖਾਈ ਪਿਆ ਹੈ। ਤੁਸੀਂ ਝੱਟ ਤਾੜ ਜਾਂਦੇ ਹੋ ਕਿ ਇਹ ਇੱਕ ਆਤਮਘਾਤ ਦਾ ਮਾਮਲਾ ਹੈ। ਤੁਸੀਂ ਰਿਕਸ਼ਾ 'ਤੇ ਪਾ ਕੇ ਉਹਨੂੰ ਹਸਪਤਾਲ ਲੈ ਜਾਂਦੇ ਹੋ। ਹਸਪਤਾਲ ਦੀਆਂ ਨਰਸਾਂ ਉਸ ਨੌਜਵਾਨ ਦੀ ਜ਼ਹਿਰ ਧੋਂਦੀਆਂ ਹਨ, ਉਹ ਬਚ ਜਾਂਦਾ ਹੈ। ਹੁਣ ਉਹ ਆਪ ਹੀ ਦੱਸੇਗਾ ਕਿ ਉਹਨੇ ਕਿਸ ਕੁੜੀ ਦੀ ਮਜਬੂਰੀ ਜਾਂ ਬੇਵਫਾਈ ਤੋਂ ਤੰਗ ਆ ਕੇ ਅਫੀਮ ਖਾਧੀ ਸੀ। ਹਸਪਤਾਲ ਦੀਆਂ ਨਰਸਾਂ 'ਚੋਂ ਵੀ ਕੋਈ ਨਾ ਕੋਈ ਉਸ ਨੌਜਵਾਨ ਵੱਲ ਖਿੱਚੀ ਜਾਏਗੀ। ਨੌਜਵਾਨ ਨੂੰ ਹੁਣ ਨਵਾਂ ਜੀਵਨ ਮਿਲਣ ਲੱਗਦਾ। ਹੁਣ ਉਹ ਸਟੇਜ ਪੁੱਜ ਜਾਂਦੀ ਹੈ ਜਦੋਂ ਨਾਵਲ ਦੁਖਾਂਤ ਜਾਂ ਸੁਖਾਂਤ 'ਚ ਪਲਟਿਆ ਜਾ ਸਕਦਾ ਹੈ। ਇਸ ਨਾਵਲ ਦਾ ਪਲਾਟ ਦੱਸਦਾ ਹੋਇਆ ਮੈਂ ਇੰਨੀ ਸੂਚਨਾ ਦੇ ਦੇਣੀ ਚਾਹੁੰਦਾ ਕਿ ਤੁਸੀਂ ਇਸ ਨੌਜਵਾਨ ਨੂੰ ਸਿਰਫ ਆਪਣੇ ਨਾਵਲ ਦਾ ਪਾਤਰ ਹੀ ਸਮਝਣਾ, ਇਸ ਤੋਂ ਵੱਧ ਇਹਨੂੰ ਕੋਈ ਅਹਿਮੀਅਤ ਨਾ ਦੇਣੀ। ਐਸਾ ਨਾ ਹੋਵੇ ਇਹਦੀ ਕਹਾਣੀ ਤੁਹਾਡੇ ਆਪਣੇ ਥਾਂ ਕਿਸੇ ਹੋਰ ਨੂੰ ਲਿਖਣੀ ਪਵੇ। ਆਸ ਹੈ ਤੁਸੀਂ ਮੇਰੀ ਇਸ ਸਕੀਮ ਨੂੰ ਪਸੰਦ ਕਰੋਗੇ। ਨਾਵਲ ਲਿਖਦਿਆਂ ਹੋਇਆਂ ਕੋਈ ਦਿੱਕਤ ਮਹਿਸੂਸ ਹੋਵੇ ਤਾਂ ਮੈਨੂੰ ਲਿਖ ਭੇਜਣਾ। ਹੋ ਸਕੇ ਤਾਂ ਕਿਸੇ ਦਿਨ ਦਰਸ਼ਨ ਦੇ ਕੇ ਨਿਹਾਲ ਕਰਨਾ। ਮੈਂ ਹਾਂ ਆਪ ਦਾ ਸ਼ੁਭ ਚਿੰਤਕ ਨਾਵਲਕਾਰ। ਇਹ ਤਾਂ ਸਨ ਮੇਰੇ ਸ਼ੁਭ ਚਿੰਤਕ ਨਾਵਲਕਾਰ। ਇੱਧਰ ਦੇਖੋ, ਇਹ ਚਿੱਠੀ ਮੇਰੇ ਸ਼ੁਭ ਚਿੰਤਕ ਕਵੀ ਜਾਂਦੀ ਹੈ। ਉਹ ਲਿਖਦੇ ਨੇ, ਗਿਆਨ ਧਿਆਨ ਕਲਿਆਣ ਦੇ ਅੰਮ੍ਰਿਤ ਜੀ, ਕੀ ਦੱਸਾਂ, ਜਦੋਂ ਦੀ ਤੁਹਾਡੀ ਤਸਵੀਰ ਤੱਕੀ ਹੈ ਪਤਾ ਲੱਗਦਾ ਕਿ ਤੁਸੀਂ ਇੱਕ ਉੱਠ ਰਹੀ ਕਵਿਤਰੀ ਹੋ ਤਾਂ ਮਨ ਨੂੰ ਬੇਹੱਦ ਧੀਰਜ ਮਿਲੀ ਹੈ। ਸ਼ੁਕਰ ਇਹ ਹੈ ਕਿ ਸਰਸਵਤੀ ਦੇਵੀ ਦੇ ਪਰਿਵਾਰ ਵਿੱਚ ਨਵਾਂ ਵਾਧਾ ਹੋਇਆ ਹੈ। ਕਵਿਤਾ ਲਿਖਣ ਲਈ ਤਖਈਅਲ ਅਤੇ ਇੰਸਪੀਰੇਸ਼ਨ ਦੀ ਡਾਢੀ ਲੋੜ ਹੁੰਦੀ ਹੈ। ਕਵੀ ਵਿੱਚ ਇਹ ਵਾਧਾ ਹੁੰਦਾ ਹੈ ਕਿ ਦਿਮਾਗ ਦੀ ਥਾਂ ਦਿਲ ਨਾਲ ਸੋਚਦਾ ਹੈ, ਦਿਲ ਨਾਲ ਅਨੁਭਵ ਕਰਦਾ ਹੈ ਅਤੇ ਦਿਲ ਦੀ ਸਲੇਟ ਉੱਤੇ ਆਪਣੇ ਅਰਮਾਨਾਂ ਦੀ ਤਸਵੀਰ ਉਲੀਕਦਾ ਹੈ। ਤੁਹਾਡੇ ਬਾਰੇ ਮੈਂ ਕੀ ਕਹਿ ਸਕਦਾ, ਪਰ ਮੇਰਾ ਦਿਲ ਗਵਾਹੀ ਦੇ ਰਿਹਾ ਕਿ ਇੱਕ ਦਿਨ ਤੁਸੀਂ ਜ਼ਰੂਰ ਅੰਬਰ ਦੇ ਤਾਰੇ ਬਣੋਗੇ। ਤੁਹਾਡੇ ਸੋਹਣੇ ਨਾਮ ਦੀ ਗੁੱਡੀ ਚੜ੍ਹੇਗੀ, ਪ੍ਰਸਿੱਧਤਾ ਤੁਹਾਡੇ ਪੈਰ ਚੁੰਮੇਗੀ ਅਤੇ ਕਾਮਯਾਬੀ ਤੁਹਾਡੇ ਮਗਰ ਮਗਰ ਫਿਰੇਗੀ। ਅੱਜ ਕੱਲ੍ਹ ਦੇ ਕਵੀ ਨਾ ਕਿਸੇ ਨੂੰ ਉਸਤਾਦ ਧਾਰਦੇ ਹਨ ਅਤੇ ਨਾ ਹੀ ਪਿੰਗਲ ਵਾਚਣ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਇਹੋ ਵਜ੍ਹਾ ਹੈ ਕਿ ਉਹਨਾਂ ਦੀ ਕਵਿਤਾ 'ਚ ਕੋਈ ਜਾਨ ਹੀ ਨਹੀਂ ਹੁੰਦੀ, ਕੋਈ ਵਲਵਲਾ ਹੀ ਨਹੀਂ ਹੁੰਦਾ। ਜੇ ਹੁਕਮ ਕਰੋ ਤਾਂ ਮੈਂ 5-7 ਦਿਨ ਤੁਹਾਨੂੰ ਕਵਿਤਾ ਦੇ ਗੁਣਾਂ ਬਾਰੇ ਕੁਝ ਸਮਝਾਵਾਂ। ਮੈਂ ਹਾਂ ਤੁਹਾਡਾ ਸ਼ੁਭ ਚਿੰਤਕ ਕਵੀ ਕਲੰਦਰ। ਲਓ ਇਹ ਚਿੱਠੀ ਜੇ ਮੇਰੇ ਸ਼ੁਭ ਚਿੰਤਕ ਕਹਾਣੀਕਾਰ ਹੋਰਾਂ ਦੀ। ਇਹ ਲਿਖਦੇ ਨੇ, ਕੁਮਾਰੀ ਬੇਦੀ ਜੀ, ਤੁਸੀਂ ਕਹਾਣੀਆਂ ਲਿਖਣ ਲੱਗੇ ਹੋ, ਬੜੀ ਖੁਸ਼ੀ ਦੀ ਗੱਲ ਹੈ। ਕਹਾਣੀਆਂ ਦੇ ਪਲਾਟ ਥਾਂ ਥਾਂ ਇਸ ਤਰ੍ਹਾਂ ਖਿਲਰੇ ਪਏ ਨੇ ਕਿ ਅੰਤ ਕੋਈ ਨਹੀਂ। ਜ਼ਰਾ ਅੱਖ ਹੋਣੀ ਚਾਹੀਦੀ ਹੈ ਪਲਾਟ ਤੱਕਣ ਵਾਲੀ, ਬਸ ਕਹਾਣੀ ਦਿਸਣ ਲੱਗ ਪਏਗੀ। ਅਖਬਾਰ ਦੀ ਹਰ ਕਬਰ 'ਚ ਕੋਈ ਨਾ ਕੋਈ ਕਹਾਣੀ ਲੁਕੀ ਪਈ ਹੁੰਦੀ ਹੈ। ਤੁਸੀਂ ਪੜ੍ਹਦੇ ਹੋ, ਇੱਕ ਜਨਾਨੀ ਬੁਰਕੇ ਦੀ ਵਜ੍ਹਾ ਕਰਕੇ ਆਪਣੇ ਪਤੀ ਦੇ ਥਾਂ ਕਿਸੇ ਹੋਰ ਦੀ ਮੋਟਰ 'ਚ ਬੈਠ ਗਈ। ਭਾਵੇਂ ਜਿਹਦੀ ਮੋਟਰ ਵਿੱਚ ਵੀ ਬੈਠ ਗਈ ਉਹਦੀ ਮੁਸੀਬਤ ਸ਼ੁਰੂ ਹੋ ਗਈ, ਪਰ ਜਨਾਨੀ ਤਾਂ ਭੁੱਲ ਗਈ ਨਾ। ਜਿਸ ਦੀ ਜਨਾਨੀ ਸੀ ਉਹਨੂੰ ਆਰਜ਼ੀ ਤੌਰ 'ਤੇ ਘਬਰਾਹਟ ਹੋਈ ਹੋਏਗੀ, ਪਰ ਥੋੜ੍ਹੀ ਦੇਰ ਤੱਕ ਉਹਨੂੰ ਉਹਦੀ ਜਨਾਨੀ ਲੱਭ ਪੈਂਦੀ ਹੈ। ਹੁਣ ਤੁਸੀਂ ਬੜੀ ਕਾਮਯਾਬੀ ਨਾਲ ਕਹਾਣੀ ਲਿਖ ਸਕਦੇ ਹੋ, ਹਾਏ ਰੱਬਾ ਬੁਰਕਾ, ਜਾਂ ਮਾਰੇ ਇਸ ਬੁਰਕੇ ਨੇ, ਅਥਵਾ ਬੁਰਕਾ ਬੋਲ ਪਿਆ। ਗੱਲ ਕੀ, ਇਹ ਇੱਕ ਕਹਾਣੀ 'ਤੇ 1000 ਨਾਮ, ਇਹ ਹਰੇ ਰੰਗ ਦਾ ਲਿਫਾਫਾ ਕਿਹਦਾ? ਇਸ ਉੱਪਰ ਕਲਮ ਨਾਲ ਹੰਸਾਂ ਦੇ ਜੋੜੇ ਦਾ ਸਕੈਚ ਹੈ। ਇਹ ਜ਼ਰੂਰ ਮੇਰੇ ਸ਼ੁਭ ਚਿੰਤਕ ਆਰਟਿਸਟ ਹੋਰਾਂ ਦੀ ਚਿੱਠੀ ਹੈ। ਕੀ ਲਿਖਦੇ ਨੇ, ਮਿਸ ਬੇਦੀ, ਮੈਂ ਦੱਸ ਨਹੀਂ ਸਕਦਾ ਮੈਂ ਕਿੰਨਾ ਖੁਸ਼ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਆਰਟ ਦੀ ਦੁਨੀਆ ਦੇ ਇੱਕ ਖੁਦ ਰੋ ਫੁੱਲ ਹੋ। ਸ਼ੁਕਰ ਹੈ ਅੰਮ੍ਰਿਤਾ ਸ਼ੇਰ ਗਿੱਲ ਪਿੱਛੋਂ ਗਿਆਨ ਅੰਮ੍ਰਿਤ ਬੇਦੀ ਨੇ ਚਿਰਾਂ ਦਾ ਖੱਪਾ ਭਰਨਾ ਸ਼ੁਰੂ ਕੀਤਾ। ਜਿਸ 'ਤੇ ਰੱਬ ਸਭ ਤੋਂ ਵੱਧ ਮਿਹਰਬਾਨ ਹੁੰਦਾ ਉਸਨੂੰ ਆਰਟਿਸਟ ਬਣਾ ਦਿੰਦਾ। ਫਰਾਂਸ ਦੇ ਇੱਕ ਆਰਟਿਸਟ ਨੇ ਕੁੜੀ ਦੇ ਬੋਲੀ ਮਾਰਨ ਉੱਤੇ ਚੰਦ ਅਤੇ ਸੂਰਜ ਦੇ ਚਿੱਤਰ ਖਿੱਚੇ। ਚੰਦ ਦੀ ਤਸਵੀਰ ਬਣਾਉਣ ਲਈ ਉਹਨੂੰ ਉੱਤਰੀ ਪੋਲ ਪਾਸ ਜਾਣਾ
ਪਿਤਾ ਤੇ ਸੂਰਜ ਦਾ ਚਿੱਤਰ ਖਿੱਚਦਿਆਂ ਉਹਦੇ ਸਿਰ ਦੇ ਵਾਲ ਉੱਡ ਗਏ। ਅੱਖਾਂ ਅੰਡੇ ਵਾਂਗ ਫਰਾਈ ਹੋ ਗਈਆਂ, ਪਰ ਉਹਨੇ ਆਪਣਾ ਸਿਰੜ ਨਾ ਛੱਡਿਆ। ਅਖੀਰ ਬੋਲੀ ਮਾਰਨ ਵਾਲੀ ਕੁੜੀ ਨੂੰ ਹਾਰ ਮੰਨਣੀ ਪਈ। ਉਸ ਆਰਟਿਸਟ ਲਈ ਮਾਡਲ ਬਣੀ। ਉਸ ਮਾਡਲ ਦੇ ਆਰਟਿਸਟ ਨੇ ਕਿੰਨੇ ਚਿੱਤਰ ਬਣਾਏ। ਇੱਕ ਦਿਨ ਐਸਾ ਆਇਆ ਕਿ ਫਰਾਂਸ ਦੇ ਅਜਾਇਬ ਘਰ ਨੇ 2 ਕਰੋੜ ਰੁਪਏ ਖਰਚ ਕਰਕੇ ਉਹ ਚਿੱਤਰ ਉਸ ਆਰਟਿਸਟ ਦੇ ਪਰਿਵਾਰ ਕੋਲੋਂ ਪ੍ਰਾਪਤ ਕੀਤੇ। ਉਸ ਲੜਕੀ ਨੇ ਤਾਂ ਬੋਲੀ ਮਾਰੀ ਸੀ, ਮੈਂ ਤੁਹਾਨੂੰ ਉਤਸ਼ਾਹ ਭੇਜਦਾ, ਹੋਰ ਗੱਲਾਂ ਦੀਆਂ ਗੱਲਾਂ, ਮੈਂ ਤੁਹਾਡੇ ਲਈ ਬਗੈਰ ਕਿਸੇ ਸ਼ਰਤ ਦੇ ਮਾਡਲ ਬਣਨ ਲਈ ਤਿਆਰ ਹਾਂ। ਤੁਸੀਂ ਮੇਰੇ ਮਾਡਲ ਦੇ ਕਿੰਨੇ ਹੀ ਚਿੱਤਰ ਬਣਾ ਸਕਦੇ ਹੋ? ਕਿਸੇ ਚਿੱਤਰ ਹੇਠਾਂ ਲਿਖੋ ਆਰਟਿਸਟ ਆਰਟਿਸਟ ਦੀਆਂ ਨਜ਼ਰਾਂ ਵਿੱਚ, ਕਿਸੇ ਥੱਲੇ ਲਿਖੋ ਦੇਵਤਾ ਜੋ ਆਰਟਿਸਟ ਬਣ ਗਿਆ, ਜਾਂ ਲਿਖੋ ਆਰਟਿਸਟ ਜੋ ਭੂਤ ਬਣ ਗਿਆ। ਬਸ ਜੀ, ਤੁਹਾਡਾ ਬੁਰਸ਼ ਅਤੇ ਮੇਰਾ ਮਾਡਲ ਹੋਵੇ, ਤੁਸੀਂ ਦਿਨਾਂ 'ਚ ਅੰਮ੍ਰਿਤਾ ਸ਼ੇਰਗਿੱਲ ਤੋਂ ਅੱਗੇ ਨਿਕਲ ਜਾਓਗੇ। ਨੈਕਸਟ ਹੈ ਇੱਕ ਬਿਰੰਗ ਚਿੱਠੀ ਕਿਹਦੀ? ਇਹ ਜ਼ਰੂਰ ਕਿਸੇ ਸਾਹਿਤ ਪੜਚੋਲੀਏ ਦੀ ਹੋਏਗੀ, ਵਾਕਿਆ ਪੜਚੋਲੀਏ ਦੀ ਹੈ। ਕੀ ਲਿਖਦੇ ਨੇ? ਲਿਖਿਆ, ਐ ਸਰਸਵਤੀ ਦੀ ਸਭ ਤੋਂ ਸੋਹਣੀ ਧੀ, ਜਦੋਂ ਮੈਂ ਤੁਹਾਡੀ ਤਸਵੀਰ ਵੇਖੀ ਤਾਂ ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਕੋਈ ਤਖੈਲ ਕਾਗਜ਼ 'ਤੇ ਉਤਰ ਆਇਆ ਹੁੰਦਾ ਹੈ। ਜਦੋਂ ਹੇਠਾਂ ਤੁਹਾਡੇ ਸਾਹਿਤਕਾਰ ਹੋਣ ਬਾਰੇ ਪੜ੍ਹਿਆ ਤਾਂ ਦਿਲ ਖੁਸ਼ੀ 'ਚ ਨੱਚ ਉੱਠਿਆ। ਤੁਹਾਨੂੰ ਵੇਖਣ ਵਾਲੇ ਡੰਗਰ ਵੀ ਸਾਹਿਤਕਾਰ ਬਣ ਸਕਦੇ ਹਨ, ਅਤੇ ਤੁਸੀਂ ਆਪ ਕਵੀ ਹੋ, ਆਰਟਿਸਟ ਹੋ, ਸਾਹਿਤਕਾਰ ਹੋ। ਕਿੱਡਾ ਵੱਡਾ ਜ਼ਮਾਨੇ ਦਾ ਇਨਕਲਾਬ ਹੈ! ਜੇ ਅੱਗੇ ਨਹੀਂ ਸੋ ਤਾਂ ਹੁਣ ਜ਼ਰੂਰ ਬਣ ਜਾਓਗੇ। ਮੈਂ ਤੁਹਾਨੂੰ ਦੱਸਾਂਗਾ ਕਿ ਸਾਹਿਤ ਕਿਵੇਂ ਪੈਦਾ ਹੁੰਦਾ ਹੈ। ਇਹ ਕੋਈ ਔਖਾ ਕੰਮ ਨਹੀਂ ਹੈ, ਬਸ ਜਜ਼ਬਾਤ ਦੀ ਗੱਲ ਹੈ, ਅਤੇ ਜਜ਼ਬਾਤ ਦਿਲ ਦੀ ਗੱਲ ਹਨ, ਅਤੇ ਦਿਲ ਪਿਆਰ ਦੀ ਗੱਲ ਹੈ। ਜੇ ਅੱਗੇ ਕਿਸੇ ਨੂੰ ਪਿਆਰ ਨਹੀਂ ਕਰਦੇ ਤਾਂ ਕਰਨਾ ਸ਼ੁਰੂ ਕਰ ਦਿਓ। ਪਿਆਰ ਵਿੱਚ ਤੜਫਣ ਵਾਲੇ ਲੋਕਾਂ ਦੇ ਬੋਲ ਹੀ ਕਵਿਤਾ ਹੁੰਦੇ ਹਨ, ਸਾਹਿਤ ਹੁੰਦੇ ਨੇ। ਵਿਛੋੜੇ ਵਿੱਚ ਹੰਝੂ ਵਗਾਉਣ ਵਾਲੇ ਲੋਕਾਂ ਦੀਆਂ ਆਹਾਂ ਹੀ ਲਿਟਰੇਚਰ ਹੁੰਦੀਆਂ ਹਨ। ਇਸ ਮਾਮਲੇ 'ਚ ਜੋ ਪਰਿਵਰਤਨ ਮੈਂ ਦੇ ਸਕਦਾ ਉਹ ਕੋਈ ਹੋਰ ਨਹੀਂ ਦੇ ਸਕਦਾ। ਮੈਂ ਹਾਜ਼ਰ ਹਾਂ, ਮੈਂ ਕੋਈ ਗਿਆ ਗੁਜ਼ਰਿਆ ਵਕਤ ਨਹੀਂ ਹਾਂ ਜੋ ਵਾਪਸ ਨਾ ਆ ਸਕੇ। ਮੈਂ ਹੁਨਰ ਦੀ ਮੂਰਤ ਗਿਆਨ ਅੰਮ੍ਰਿਤ ਬੇਦੀ ਦਾ ਪਰਛਾਵਾਂ ਹਾਂ। ਮੇਰੀ ਹਰ ਡਾਕ 'ਚੋਂ ਇਸੇ ਤਰ੍ਹਾਂ ਦੀਆਂ ਲਲ ਵਲਲੀਆਂ ਚਿੱਠੀਆਂ ਨਿਕਲਦੀਆਂ ਹਨ। ਮੈਨੂੰ ਸਮਝ ਨਹੀਂ ਆਉਂਦੀ ਮੈਂ ਆਪਣੇ ਸ਼ੁਭ ਚਿੰਤਕਾਂ ਨਾਲ ਕਿਵੇਂ ਪੇਸ਼ ਆਵਾਂ। ਸੱਚ ਪੁੱਛੋ ਤਾਂ ਮੇਰੇ ਲਈ ਸਭ ਤੋਂ ਵੱਡੀ ਸਿਰਦਰਦੀ ਦਾ ਕਾਰਨ ਬਣ ਗਏ ਨੇ ਇਹ ਮੇਰੇ ਸ਼ੁਭ ਚਿੰਤਕ। ਧੰਨਵਾਦ। ਅਗਲਾ ਲੇਖ ਹੈ ਸੁਹਾਗ ਰਾਤ। ਮੇਰੀ ਸੁਹਾਗ ਰਾਤ ਸੀ, ਸਖੀਆਂ ਸਹੇਲੀਆਂ ਨੇ ਡੋਲੀ ਪੈਣ ਤੋਂ ਪਹਿਲਾਂ ਮੈਨੂੰ ਅਣਗਿਣਤ ਗੱਲਾਂ ਕਹੀਆਂ ਸਨ। ਕਿੰਨਿਆਂ ਸਾਲਾਂ ਤੋਂ ਮੈਂ ਕਈ ਅਰਮਾਨ ਦਿਲ ਹੀ ਦਿਲ 'ਚ ਘੁੱਟੀ ਫਿਰਦੀ ਸੀ। ਇੱਕ ਦਿਨ ਜੱਜਾਂ ਨੇ ਮੈਨੂੰ ਮਿਸ ਸ਼ਿਮਲਾ ਚੁਣ ਕੇ ਮੇਰੇ ਸਿਰ 'ਤੇ ਸੁੰਦਰਤਾ ਦਾ ਤਾਜ ਧਰਿਆ ਸੀ। ਹਜ਼ਾਰ ਅੱਖਾਂ ਨੇ ਮੈਨੂੰ ਲਲਚਾਈਆਂ ਨਜ਼ਰਾਂ ਨਾਲ ਤੱਕਿਆ, ਪਰ ਮੈਂ ਨੀਵੀਆਂ ਨਜ਼ਰਾਂ ਨਾਲ ਧਰਤੀ 'ਤੇ ਉੱਗੇ ਫੁੱਲਾਂ ਵੱਲ ਵਹਿੰਦੀ ਰਹੀ। ਕਿੰਨੀਆਂ ਚਿੱਠੀਆਂ ਮੁਬਾਰਕਬਾਦ ਦੀਆਂ ਆਈਆਂ, ਸ਼ਹਿਜ਼ਾਦਿਆਂ ਵਰਗੇ ਮੁੰਡਿਆਂ ਨੇ ਮੇਰਾ ਪਿੱਛਾ ਕੀਤਾ। ਮੈਂ ਹਰ ਪੇਸ਼ਕਸ਼ ਠੁਕਰਾਈ, ਕਿਸੇ ਹੰਕਾਰ ਨਾਲ ਨਹੀਂ, ਕਿਸੇ ਮਗਰੂਰੀ ਨਾਲ ਨਹੀਂ, ਸਿਰਫ ਇਸ ਖਿਆਲ ਨਾਲ ਕਿ ਮੈਂ ਆਪਣੇ ਸੁਪਨਿਆਂ ਦੇ ਰਾਜੇ ਦੀ ਮਲਕਾ ਬਣਾਂਗੀ। ਮੈਂ ਆਪਣੇ ਸੰਜੋਗ ਨੂੰ ਮਾਲਾਮਾਲ ਕਰਾਂਗੀ। ਮੈਂ ਆਪਣੇ ਸਿਰਤਾਜ ਦੀ ਝੋਲੀ 'ਚ ਆਪਣਾ ਹੁਸਨ ਪਾਵਾਂਗੀ, ਪਿਆਰ ਪਾਵਾਂਗੀ। ਮੈਂ ਆਪਣੇ ਮਾਪਿਆਂ ਦੀ ਸਿਹੇੜ ਨੂੰ ਸਭ ਕੁਝ ਅਰਪਣ ਕਰਾਂਗੀ। ਮੈਂ ਆਪਣੇ ਬਣਨ ਵਾਲੇ ਪਤੀ ਦੀ ਪਿਆਸ ਬੁਝਾਵਾਂਗੀ। ਅੱਖਾਂ ਵਿੱਚ ਲੱਖਾਂ ਸੁਪਨੇ ਲੈ ਕੇ ਮੈਂ ਡੋਲੀ ਚੜ੍ਹੀ। ਉੱਚੇਚੇ ਤੌਰ 'ਤੇ ਮੰਗਵਾਏ ਗਏ ਸ਼ਾਹੀ ਬੈਂਡ ਨਾਲ ਮੈਨੂੰ ਵਿਦਾ ਕੀਤਾ ਗਿਆ। ਮੇਰੇ ਸਹੁਰੇ ਨੇ ਮੇਰੀ ਡੋਲੀ ਉੱਤੋਂ ਚਾਂਦੀ ਦੀ ਵਰਖਾ ਕੀਤੀ। ਕਾਰਾਂ ਦੇ ਲੰਮੇ ਜਲੂਸ ਨਾਲ ਮੈਂ ਸਹੁਰੇ ਘਰ ਪੁੱਜੀ। ਅੱਜ ਮੇਰੀ ਸੁਹਾਗ ਰਾਤ ਸੀ, ਪੂਰਨਮਾਸ਼ੀ ਦਾ ਚੰਦਰਮਾ ਅਸਮਾਨ ਵਿੱਚ ਮੁਸਕਰਾ ਰਿਹਾ ਸੀ। ਫੁੱਲਾਂ ਦੀ ਖੁਸ਼ਬੂ ਨਾਲ ਮੇਰੇ ਸਹੁਰਿਆਂ ਦੀ ਕੋਠੀ ਭਰੀ ਹੋਈ ਸੀ। ਮੇਰਾ ਕਮਰਾ ਕਿਸੇ ਸੁਰਗ ਤੋਂ ਘੱਟ ਨਹੀਂ ਸੀ। ਮੈਂ ਬੜੀ ਉਤਸੁਕਤਾ ਨਾਲ ਉਹਨਾਂ ਦਾ ਇੰਤਜ਼ਾਰ ਕਰਨ ਲੱਗੀ। ਮੇਰੇ ਅੰਦਰ ਕਈ ਬਿਜਲੀਆਂ ਫਿਰ ਰਹੀਆਂ ਸਨ, ਕਈ ਪਾਰੇ ਧੜਕ ਰਹੇ ਸਨ। ਮੈਂ ਕੁਝ ਕੁਝ ਡਰ ਵੀ ਰਹੀ ਸੀ ਅਤੇ ਕੁਝ ਕੁਝ ਘਬਰਾ ਵੀ ਰਹੀ ਸੀ। ਅੜਿਆ ਉਹ ਕਿਹੋ ਜਿਹੇ ਹੋਣਗੇ? ਤਸਵੀਰ ਮੈਂ ਤੱਕੀ ਸੀ, ਦਰਸ਼ਨ ਨਹੀਂ ਸਨ ਕੀਤੇ। ਉਹ ਹੌਲੀ ਹੌਲੀ ਮੇਰੇ ਕਮਰੇ 'ਚ ਆਏ। ਅੱਜ ਮੇਰੀ ਸੁਹਾਗ ਰਾਤ ਸੀ, ਮੈਨੂੰ ਜਾਪਿਆ ਕਮਰੇ 'ਚ ਨੂਰ ਦਾ ਫਲੱਡ ਆ ਗਿਆ। ਉਹ ਮੇਰੇ ਵੱਲ ਮੁਸਕਰਾਏ, ਮੈਂ ਤਿਰਛੀਆਂ ਨਜ਼ਰਾਂ ਨਾਲ ਉਹਨਾਂ ਵੱਲ ਤੱਕਿਆ ਅਤੇ ਫਿਰ ਮੈਂ ਸਾਰੀ ਦੀ ਸਾਰੀ ਸ਼ਰਮਾ ਗਈ। ਉਹ ਮੇਰੇ ਕੋਲ ਪਲੰਗ ਦੀ ਬਾਹੀ 'ਤੇ ਆ ਬੈਠੇ। ਮੈਂ ਸੋਚਾਂ, ਅੜਿਆ ਹੁਣੇ ਕੀ ਕਹਿਣਗੇ? ਮੈਂ ਉਹਨਾਂ ਦੇ ਹੱਥਾਂ ਵੱਲ ਤੱਕਿਆ।
ਉਹਨਾਂ ਦੇ ਇੱਕ ਹੱਥ 'ਚ ਮਿਸਰੀ ਦੀਆਂ ਡਲੀਆਂ ਤੇ ਦੂਜੇ ਹੱਥ ਵਿੱਚ ਗਿਰੀਆਂ ਛੁਹਾਰੇ ਸਨ। ਉਹਨਾਂ ਮੁਸਕਰਾ ਕੇ ਦੋਵੇਂ ਹੱਥ ਮੇਰੇ ਵੱਲ ਕੀਤੇ। ਮੈਂ ਨਜ਼ਰਾਂ ਚੁੱਕ ਕੇ ਉਹਨਾਂ ਵੱਲ ਵੇਖਿਆ। ਹਾਏ ਮੈਂ ਮਰ ਜਾਵਾਂ, ਕਿੰਨੀ ਸੋਹਣੀ ਨੁਹਾਰ, ਮੋਤੀਆਂ ਵਰਗੇ ਸੋਹਣੇ ਦੰਦ, ਰੇਸ਼ਮ ਦੇ ਧਾਗਿਆਂ ਵਰਗੀ ਲਿਸ਼ਕਦੀ ਭੂਰੀ ਦਾੜ੍ਹੀ, ਮਹਾਰਾਜਿਆਂ ਵਰਗੀ ਦਸਤਾਰ ਤੇ ਦਸਤਾਰ ਤੇ ਜੜੀ ਸੁਨਹਿਰੀ ਕਲਗੀ। ਮੈਨੂੰ ਇੰਝ ਜਾਪਿਆ ਅੱਜ ਇੱਕ ਮਹਾਰਾਜਾ ਇੱਕ ਮਹਾਰਾਣੀ ਦੀ ਝੋਲੀ ਵਿੱਚ ਸੱਤਾਂ ਆਕਾਸ਼ਾਂ ਤੋਂ ਤਾਰੇ ਤੋੜ ਕੇ ਪਾਉਣ ਆਇਆ ਹੈ। ਮੈਂ ਮਨ ਬਣਾਈ ਬੈਠੀ ਸਾਂ ਕਿ ਪਹਿਲਾਂ ਉਹ ਬੁਲਾਉਣਗੇ ਤਾਂ ਮੈਂ ਫੇਰ ਬੋਲਾਂਗੀ, ਕਿਉਂਕਿ ਅੱਜ ਮੇਰੀ ਸੁਹਾਗ ਰਾਤ ਸੀ। ਅਖੀਰ ਉਹ ਬੋਲੇ। ਉਹਨਾਂ ਦਾ ਇੱਕੋ ਬੋਲ ਸੁਣ ਕੇ ਮੈਂ ਠਠੰਬਰ ਗਈ। ਉਹਨਾਂ ਤੋਤਲੀ ਜ਼ਬਾਨ 'ਚ ਕਿਹਾ, ਕੁੱਲੋ ਜੀ ਸਤਿ ਸ਼੍ਰੀ ਅਕਾਲ। ਮੈਨੂੰ ਸਤਿ ਸ਼੍ਰੀ ਅਕਾਲ ਭੁੱਲ ਗਈ। ਮੈਂ ਆਪਣਾ ਦਿਲ ਤਗੜਾ ਕਰਕੇ ਕਿਹਾ, ਹੋ ਸਕਦਾ ਹੈ ਮੈਨੂੰ ਮਖੌਲ ਕਰਦੇ ਹੋਣ। ਉਹਨਾਂ ਫੇਰ ਕਿਹਾ, ਤੂੰ ਮਲੀ ਬਹੁਤੀ ਹੈ। ਮੈਂ ਉਹਨਾਂ ਵੱਲ ਨਜ਼ਰਾਂ ਚੁੱਕ ਕੇ ਵੇਖਿਆ ਅਤੇ ਕੁਝ ਨਾ ਬੋਲ ਸਕੀ। ਫੇਰ ਕਹਿਣ ਲੱਗੇ, ਜੇ ਤੂੰ ਮੇਰੀ ਬਹੁਤੀ ਹੈ ਤਾਂ ਮੈਨੂੰ ਚੀਜ਼ ਹੀ ਦੇ। ਮੈਂ ਫੇਰ ਵੀ ਚੁੱਪ ਰਹੀ, ਪਰ ਗੌਰ ਨਾਲ ਉਹਨਾਂ ਵੱਲ ਵੇਖਦੀ ਰਹੀ। ਉਹ ਕਹਿਣ ਲੱਗੇ, ਕੁੱਲੋ ਜੀ, ਭਾਬੀ ਕਹਿੰਦੀ ਸੀ ਜਦੋਂ ਤੇਲੀ ਬਹੁਤੀ ਆਊਗੀ ਉਹ ਤੈਨੂੰ ਚੀਜ਼ ਹੀ ਦਿਆ ਕਰੇਗੀ। ਮੈਂ ਕਿਹਾ, ਹੋਰ ਕੀ ਕਹਿੰਦੀ ਸੀ ਭਾਬੀ? ਕਹਿਣ ਲੱਗੇ, ਭਾਬੀ ਕਹਿੰਦੀ ਸੀ ਤੇਲੀ ਬਹੁਤੀ ਤੈਨੂੰ ਗੱਦੀ 'ਚ ਪਾ ਕੇ ਸ਼ੈਲ ਕਰਵਾਇਆ ਕਰੇਗੀ, ਤੈਨੂੰ ਲੋਲੀਆਂ ਦਿਆ ਕਰੇਗੀ, ਤਾਫੀਆਂ ਦਿਆ ਕਰੇਗੀ, ਤੇਰੇ ਨਾਲ ਹੂਤੇ ਬਾਤੇ ਕਲਿਆ ਕਰੇਗੀ, ਗੋਲ ਕੰਧੇ ਜੂਏ ਲੰਦੇ ਕਲਿਆ ਕਰੇਗੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਖੂਨ ਜੰਮਣਾ ਸ਼ੁਰੂ ਹੋ ਗਿਆ। ਮੇਰਾ ਮਨ ਅਜੇ ਵੀ ਨਾ ਮੰਨੇ ਕਿ ਮੈਂ ਕੀ ਵੇਖ ਰਹੀ ਹਾਂ। ਉਹ ਆਪਣੀ ਧੁੰਨ 'ਚ ਕਹੀ ਜਾ ਰਹੇ ਸਨ, ਭਾਬੀ ਕਹਿੰਦੀ ਸੀ ਤੇਲੀ ਬੱਤੀ ਤੈਨੂੰ ਉਲਾ ਉਲਾ ਪਧਾਇਆ ਕਰੇਗੀ, ਜੇ ਤੂੰ ਭੁੱਲਿਆ ਨਾ ਪਧਿਆ ਕਲੇਂਗਾ ਤਾਂ ਤੈਨੂੰ ਕੁੱਤਿਆ ਕਲੇਗੀ। ਕੁਲੋ, ਤੂੰ ਮੈਨੂੰ ਸ਼ਸ਼ੀ ਕੁੱਤਿਆ ਕਲੇਂਗੀ? ਮੇਰਾ ਸਿਰ ਚਕਰਾਉਣ ਲੱਗਾ। ਮੈਂ ਬੁੜਵਾਇਆ ਪੁੱਛਿਆ, ਕਿ ਤੁਹਾਨੂੰ ਕਿਸੇ ਨੇ ਇਸ ਬਾਰੇ ਵੀ ਦੱਸਿਆ ਸੀ ਕਿ ਅੱਜ ਸਾਡੀ ਸੁਹਾਗ ਰਾਤ ਹੈ? ਉਹ ਕਹਿਣ ਲੱਗੇ, ਸੁਹਾਗ ਰਾਤ ਕੀ ਹੁੰਦੀ ਹੈ ਕੁੱਲੋ? ਮੈਂ ਪੁੱਛਿਆ, ਤੁਹਾਨੂੰ ਮੇਰੇ ਕਮਰੇ 'ਚ ਕੌਣ ਛੱਡ ਕੇ ਗਿਆ? ਉਹ ਬੋਲੇ, ਮੈਨੂੰ ਇੱਥੇ ਝਾਈ ਜੀ ਛੱਡ ਕੇ ਗਈ ਹੈ। ਉਹ ਕਹਿੰਦੀ ਸੀ ਤੂੰ ਕੁੱਲੋ ਨਾਲ ਖੇਡ। ਮੇਰਾ ਇੱਕ ਰੰਗ ਆਵੇ ਇੱਕ ਰੰਗ ਜਾਵੇ। ਮੈਂ ਪੁੱਛਿਆ, ਤੁਸੀਂ ਕਿਹੜੀ ਖੇਡ ਖੇਡਦੇ ਹੁੰਦੇ ਹੋ? ਉਹ ਕਹਿਣ ਲੱਗੇ, ਮੁੰਡੇ ਮੈਨੂੰ ਆਪਣੇ ਨਾਲ ਨਹੀਂ ਖੇਡਣ ਦਿੰਦੇ, ਉਹ ਮੈਥੋਂ ਦਲ ਦੇ ਲੈਂਦੇ ਆ, ਮੈਨੂੰ ਵੱਡਾ ਸਮਝਦੇ ਆ। ਪਹਿਲਾਂ ਮੈਂ ਉਹਨਾਂ ਨਾਲ ਖੇਡਦਾ ਹੁੰਦਾ ਸੀ, ਹੁਣ ਮੈਂ ਇਕੱਲਾ ਲੁੱਡੋ ਖੇਡਦਾ। ਵੱਡਾ ਨੌਕਲ ਮੇਲੇ ਨਾਲ ਕਦੇ ਕਦੇ ਲੁੱਡੋ ਖੇਡਦਾ, ਛੋਟਾ ਨੌਕਲ ਮੇਲੀ ਜੇਬ 'ਚੋਂ ਪੈਸੇ ਕੱਢ ਲੈਂਦਾ, ਵੱਡਾ ਬਾਈ ਮੈਨੂੰ ਮੁੱਲ ਤਾਂ ਵਿਖਾ ਕੇ ਲਿਆਉਂਦਾ ਹੁੰਦਾ। ਉਹ ਯੱਕਲ ਖਤ ਖਿੜਖਿੜਾ ਕੇ ਹੱਸੇ ਅਤੇ ਕਹਿਣ ਲੱਗੇ, ਕੁੱਲੋ ਮੁੱਲ ਤਾਂ ਬੋਲਦੀਆਂ ਹੁੰਦੀਆਂ ਨੇ, ਤੂੰ ਮੁੱਲ ਤਾਂ ਵੇਖਿਆ? 7 ਪੈਸੇ ਲੱਗਦੇ ਆ ਬੋਲਦੀਆਂ ਮੁੱਲ ਤਾਂ ਵੇਖਣ ਦੇ, ਤੂੰ ਮੇਲੇ ਨਾਲ ਚੱਲੀ ਮੈਂ ਤੈਨੂੰ ਮੁੱਲ ਤਾਂ ਵਿਖਾ ਕੇ ਲਿਆਂਗਾ। ਅੱਛਾ ਚੱਲਾਂਗੀ, ਮੈਂ ਨਿੰਮੋ ਝੁਣੇ ਹੋ ਕੇ ਕਿਹਾ। ਉਹ ਕਹਿੰਦੇ ਗਏ, ਮੁੱਦੇ ਵਾਲੀ ਆਂਟੀ ਨੇ ਮੈਨੂੰ ਘੋਆ ਲਿਆ ਕੇ ਦਿੱਤਾ ਸੀ, ਘੋਆ ਬੜਾ ਸੋਹਣਾ ਸੀ, ਮੇਲੇ ਕੋਲ ਇੱਕ ਤੋਹ ਸੀ, ਤੋਹ 'ਤੇ ਘੋਲਾ ਲੱਦ ਪਏ, ਤੋਹ ਨੇ ਘੋਲੇ ਦੀ ਲੱਤ ਵੱਧ ਖਾਧੀ ਅਤੇ ਫਿਰ ਹੀ ਹੀ ਕਰਨ ਲੱਗ ਪਏ, ਮੈਨੂੰ ਠੰਡੇ ਪਸੀਨੇ ਛੁੱਟ ਪਏ। ਮੈਨੂੰ ਕੁਝ ਨਾ ਸੁੱਝੇ, ਤੋਤਲੀਆਂ ਗੱਲਾਂ ਵਾਲੇ ਮਾਹੀ ਨਾਲ ਕੀ ਗੱਲ ਕਰਾਂ? ਮੇਰੇ ਨਾਲ ਆਇਆ ਹੋਇਆ ਦਾਜ ਕੁਰਲਾਉਣ ਵਾਲਾ ਹੋ ਗਿਆ, ਮੇਰਾ ਚੂੜਾ ਜ਼ਖਮੀ ਹੋ ਚੱਲਿਆ, ਮੇਰੇ ਗਲ ਪਿਆ ਸੋਨਾ ਸੱਪ ਠੂਹੇ ਜਾਪਣ ਲੱਗਾ। ਹਾਏ ਰੱਬਾ, ਮੈਂ ਕੀ ਸੋਚਿਆ ਕਰਦੀ ਸੀ ਅਤੇ ਇਹ ਮੈਂ ਕੀ ਵੇਖ ਰਹੀ ਸਾਂ? ਉਹ ਫਿਰ ਕਹਿਣ ਲੱਗੇ, ਕੁੱਲੋ ਤੂੰ ਬਿੱਲੇ ਕਾ ਘਲ ਵੇਖਿਆ? ਮੈਂ ਨਾਂ 'ਚ ਉੱਤਰ ਦਿੱਤਾ। ਉਹ ਬੋਲੇ, ਬਿੱਲਾ ਮਿਲਾ ਯਾਲ ਹੈ, ਉਹ ਦੂਜੀ 'ਚ ਪੱਧਦਾ, ਅਸੀਂ ਇਕੱਠੇ ਗੋਲੀਆਂ ਖੇਡਦੇ ਹੁੰਦੇ ਹਾਂ। ਉਹ ਮੈਨੂੰ ਕਹਿੰਦਾ ਸੀ, ਭੋਲੇ ਜਦੋਂ ਤੇਲਾ ਵਿਆਹ ਹੋਵੇ ਤੂੰ ਮੈਨੂੰ ਲੱਡੂ ਦੇਈਂ, ਮੈਂ ਉਸ ਵੇਲੇ ਉਹਨੂੰ ਲੱਡੂ ਦਿਆਂਗਾ। ਵਿਆਹ ਦਾ ਨਾਂ ਸੁਣ ਕੇ ਮੈਂ ਇੱਕ ਵਾਰ ਤਰਬਕੀ, ਮੇਰੇ ਮੱਥੇ ਦੀਆਂ ਨਾੜਾਂ ਉਲਝਣ ਲੱਗੀਆਂ। ਮੇਰਾ ਇੱਕ ਜੀ ਕਰਦਾ ਸੀ ਮੈਂ ਕੰਧ 'ਚ ਸਿਰ ਮਾਰਾਂ, ਆਪਣੇ ਸਿਰ 'ਚ ਮਾਰ ਕੇ ਚੂੜਾ ਚਿਕਰੂੰ ਚਿਕਰੂੰ ਕਰ ਸੁੱਟਾਂ, ਅੱਗ ਲਾ ਦਿਆਂ ਸਾਰੇ ਦਾਜ ਨੂੰ, ਫੂਕ ਸੁੱਟਾਂ ਇਸ ਅਖੌਤੀ ਸਹੁਰਿਆਂ ਦੇ ਘਰ ਨੂੰ, ਲਾਂਬੂ ਵਲ ਉੱਠਣ ਇੱਕ ਇੱਕ ਚੀਜ਼ ਦੇ, ਉਹ ਲੋਕ ਨਾਲ ਹੀ ਸੜ ਕੇ ਸੁਆਹ ਹੋ ਜਾਣ 'ਚ ਨਾ ਮੇਰੇ ਨਾਲ ਇੰਨਾ ਵੱਡਾ ਧਰੋਹ ਕੀਤਾ। ਇਹਨਾਂ ਦੇ ਚਾਚਿਆਂ ਤਾਇਆਂ ਨੇ, ਮੇਰਿਆਂ ਮਾਪਿਆਂ ਨੇ ਮੇਰੀਆਂ ਅੱਖਾਂ ਭਖਣ ਲੱਗੀਆਂ, ਮੈਂ ਦੰਦ ਕਰੀਚਣ ਲੱਗੀ। ਉਹ ਫਿਰ ਬੋਲੇ, ਕੁੱਲੋ ਤੂੰ ਗੁੱਦੀ ਗੁੱਦੇ ਦਾ ਵਿਆਹ ਇੱਥੇ ਤਾਲੋ, ਗੁੱਦੀ ਗੁੱਦੇ ਦਾ ਵਿਆਹ ਕਲਿਆ ਕਲਦੀ ਹੈ,
ਉਹ ਸਾਨੂੰ ਚੀਜ਼ੀ ਦੀ ਆਵ ਕਲਦੀ ਹੈ। ਹੁਣ ਆਪਾਂ ਵੀ ਗੁੱਦੀ ਗੁੱਦੇ ਦਾ ਵਿਆਹ ਕਲਾਂਗੇ, ਤੂੰ ਮੈਨੂੰ ਫਿਰ ਮੈਨੂੰ ਚੀਜ਼ੀ ਬੰਦੀ। ਮੈਂ ਤਾਲੋ ਨੂੰ, ਬਿੱਲੋ ਨੂੰ, ਪੱਪੂ ਨੂੰ, ਮੰਜੂ ਨੂੰ, ਨਾਨੂ ਨੂੰ, ਨਾਲੇ ਸ਼ੀਆਂ ਜੀ ਨੂੰ, ਸ਼ਾਲਿਆਂ ਨੂੰ ਛੱਡੂੰਗਾ। ਮੇਰੇ ਸਬਰ ਦਾ ਪਿਆਲਾ ਉਛਲ ਪਿਆ, ਮੈਂ ਫਿਸ ਪਈ। ਜੀ ਕਰਦਾ ਸੀ ਮੈਂ ਜ਼ੋਰ ਜ਼ੋਰ ਨਾਲ ਧਾਹਾਂ ਮਾਰ ਕੇ ਰੋਵਾਂ, ਪਰ ਮੈਂ ਡਰਦੀ ਸਾਂ ਕਿਧਰੇ ਸਾਰਾ ਮੁਹੱਲਾ ਇਕੱਠਾ ਨਾ ਹੋ ਜਾਏ। ਉਹ ਮੈਨੂੰ ਸਿਸਕੀਆਂ ਭਰਦੇ ਅਤੇ ਰੋਂਦੇ ਵੇਖ ਕੇ ਕਹਿਣ ਲੱਗੇ, ਕੁਲੋ ਤੇਲਾ ਇੱਥੇ ਜੀ ਨਹੀਂ ਲੱਗਦਾ, ਤੈਨੂੰ ਤੇਰੀ ਮੰਮੀ ਯਾਦ ਆਉਂਦੀ ਹੈ। ਮੈਂ ਵੀ ਲਾਉਂਦਾ ਹੁੰਦਾ, ਉਹ ਕਹਿੰਦੀ ਹੁੰਦੀ ਆ, ਨਾ ਲਓ ਮੇਰੇ ਲਾਦਲੇ, ਨਾ ਲਓ, ਨਾ ਲਓ ਮੇਲੇ ਲਾਜੇ, ਨਾ ਲਓ। ਅਤੇ ਮੈਂ ਚੁੱਪ ਕਰ ਜਾਂਦਾ, ਤੂੰ ਕੁਲੋ ਨਾ ਲਓ, ਮੈਂ ਮੰਮਾ ਨੂੰ ਛੱਡਦਾ, ਉਹ ਤੈਨੂੰ ਚੁੱਪ ਕਲਾਏਗੀ। ਅਤੇ ਉਹ ਮੇਰੇ ਕਮਰੇ 'ਚੋਂ ਬਾਹਰ ਨਿਕਲ ਗਏ। ਥੋੜ੍ਹੀ ਦੇਰ ਬਾਅਦ ਮੇਰੀ ਸੱਸ ਮੇਰੇ ਪਾਸ ਆ ਗਏ, ਆ ਬੈਠੀ, ਮੈਨੂੰ ਕਹਿਣ ਲੱਗੀ, ਬੀਬੀ ਸੁਹਾਗ ਦੀ ਰਾਤੇ ਭਲਾ ਕੌਣ ਇਸ ਤਰ੍ਹਾਂ ਰੋਂਦਾ। ਮੇਰੀਆਂ ਭੁੱਬਾਂ ਨਿਕਲ ਗਈਆਂ, ਮੈਂ ਸੜ ਕੇ ਕਿਹਾ, ਅੱਗ ਲੱਗੇ ਫਿਰ ਇਹ ਸੁਹਾਗ ਨੂੰ। ਮਾਂ ਜੀ ਤੁਸੀਂ ਮੈਥੋਂ ਕਿਸ ਜਨਮ ਦੇ ਬਦਲੇ ਲੈਣੇ ਸਨ? ਕਾਕੀ ਰੋ ਨਾ, ਇਹ ਪ੍ਰਾਲਬੱਧ ਦੀ ਗੱਲ ਹੈ। ਸਾਨੂੰ ਰੱਬ ਨੇ ਬੇਓੜਕ ਰਿਜ਼ਕ ਬਖਸ਼ਿਆ, ਧਨ ਬਖਸ਼ਿਆ, ਪਰ ਸਾਡੀ ਝੋਲੀ ਇੱਕੋ ਇੱਕ ਬੱਚਾ ਪਾਇਆ। ਡਾਕਟਰ ਕਹਿਣ ਲੱਗੇ ਇਹਦੇ ਦਿਮਾਗ ਦਾ ਗਵਰਨਰ ਬਚਪਨ ਵਿੱਚ ਜਿੱਥੇ ਬੱਝਾ ਸੀ ਉੱਥੇ ਰਹੇਗਾ, ਇਹ ਭਾਵੇਂ ਬੁੱਢਾ ਹੋ ਜਾਏ ਪਰ ਇਹ ਇਸੇ ਤਰ੍ਹਾਂ ਤੋਤਲੀਆਂ ਗੱਲਾਂ ਕਰਦਾ ਰਹੇਗਾ। ਇਹੋ ਜਿਹੇ ਬੱਚਿਆਂ ਨੂੰ ਡਾਕਟਰ ਕਵੈਸੀ ਮੋਡੋ ਟਾਈਪ ਕਹਿੰਦੇ ਹਨ। ਜਿੱਥੋਂ ਤੱਕ ਇਹਦੇ ਦਿਮਾਗ ਅਤੇ ਬੋਲੀ ਦਾ ਸੰਬੰਧ ਹੈ, ਅੱਜ ਵੀ 3 ਸਾਲ ਦੇ ਬੱਚਿਆਂ ਬਰਾਬਰ ਹੈ। ਅਸੀਂ ਬੱਚੇ ਸਾਰੀ ਉਮਰ ਬੱਚੇ ਹੀ ਰਹਿੰਦੇ, ਐਸੇ ਬੱਚੇ ਸਾਰੀ ਉਮਰ ਬੱਚੇ ਹੀ ਰਹਿੰਦੇ ਹਨ। ਇਹ ਬੱਚਿਆਂ ਨਾਲ ਖੇਡ ਕੇ ਖੁਸ਼ ਹੁੰਦਾ, ਉਹਨਾਂ ਵਾਂਗ ਹੀ ਲਾਡ ਕਰਦਾ, ਤੋਤਲੀਆਂ ਗੱਲਾਂ ਕਰਦਾ ਕਰਦਾ ਇਹ ਮੇਰੇ ਗਲ ਦੁੱਧ ਚੁੰਘਦੇ ਬੱਚਿਆਂ ਵਾਂਗ ਚਿੰਬੜ ਜਾਂਦਾ। ਇਹ ਬੱਚਿਆਂ ਵਾਲੀਆਂ ਖੇਡਾਂ ਖੇਡ ਕੇ ਅਤੇ ਖਿਡੌਣੇ ਲੈ ਕੇ ਪ੍ਰਸੰਨ ਹੁੰਦਾ। ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣਦੀ ਗਈ, ਜਿਉਂ ਜਿਉਂ ਸੁਣ ਰਹੀ ਸਾਂ ਤਿਉਂ ਤਿਉਂ ਮੈਨੂੰ ਗੁੱਸਾ ਚੜ ਰਿਹਾ ਸੀ। ਮੈਂ ਫਿਰ ਗੁੱਸੇ ਨਾਲ ਕਿਹਾ, ਮਾਂ ਜੀ ਜੇ ਇਹ ਗੱਲ ਸੀ ਤਾਂ ਤੁਸੀਂ ਮੇਰੀ ਜ਼ਿੰਦਗੀ ਕਿਉਂ ਤਬਾਹ ਕੀਤੀ? ਮੇਰੇ ਅਰਮਾਨਾਂ ਦੀ ਹੋਲੀ ਕਿਉਂ ਖੇਡੀ? ਨਾ ਇਹ ਨਿਆਣੇ ਨਾ ਇਹ ਸਿਆਣੇ ਇਹ ਮੇਰੇ ਮਨ ਨੂੰ ਕਿਵੇਂ ਪੜ੍ਹ ਸਕਦੇ ਹਨ? ਤੁਹਾਨੂੰ ਕਿਸ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਮੇਰੇ ਸੁਪਨਿਆਂ ਦਾ ਕਤਲ ਕਰੋ? ਅਤੇ ਮੈਂ ਫਿਰ ਬੇਅਖਤਿਆਰੇ ਰੋ ਪਈ। ਉਹ ਫਿਰ ਅੰਦਰ ਆ ਗਏ, ਮੈਨੂੰ ਰੋਂਦਿਆਂ ਵੇਖ ਕੇ ਆਪ ਵੀ ਰੋਣ ਲੱਗ ਪਏ। ਰੋਂਦੇ ਰੋਂਦੇ ਆਪਣੀ ਮਾਂ ਨੂੰ ਕਹਿੰਦੇ, ਮੰਮੀ ਕੁੱਲੋ ਲਾਉਂਦੀ ਆ, ਤੂੰ ਇਹਨੂੰ ਚੀਜੀ ਦੇ। ਮੰਮੀ ਕੁੱਲੋ ਨੂੰ ਕਹੋ ਮੈਂ ਸਵੇਲੇ ਇਹਨੂੰ ਬੋਲਦੀਆਂ ਮੂਲਤਾਂ ਵਿਖਾ ਕੇ ਲਿਆਵਾਂਗਾ, ਮੈਨੂੰ ਇਹਨੂੰ ਸੋਹਣੀ ਗੁੱਦੀ ਲਿਆ ਕੇ ਦਿਆਂਗਾ, ਨਾਲੇ ਸੋਹਣੇ ਸੋਹਣੇ ਕਾਕੇ ਲਿਆ ਕੇ ਦਿਆਂਗਾ। ਸੋਹਣੇ ਸੋਹਣੇ ਕਾਕਿਆਂ ਵਾਲਾ ਫਿਕਰਾ ਸੁਣ ਕੇ ਇੱਕ ਵੇਰ ਮੇਰੀਆਂ ਚੀਕਾਂ ਨਿਕਲ ਗਈਆਂ, ਵੀ ਰੱਬਾ ਮੇਰੇ ਲੇਖ ਕਿਉਂ ਸੜ ਗਏ? ਮੈਂ ਸਾਰੀ ਰਾਤ ਰੋਂਦੀ ਰਹੀ, ਸਿਸਕੀਆਂ ਭਰਦੀ ਰਹੀ, ਮੱਛੀ ਵਾਂਗ ਤੜਫਦੀ ਰਹੀ। ਮੇਰੀ ਸੱਸ ਅਤੇ ਮੇਰਾ ਸੁਹਾਗ ਵਰਾ ਵਰਾ ਚਲੇ ਗਏ। ਮੈਨੂੰ ਸਾਰਾ ਕਮਰਾ ਆਪਣੀ ਚਿਖਾ ਬਰਾਬਰ ਲੱਗਦਾ ਸੀ। ਮੇਰੇ ਹੱਥਾਂ ਦੀ ਮਹਿੰਦੀ ਮੈਨੂੰ ਡੱਸ ਰਹੀ ਸੀ। ਘਰ 'ਚ ਆਇਆ ਮੇਲ ਗਿੱਧੇ ਪਾ ਰਿਹਾ ਸੀ, ਵਿਹੜੇ 'ਚ ਕੁੜੀਆਂ ਦੇ ਨੱਚਣ ਅਤੇ ਜ਼ੋਰ ਜ਼ੋਰ ਅੱਡੀਆਂ ਮਾਰਨ ਦੀ ਆਵਾਜ਼ ਮੇਰੇ ਕੰਨੀ ਪੈ ਰਹੀ ਸੀ। ਮੈਨੂੰ ਜਾਪਦਾ ਸੀ ਜਿਵੇਂ ਉਹ ਮੇਰੀ ਹਿੱਕ 'ਚ ਅੱਡੀਆਂ ਮਾਰ ਰਹੀਆਂ ਹਨ। ਕੁੜੀਆਂ ਨੇ ਬੋਲੀ ਪਾਈ, ਘਰ ਨਾ ਵੇਹਦੀਆਂ ਵਾਰ ਨਾ ਵੇਹਦੀਆਂ ਬਦਲੇ ਖੋਰੀਆਂ ਮਾਵਾਂ, ਚੁੱਕ ਕੇ ਧੀਆਂ ਨੂੰ ਡੋਲੀ ਪਾਉਂਦੀਆਂ ਚਾਰ ਕੋਈ ਦੇ ਕੇ ਲਾਵਾਂ, ਛੇਜੇ ਚੜ੍ਹਦਾ ਬੁਸ ਬੁਸ ਕਰਦਾ, ਮੈਂ ਕਿਹਨੂੰ ਸਮਝਾਵਾਂ ਕੰਤ ਨਿਆਣੇ ਦਾ, ਕਿਹਨੂੰ ਦੁੱਖ ਸੁਣਾਵਾਂ ਕੰਤ ਨਿਆਣੇ ਦਾ, ਕਿਹਨੂੰ ਦੁੱਖ ਸੁਣਾਵਾਂ। ਮੈਨੂੰ ਇਸ ਤਰ੍ਹਾਂ ਜਾਪਿਆ ਤਰ੍ਹਾਂ ਜਿਵੇਂ ਸਾਰੀ ਦੁਨੀਆ ਮੇਰੇ ਨਾਲ ਕੰਤ ਨਿਆਣੇ ਦਾ ਅਫਸੋਸ ਕਰ ਰਹੀ ਹੁੰਦੀ ਹੈ। ਰੋਂਦਿਆਂ ਰੋਂਦਿਆਂ ਸੁਹਾਗ ਦੀ ਸੂਲੀ 'ਤੇ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਮੇਰੀਆਂ ਪਲਕਾਂ 'ਚ ਇੱਕ ਸੁਪਨਾ ਉਤਰਨਾ ਸ਼ੁਰੂ ਹੋਇਆ। ਮੈਨੂੰ ਜਾਪਿਆ ਜਿਵੇਂ ਮੇਰਾ ਲਾੜਾ ਮੇਰੀ ਠੋਡੀ ਚੁੱਕ ਕੇ ਕਹਿ ਰਿਹਾ, ਜੇ ਮੈਨੂੰ ਪਤਾ ਹੁੰਦਾ ਤੈਨੂੰ ਵੇਖਦੇ ਸਾਰ ਮੇਰੀਆਂ ਅੱਖਾਂ 'ਚ ਹੁੰਦੇ ਆ ਜਾਣਗੀਆਂ ਤਾਂ ਮੈਂ ਕਾਲੇ ਗੋਗਲਸ ਲਾ ਕੇ ਆਉਂਦਾ। ਸ਼ਰਮਾ ਗਏ ਹੋ, ਮਾਰ ਸੁੱਟੋਗੇ, ਹੇ ਰੱਬ ਜੀ। ਜਲਵਾ ਗਰੀ ਕਾ ਖੰਜਰ ਦੋਨੋ ਤਰ੍ਹਾਂ ਚਲਾਇਆ, ਪਰਦਾ ਉਠਾ ਕੇ ਮਾਰਾ, ਪਰਦਾ ਗਿਰਾ ਕੇ ਮਾਰਾ। ਮੈਂ ਕਿਹਾ ਜੀ ਇਹ ਸੰਦੂਰ, ਸ਼ਹਿਦ, ਸ਼ਰਾਬ, ਚੰਦਰਮਾ ਦੀਆਂ ਕਿਰਨਾਂ ਅਤੇ ਊਸ਼ਾ ਦੀ ਲਾਲੀ ਇਸ ਹੁਸੀਨ ਚਿਹਰੇ 'ਤੇ ਕਿਵੇਂ ਇੱਕ ਦੂਜੇ ਨਾਲ ਮਿਲ ਕੇ ਦਗ ਦਗ ਕਰ ਰਹੀ ਹੈ? ਹਰਨਾਂ ਅਤੇ ਮੱਛੀਆਂ ਤੋਂ ਅੱਖਾਂ ਉਧਾਰੀਆਂ ਲੈ ਕੇ ਇਹਨਾਂ ਵਿੱਚ ਅਣਗਿਣਤ ਪੈਮਾਨੇ ਛਲਕਾਉਂਦੇ ਹੋਏ ਤੁਸੀਂ ਅੱਜ ਮੇਰੀਆਂ ਦਹਿਲੀਜ਼ਾਂ ਟੱਪ ਕੇ ਮੇਰੀ ਦੁਨੀਆਂ 'ਚ ਕਿਵੇਂ ਆ ਪੁੱਜੇ? ਦੱਸੋ ਨਾ ਜੀ, ਹਾੜੇ ਕੁਝ ਬੋਲੋ ਰਾਣੀ ਜੀ। ਮੈਂ ਮੁਸਕਰਾਉਂਦੀ ਵੀ ਸਾਂ ਅਤੇ ਸ਼ਰਮਾਉਂਦੀ ਵੀ ਸਾਂ। ਇੰਨੇ ਨੂੰ ਉਹਨਾਂ ਨੇ ਚਾਬੀ ਵਾਲੀ ਮੋਟਰ ਫਰਸ਼ 'ਤੇ ਛੱਡਦਿਆਂ ਮੈਨੂੰ ਹਲੂਣ ਕੇ ਜਗਾਉਂਦਿਆਂ ਕਿਹਾ, ਕੁਲੋ ਕੁਲੋ ਵੇਖ ਕਿੰਨੀ ਸੋਹਣੀ ਮੋਤਲ ਲਿਆ, ਇਹ ਭੀ ਭੀ ਕਲਦੀ ਜਾਂਦੀ ਆ। ਇਹ ਵੇਖ ਚਾਬੀ ਵਾਲਾ, ਵਾਈ ਜੋਜ, ਇਹ ਉੱਦਦਾ ਉੱਦਦਾ ਡਿੱਗਦਾ ਹੈ ਅਤੇ ਡਿੱਗਦਾ ਡਿੱਗਦਾ ਉੱਦਦਾ ਹੈ। ਵੇਖ ਕੁਲੋ, ਮੈਂ ਤੇਰੇ ਲਈ ਤਾਫੀਆਂ ਲਿਆਇਆ, ਤੂੰ ਲੋਇਆ ਨਾ ਕੱਲ੍ਹ।
ਆਪਾਂ ਅੱਜ ਬਜਾਲ ਤਲਾਂਗੇ ਤੇ ਤੈਨੂੰ ਮੰਮੀ ਬਿਸਕੁਟ ਲੈ ਕੇ ਦੇਏਗੀ। ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਣਸੁਣੀਆਂ ਕਰਦੀ ਹੋਈ ਆਪਣਾ ਸਮਾਨ ਬੰਨਣ ਲੱਗੀ। ਨੌਕਰ ਚਾਹ ਲਿਆਇਆ, ਮੈਂ ਮੋੜ ਦਿੱਤੀ। ਮੈਂ ਆਪਣੇ ਗਹਿਣੇ ਗੱਟੇ ਸੂਟ ਕੇਸ ਵਿੱਚ ਬੰਦ ਕਰ ਦਿੱਤੇ। ਸੁਰਖੀ ਬਿੰਦੀ ਸਭ ਕੁਝ ਧੋ ਸੁੱਟਿਆ, ਜੋ ਸਾਦਾ ਤੋਂ ਸਾਦਾ ਲੀੜੇ ਮੈਨੂੰ ਆਪਣੇ ਸਮਾਨ 'ਚੋਂ ਲੱਭ ਸਕੇ ਪਾ ਲਏ। ਮੈਂ ਆਪਣੇ ਪੇਕੇ ਘਰ ਵਾਪਸ ਆਉਣ ਲਈ ਤਿਆਰ ਹੋ ਗਈ। ਉਹ ਕਾਫੀ ਦੇਰ ਮੇਰੇ ਵੱਲ ਬਿੱਤਰ ਬਿੱਤਰ ਵੇਖਦੇ ਰਹੇ। ਅਖੀਰ ਸੰਗਦਿਆਂ ਸੰਗਦਿਆਂ ਮੇਰੇ ਕੋਲ ਆਏ। ਉਹਨਾਂ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੇ, ਖੁੱਲੋ, ਤੂੰ ਨਾ ਜਾਈ, ਮੇਰਾ ਜੀ ਨਹੀਂ ਲੱਗੂਗਾ। ਮੈਂ ਤੇਰੇ ਕੋਲੋਂ ਉਦਾ ਉਦਾ ਪਧਿਆ ਕਰਾਂਗਾ, ਤੂੰ ਮੇਰੇ ਕੋਲੋਂ ਲੁੱਦੋ ਸਿੱਖੀ। ਮੇਰੇ ਕੋਲ ਪੈਸਿਆਂ ਦੀ ਕੁੱਜੀ ਭਲੀ ਹੋਈ ਆ, ਅਸੀਂ ਉਹ ਸੋਲੇ ਖਲ ਚਲਾਂਗੇ। ਗੁੱਦੀ ਲਿਆਵਾਂਗੇ, ਬੰਤੇ ਲਿਆਵਾਂਗੇ, ਗੁੱਲੀ ਡੰਡਾ ਲਿਆਵਾਂਗੇ, ਚੀਜ਼ੀ ਲਿਆਵਾਂਗੇ, ਲੱਡੂ ਲਿਆਵਾਂਗੇ, ਚੀਜ਼ੀ ਲਿਆਵਾਂਗੇ, ਮਲਾਈ ਕੀ ਬਲਫ ਲਿਆਵਾਂਗੇ, ਚਾਤ ਖਾਵਾਂਗੇ, ਹੂਤੇ ਲਵਾਂਗੇ, ਝਾਤ ਕਲਨ ਖੇਲਾਂਗੇ, ਚੂਹੇ ਲੰਦੇ ਕਲਾਂਗੇ, ਤੂੰ ਗੋਲ ਗੰਦੇ ਕਲੀ, ਮੇਰੇ ਹੱਥ 'ਚ ਝੁਲ ਝੁਲ ਕਲੀ, ਲੱਭ ਲਿਆ ਕਲੀ। ਮੈਂ ਫਿਰ ਰੋ ਪਈ। ਮੈਨੂੰ ਜਾਪਿਆ ਮੈਂ ਇੱਥੋਂ ਆਪਣੀ ਕੋਈ ਚੀਜ਼ ਵੀ ਚੁੱਕ ਕੇ ਨਹੀਂ ਜਾ ਸਕਾਂਗੀ। ਮੇਰਾ ਸਰੀਰ ਢਹਿ ਢੇਰੀ ਹੋ ਗਿਆ, ਮੈਂ ਗਸ਼ ਖਾ ਕੇ ਡਿੱਗ ਪਈ। ਜਦੋਂ ਹੋਸ਼ ਆਈ ਤਾਂ ਕੀ ਵੇਖਦੀ ਹਾਂ ਕਿ ਉਹ ਮੇਰੇ ਸਿਰਾਣੇ ਆਪਣੀ ਗਲਾਸੀ 'ਚ ਪਾਣੀ ਪਾ ਕੇ ਖਲੋਤੇ ਹਨ ਅਤੇ ਕਹਿ ਰਹੇ ਹਨ, ਖੁੱਲੋ, ਪਾਣੀ ਪੀ ਲੈ, ਤੂੰ ਲੋਇਆ ਨਾ ਕੱਲ, ਤੂੰ ਨਾ ਜਾਏ, ਤੇਰੇ ਬਿਨਾਂ ਮੇਲਾ ਜੀ ਨਹੀਂ ਲੱਗਣਾ, ਤੂੰ ਮੇਰੀ ਬਹੁਤੀ ਬਣ ਜਾ, ਅਸੀਂ ਕਦੇ ਨਹੀਂ ਲੈ ਲਿਆ ਕਲਾਂਗੇ। ਮੈਂ ਤੈਨੂੰ ਗੁੱਦੀ ਲੈ ਕੇ ਦਿਆਂਗਾ, ਅਸੀਂ ਸ਼ੈਲ ਕਲਨ ਚੱਲਿਆ ਕਲਾਂਗੇ, ਮੰਮੀ ਚੀਜ਼ੀ ਲੈ ਕੇ ਦੇਗੀ। ਧੰਨਵਾਦ। ਅਗਲਾ ਲੇਖ ਹੈ ਸਦਕੇ ਤੇਰੇ ਨੰਬਰਾਂ ਦੇ। ਟੈਲੀਫੋਨ ਐਕਸਚੇਂਜ 'ਚੋਂ ਕੁਝ ਘਬਰਾਈ ਹੋਈ ਆਵਾਜ਼ ਆਈ, 7-4-1-8-7। ਮੈਂ ਛੇਤੀ ਨਾਲ ਰਿਸੀਵਰ ਚੁੱਕ ਕੇ ਕਿਹਾ, ਹਾਂਜੀ, ਗੁਰਨਾਮ ਸਿੰਘ ਧੀਰ ਹੈ ਸਪੀਕਿੰਗ। ਦੇਰ ਇਜ਼ ਅ ਕਾਲ ਫੋਰ ਯੂ ਫਰੋਮ ਚੰਡੀਗੜ੍ਹ। ਚੰਡੀਗੜ੍ਹ ਦਾ ਨਾਮ ਸੁਣ ਕੇ ਮੈਂ ਸੋਚੀ ਪੈ ਗਿਆ, ਕਿਹਦੀ ਕਾਲ ਹੋਈ, ਕੀ ਹੁਕਮ ਹੋਏਗਾ। ਸਰਦਾਰ ਜੀ ਤਾਂ ਇੱਥੇ ਹੀ ਨਹੀਂ, ਹੋਰ ਕੌਣ ਸਾਹਿਬ ਹੋਏ, ਖੈਰ ਕੋਈ ਨਾ ਕੋਈ ਤਾਂ ਹੋਏਗਾ ਹੀ। ਅੱਧਾ ਘੰਟਾ ਹੋਇਆ ਸਾਡੀ ਕੋਠੀ ਟੈਲੀਫੋਨ ਲੱਗਾ ਸੀ। ਮੈਂ ਸੋਚ ਰਿਹਾ ਸੀ ਕਿ ਸਭ ਤੋਂ ਪਹਿਲਾਂ ਕਿਹਦੀ ਕਾਲ ਆਉਂਦੀ ਹੈ। ਪੀਪੀ ਸਪੀਕਿੰਗ, ਚੰਡੀਗੜ੍ਹ ਮਿਲਾਓ ਜੀ। ਮੈਂ 2-3 ਵਾਰ ਬੇਨਤੀ ਕੀਤੀ ਪਰ ਮੈਨੂੰ ਚੰਡੀਗੜ੍ਹ ਨਾ ਮਿਲਾਇਆ ਗਿਆ। ਅਖੀਰ ਇੱਕ ਹੋਰ ਖੁਰਦਰੀ ਜਿਹੀ ਆਵਾਜ਼ ਆਈ, 7-4-1-8-7, ਦੇਰ ਇਜ਼ ਅ ਕਾਲ ਫੋਰ ਯੂ ਫਰੋਮ ਚੰਡੀਗੜ੍ਹ। ਮੈਂ ਇਸ ਤਮਾਸ਼ੇ 'ਤੇ ਸੋਚ ਹੀ ਰਿਹਾ ਸੀ ਕਿ ਮੇਰੇ ਟੈਲੀਫੋਨ ਦੀ ਫੇਰ ਘੰਟੀ ਵੱਜੀ। ਹੈਲੋ, ਹਾਂਜੀ, ਮੈਂ ਬੋਲ ਰਹੀ ਹਾਂ। ਇਹ ਮਿੱਠਾ ਜਿਹਾ ਵਾਕ ਸੁਣ ਕੇ ਮੈਂ ਝੱਟ ਚੁਕੰਨਾ ਹੋ ਗਿਆ। ਦੱਸੋ ਕੀ ਹੁਕਮ ਹੈ, ਮੈਨੂੰ ਤੁਹਾਡਾ ਪ੍ਰੋਗਰਾਮ ਮਨਜ਼ੂਰ ਹੈ, ਮਿੱਠੀ ਆਵਾਜ਼ ਫੇਰ ਬੋਲੀ। ਕੀ ਪ੍ਰੋਗਰਾਮ, ਮੈਂ ਹੈਰਾਨੀ ਨਾਲ ਪੁੱਛਿਆ। ਮੈਂ ਅਸ਼ੋਕਾ ਹੋਟਲ 'ਤੇ ਸਵਿਮਿੰਗ ਲਈ ਆਵਾਂਗੀ, ਅਤੇ ਉਹ ਟੈਲੀਫੋਨ ਬੰਦ ਕਰ ਗਏ। ਮੈਂ ਸੋਚ ਰਿਹਾ ਸਾਂ ਇਹ ਕੀ ਮਾਜਰਾ ਹੈ, ਅਸੀਂ ਤਾਂ ਜਦੋਂ ਦੇ ਜੰਮੇ ਅਸ਼ੋਕਾ ਹੋਟਲ ਹੀ ਵੇਖਿਆ ਨੇ, ਇਹ ਸਵਿਮਿੰਗ ਵਾਲੀ ਕਿਹੜੀ ਹਸਤੀ ਹੋਈ। ਜੇ ਆਵਾਜ਼ ਕਿਸੇ ਚੀਜ਼ ਦਾ ਇਸ਼ਾਰਾ ਦੇ ਸਕਦੀ ਹੈ ਤਾਂ ਜ਼ਰੂਰ ਕਿਸੇ ਵੱਡੀ ਹਸਤੀ ਦਾ ਟੈਲੀਫੋਨ ਸੀ। ਪਰ ਕੀਤਾ ਵੀ ਜਾਏ, ਪੂਰੀ ਗੱਲ ਵੀ ਉਹਨਾਂ ਨਹੀਂ ਸੀ ਕੀਤੀ, ਵਰਨਾ ਪਤਾ ਲੱਗ ਸਕਦਾ ਕਿ ਮਾਮਲਾ ਕੀ ਹੈ ਅਤੇ ਸੱਦਾ ਪੱਤਰ ਕਿਸ ਨੂੰ ਦਿੱਤਾ ਜਾ ਰਿਹਾ। ਫਿਰ ਸੋਚਿਆ ਕਿਸੇ ਨੇ ਭੁਲੇਖੇ ਨਾਲ ਟੈਲੀਫੋਨ ਕੀਤਾ ਹੋਏਗਾ। ਘੰਟੀ ਫਿਰ ਵੱਜੀ, ਮੈਂ ਟੈਲੀਫੋਨ ਚੁੱਕਿਆ, ਆਵਾਜ਼ ਆਈ, ਤੁਸੀਂ ਤਾਂ ਸਿਨੇਮਾ ਨਹੀਂ ਨਾ ਵਿਖਾਉਂਦੇ, ਮੈਂ ਸ਼ਾਮ ਦੇ ਸ਼ੋਅ ਵਾਸਤੇ ਤੁਹਾਡੀ ਅਤੇ ਆਪਣੀ ਟਿਕਟ ਲੈ ਲਈ ਹੈ, ਕਿਰਪਾ ਕਰਕੇ ਵੇਲੇ ਸਿਰ ਦਰਿਆਗੰਜ ਵਾਲੇ ਸਿਨੇਮੇ 'ਤੇ ਪਹੁੰਚ ਜਾਣਾ। ਅਤੇ ਟੈਲੀਫੋਨ ਬੰਦ। ਪੇਸ਼ਕਸ਼ ਤਾਂ ਬੜੀ ਵਧੀਆ ਸੀ ਪਰ ਗੱਲ ਸੁਪਨੇ ਵਰਗੀ ਸੀ। ਕਦੀ ਕਦੀ ਜੀ ਕਰੇ ਕਿ ਚਲੋ ਸਿਨੇਮੇ ਮੂਹਰੇ ਚੱਲ ਕੇ ਹੀ ਖੜਦੇ ਹਾਂ, ਖਬਰੇ ਟੈਲੀਫੋਨ ਸਾਡੇ ਲਈ ਕੀਤਾ ਗਿਆ ਹੋਵੇ। ਤੀਜੀ ਵਾਰ ਫਿਰ ਘੰਟੀ ਖੜਕੀ, ਮੈਂ ਬੜੀ ਉਤਸੁਕਤਾ ਨਾਲ ਟੈਲੀਫੋਨ ਚੁੱਕਿਆ। ਮਿੱਠੀ ਜੀ ਆਵਾਜ਼ ਆਈ, ਅੱਜ ਖਾਣਾ ਮੇਰੇ ਨਾਲ ਖਾਣਾ ਹੋਏਗਾ, ਜੇ ਅੱਜ ਵੀ ਨਾ ਖਾਧਾ ਤਾਂ ਮੈਂ ਸਖ਼ਤ ਨਿਰਾਜ਼ ਹੋ ਜਾਵਾਂਗੀ। ਟੈਲੀਫੋਨ ਫਿਰ ਬੰਦ। ਫਿਰ ਵੀ ਮੇਰੇ ਲਈ ਇੱਕ ਨਵਾਂ ਮੁਹਿੰਮਾ ਸੀ, ਜੇ ਅੱਜ ਵੀ ਨਾ ਖਾਧਾ ਤਾਂ ਮੈਂ ਸਖ਼ਤ ਨਾਰਾਜ਼ ਹੋ ਜਾਵਾਂਗੀ। ਇਹ ਗੱਲ ਕਿੱਧਰ ਨੂੰ ਗਈ, ਅੱਜ ਦੀ ਗੱਲ ਛੱਡੋ, ਜੇ ਸਾਨੂੰ ਪਹਿਲਾਂ ਕਦੇ ਖਾਣਾ ਖਾਣ ਦੀ ਇੰਨੀ ਮਿੱਠੀ ਦਾਵਤ ਦਿੱਤੀ ਗਈ ਹੁੰਦੀ ਤਾਂ ਨਾ ਖਾਣ ਵਾਲੀ ਕੋਈ ਗੱਲ ਹੀ ਨਹੀਂ ਸੀ। ਖਾਣੇ ਨੂੰ ਛੱਡੋ, ਇੰਨਾ ਪਤਾ ਤਾਂ ਕਰੋ ਕਿ ਮਿਹਰਬਾਨ ਕੌਣ ਸਨ। ਸਾਨੂੰ ਪਤਾ ਹੋਵੇ ਨਾ ਹੋਵੇ, ਉਹ ਜ਼ਰੂਰ ਜਾਣਦੇ ਹੋਣਗੇ ਕਿ ਅਸੀਂ ਕੌਣ ਆ। ਟੈਲੀਫੋਨ ਫਿਰ ਖੜਕਿਆ, ਪਹਿਲਾਂ ਨਾਲੋਂ ਵੀ ਮਿੱਠੀ ਆਵਾਜ਼ ਆਈ, ਦੇਰ ਇਜ਼ ਅ ਹੈਪੀ ਨਿਊਜ਼ ਫੋਰ ਯੂ ਡੀਅਰ। ਵਟ ਨਿਊਜ਼, ਮੈਂ ਬੜਬਾਏ ਪੁੱਛਿਆ। ਡੈਡੀ ਹੈਜ਼ ਐਗਰੀਡ, ਵਧਾਈਆਂ, ਇੰਨਾ ਕੰਮ ਮੈਂ ਕਰ ਦਿੱਤਾ ਅਤੇ ਹੁਣ ਪਾਰਟੀ ਦਾ ਬੰਦੋਬਸਤ ਕਰਨਾ ਤੁਹਾਡਾ ਕੰਮ ਹੈ। ਅਤੇ ਕੜਕ ਕਰਕੇ ਟੈਲੀਫੋਨ ਬੰਦ। ਪਹਿਲਾਂ ਤਾਂ ਮੈਂ ਸਮਝਿਆ ਕਿ ਮੇਰੇ ਨਾਲ ਕੋਈ ਸਾਜਿਸ਼ ਹੋ ਰਹੀ ਹੈ, ਫਿਰ ਮੈਂ ਸੋਚਾਂ ਕਿ ਸਾਜਿਸ਼ ਨਹੀਂ, ਮਾਜਰਾ ਕੁਝ ਹੋਰ ਹੈ।
ਪਰ ਹੋਰ ਕੀ ਹੈ, ਇਹ ਤਾਂ ਸਮਝ ਨਹੀਂ ਸੀ ਲੱਗਦੀ ਪਈ। ਥੋੜ੍ਹੀ ਦੇਰ ਵਾਸਤੇ ਦਿਮਾਗ 'ਚੋਂ ਸਾਰੇ ਖਿਆਲ ਲਾਂਭੇ ਕਰਦਿਆਂ ਹੋਇਆ ਮੈਂ ਫੈਸਲਾ ਕੀਤਾ ਕਿ ਮੈਨੂੰ ਪਹਿਲਾਂ ਉਹ ਟੈਲੀਫੋਨ ਕਰ ਲੈਣੇ ਚਾਹੀਦੇ ਹਨ ਜਿੱਥੇ ਜਿੱਥੇ ਮੇਰੀ ਜਾਣ ਪਛਾਣ ਹੈ, ਤਾਂ ਕਿ ਉਹਨਾਂ ਨੂੰ ਨਵੇਂ ਟੈਲੀਫੋਨ ਨੰਬਰ ਦਾ ਪਤਾ ਲੱਗ ਸਕੇ। ਮੈਂ ਸਭ ਤੋਂ ਪਹਿਲਾਂ ਰੇਡੀਓ ਸਟੇਸ਼ਨ ਦਾ ਨੰਬਰ ਡਾਇਲ ਕੀਤਾ। ਅੱਗੋਂ ਆਵਾਜ਼ ਆਈ, ਮੈਂ ਕਿਹਾ ਜੀ ਬਾਰ ਬਾਰ ਕਿਉਂ ਤੰਗ ਕਰਦੇ ਪਏ ਹੋ, ਕਹਿ ਤਾਂ ਦਿੱਤਾ ਕਿ ਪਿਛਲੀ ਵਾਰ ਤੁਸੀਂ ਸਾੜੀ ਲੈ ਕੇ ਦਿੱਤੀ ਸੀ, ਐਤਕੀ ਮੈਂ ਕੋਟ ਸਵਾ ਕੇ ਦਿਆਂਗੀ। ਜਨਾਨਾ ਆਵਾਜ਼ ਸੁਣ ਕੇ ਮੈਂ ਛੇਤੀ ਨਾਲ ਟੈਲੀਫੋਨ ਬੰਦ ਕਰ ਦਿੱਤਾ। ਦਿਲ 'ਚ ਸੋਚਣ ਲੱਗਾ, ਅਸੀਂ ਤਾਂ ਅੱਜ ਤੱਕ ਸਾੜੀ ਛੱਡ ਕਿਸੇ ਨੂੰ ਰੁਮਾਲ ਵੀ ਲੈ ਕੇ ਨਹੀਂ ਦਿੱਤਾ, ਪਰ ਇਹ ਕੋਟ ਕਿਸ ਤਰ੍ਹਾਂ ਮਿਲ ਰਿਹਾ? ਖੈਰ ਇਹ ਗੱਲ ਭੁੱਲ ਗਏ, ਮੈਨੂੰ ਕਹਿਣਾ ਚਾਹੀਦਾ ਸੀ ਕਿ ਮੈਨੂੰ ਕੋਟ ਸਵਾ ਕੇ ਦੇਣਾ ਹੈ ਤਾਂ ਗ੍ਰਾਮ ਉਦਯੋਗ ਵਾਲਿਆਂ ਤੋਂ ਕੱਪੜਾ ਲੈ ਕੇ ਦੇਣਾ, ਕਿਉਂਕਿ ਸਾਨੂੰ ਸਵਦੇਸ਼ੀ ਦਾ ਸੁਭਾਅ ਹੈ ਅਤੇ ਖੱਦਰ ਵਿੱਚ ਆਸ਼ਿਕ ਲੁਕਿਆ ਰਹਿੰਦਾ ਹੈ। ਮੈਂ ਫਿਰ ਦੂਜਾ ਨੰਬਰ ਡਾਇਲ ਕੀਤਾ। ਇਹ PTI ਦਾ ਨੰਬਰ ਸੀ। ਘੰਟੀ ਮਸਾਂ ਇੱਕ ਵਾਰ ਵੱਜੀ ਹੋਏਗੀ ਕਿ ਅਗਲੇ ਪਾਸਿਓਂ ਸੂਈ ਦੇ ਨੱਕੇ ਨਾਲੋਂ ਵੀ ਬਰੀਕ ਆਵਾਜ਼ ਆਈ। ਮੈਂ ਬੜੀ ਥੱਕੀ ਹੋਈ ਹਾਂ, ਅੱਜ ਸੈਰ 'ਤੇ ਨਹੀਂ ਚੱਲ ਸਕਦੀ, ਤੁਸੀਂ ਜਾਣੇ ਤਾਂ ਗੱਡੀ ਭੇਜ ਦਿੰਦੀ ਹਾਂ। ਗੱਡੀ? ਮੈਂ ਮੂੰਹ ਅੱਡ ਕੇ ਗਿਆ ਅਤੇ ਨਾਲ ਹੀ ਮੈਥੋਂ ਟੈਲੀਫੋਨ ਡਿਸਕੋਨੈਕਟ ਹੋ ਗਿਆ। ਥੋੜ੍ਹੀ ਜਿਹੀ ਹੋਸ਼ ਇਕੱਠੀ ਕਰਕੇ ਮੈਂ ਅੰਗਰੇਜ਼ੀ ਦੇ ਇੱਕ ਰੋਜ਼ਾਨਾ ਅਖਬਾਰ ਦੇ ਦਫ਼ਤਰ ਨੂੰ ਰਿੰਗ ਦਿੱਤੀ। ਹਸ ਦਸਤੂਰ ਘੰਟੀ ਵੱਜੀ ਅਤੇ ਅੱਗੋਂ ਆਵਾਜ਼ ਆਈ, ਕਹਿ ਜੋ ਦਿੱਤਾ ਬਾਬਾ, ਮੈਂ ਤੁਹਾਡੀ ਹਾਂ ਤੁਹਾਡੀ ਹਾਂ, ਜਿੱਥੇ ਕਹੋ ਗੂਠਾ ਲਾ ਦਿੰਦੀ ਹਾਂ, ਫਿਰ ਬਾਰ ਬਾਰ ਕਿਉਂ ਪੁੱਛਦੇ ਰਹਿੰਦੇ ਹੋ? ਮੈਂ ਛੇਤੀ ਨਾਲ ਆਪਣੇ ਮੂੰਹ ਅੱਗੇ ਹੱਥ ਦਿੱਤਾ, ਵਰਨਾ ਮੇਰੇ ਮੂੰਹ 'ਚੋਂ ਨਿਕਲ ਚੱਲਿਆ ਸੀ, ਵਾਕਿਆ ਸਾਡੀ ਹੈ ਕਿ ਐਵੇਂ ਦਿਲ ਰੱਖਵੀਆਂ ਗੱਲਾਂ ਹੀ ਕਰਦੀ ਪਈ ਹੈ? ਇਹ ਵੀ ਹੋ ਸਕਦਾ ਸੀ ਇਹ ਗੱਲ ਕਹਿ ਕੇ ਆਪਣੀ ਬੇਇੱਜ਼ਤੀ ਦਾ ਸਮਾਨ ਪੈਦਾ ਕਰ ਬੈਠਦੇ। ਛੱਡੋ ਜੀ, ਇਹ ਗੱਲ ਆਪਣੇ ਮੂੰਹ 'ਚੋਂ ਨਿਕਲ ਹੀ ਨਹੀਂ ਸੀ ਸਕਣੀ। ਐਤਕੀ ਇਹ ਪਤਾ ਨਾ ਲੱਗ ਸਕਿਆ ਕਿ ਟੈਲੀਫੋਨ ਅਸਾਂ ਬੰਦ ਕੀਤਾ ਜਾਂ ਅਗਲੇ ਪਾਸਿਓਂ ਹੋਇਆ। ਅਖਬਾਰ ਦੇ ਦਫ਼ਤਰ ਪਿੱਛੋਂ ਸੋਚਿਆ ਕਿ ਚਲੋ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਟੈਲੀਫੋਨ ਕਰਦੇ ਹਾਂ, ਸ਼ਾਇਦ ਉੱਥੇ ਕੁਝ ਦਿਲ ਹਵਾੜ ਨਿਕਲ ਸਕੇ। ਇੱਕ ਮੈਂਬਰ ਪਾਰਲੀਮੈਂਟ ਦਾ ਨੰਬਰ ਘੁਮਾਇਆ, ਜਦੋਂ ਘੰਟੀ ਵੱਜੀ ਤਾਂ ਫੇਰ ਜਮ ਉਗੜਿਆ। ਉਹ ਬੜੇ ਅੰਦਾਜ਼ ਨਾਲ ਉੱਤਰ ਮਿਲਿਆ, ਹਮ ਵੀ ਤੁਹਾਰੇ, ਦਿਲ ਵੀ ਤੁਹਾਰਾ, ਜਾਂ ਵੀ ਤੁਹਾਰੀ, ਔਰ ਕਿਆ ਆਪ ਚਾਹਤੇ ਹੋ ਜੇ, ਔਰ ਕਿਆ ਆਪ ਚਾਹਤੇ ਹੋ ਜੇ। ਮੈਂ ਹੁਣੇ ਬੈਂਕ ਜਾਵਾਂਗੀ ਅਤੇ 2000 ਰੁਪਇਆ ਤੁਹਾਡੇ ਲਈ ਕਢਵਾ ਦਿਆਂਗੀ, ਪੈਸੇ ਆਪ ਆ ਕੇ ਲੈ ਜਾਣੇ, ਨੌਕਰ ਨੂੰ ਨਾ ਵੇਚਣਾ, ਕੈਸ਼ ਦਾ ਮਾਮਲਾ ਹੈ। ਹਮ ਵੀ ਤੁਹਾਰੇ, ਦਿਲ ਵੀ ਤੁਹਾਰਾ, ਜਾਂ ਵੀ ਤੁਹਾਰੀ, ਅਤੇ ਟੈਲੀਫੋਨ ਬੰਦ। ਅੱਛਾ, ਹੁਣ ਆਖਰੀ ਵਾਰ ਟਰੱਕ ਯੂਨੀਅਨ ਵਾਲਿਆਂ ਦੇ ਟੈਲੀਫੋਨ ਕਰਦੇ ਹਾਂ, ਪਤਾ ਕਰਦੇ ਹਾਂ ਮੋਗਿਓਂ ਸਾਡੀ ਕਣਕ ਆਈ ਕਿ ਨਹੀਂ। ਘੱਟੋ ਘੱਟ ਟਰੱਕ ਵਾਲਿਆਂ ਦੇ ਟੈਲੀਫੋਨ ਨੂੰ ਤਾਂ ਮਰਦਾਨਗੀ ਵਿਖਾਉਣੀ ਚਾਹੀਦੀ ਹੈ। ਘੰਟੀ ਵੱਜੀ, ਉੱਤਰ ਮਿਲਿਆ, ਸਰਦਾਰ ਜੀ ਮੁਬਾਰਕਾਂ, ਮੁੰਡਾ ਜੰਮਿਆ, ਇੰਨ ਬਿੰਨ ਤੁਹਾਡੀ ਤਸਵੀਰ ਹੈ, ਹੁਣ ਛੇਤੀ ਨਾਲ ਘਰ ਪੁੱਜ ਜਾਓ ਤਾਂ ਕਿ ਲੋਕਾਂ ਨੂੰ ਆਪਣੀ ਹੱਥੀਂ ਮਿਠਿਆਈ ਵੰਡ ਸਕੋ। ਮੇਰੇ ਹੱਥੋਂ ਟੈਲੀਫੋਨ ਛੁੱਟ ਗਿਆ, ਮੈਂ ਮੱਥਾ ਫੜ ਕੇ ਬਹਿ ਗਿਆ। ਕੀ ਲੀਲਾ ਵਰਤ ਰਹੀ ਹੈ, ਜਿਹਦਾ ਨੰਬਰ ਚੁੱਕਦੇ ਅੱਗੋਂ ਜਨਾਨਾ ਆਵਾਜ਼ ਆਉਂਦੀ ਹੈ ਅਤੇ ਉਹਦੀ ਵੀ ਕੈਲਸ਼ੀਅਮ ਦੇ ਇੰਜੈਕਸ਼ਨ ਵਰਗੀ, ਅਤੇ ਨਸ ਨਸ 'ਚ ਚਿਣਗਾਂ ਫੁੱਟ ਪੈਂਦੀਆਂ ਹਨ। ਐਡੀ ਵੱਡੀ ਦਿੱਲੀ ਵਿੱਚ ਜਿੱਥੇ ਇੱਕ ਵੀ ਜਨਾਨਾ ਆਵਾਜ਼ ਵਾਕਫ ਨਾ ਹੋਵੇ, ਇਸ ਤਰ੍ਹਾਂ ਦੀਆਂ ਪੇਸ਼ਕਸ਼ਾਂ ਕਰਾਮਾਤਾਂ ਤੋਂ ਘੱਟ ਨਹੀਂ। ਅਖੀਰ ਸੋਚ ਸਾਚ ਕੇ ਮੈਂ ਸ਼ਿਕਾਇਤ ਘਰ ਦਾ ਨੰਬਰ ਘੁਮਾਇਆ ਅਤੇ ਕਾਰਨ ਪੁੱਛਿਆ। ਉੱਥੋਂ ਉੱਤਰ ਮਿਲਿਆ, ਮਾਫ਼ ਕਰਨਾ ਜੀ, ਤੁਹਾਡਾ ਟੈਲੀਫੋਨ ਖਰਾਬ ਹੈ, ਗਲਤੀ ਨਾਲ ਹੋਰ ਦਾ ਹੋਰ ਹੀ ਨੰਬਰ ਮਿਲ ਜਾਂਦਾ ਹੈ, ਤੁਹਾਡੀ ਸ਼ਿਕਾਇਤ ਨੋਟ ਕਰ ਲਈ ਗਈ ਹੈ, ਥੋੜ੍ਹੀ ਦੇਰ ਤੱਕ ਲਾਈਨਮੈਨ ਭੇਜਿਆ ਜਾਏਗਾ। ਲਾਈਨਮੈਨ ਦਾ ਨਾਮ ਸੁਣ ਕੇ ਮੇਰੇ ਸਾਹ 'ਚ ਸਾਹ ਆਇਆ, ਸ਼ੁਕਰ ਹੈ ਲਾਈਨਮੈਨ ਆ ਰਿਹਾ, ਤੂੰ ਇਹਨਾਂ ਫਿਲਟਰ ਹੋਈਆਂ ਨਾਜ਼ੁਕ ਆਵਾਜ਼ਾਂ ਨੂੰ ਸਾਡੇ ਟੈਲੀਫੋਨ ਰਾਹੀਂ ਸਾਡੇ ਕੰਨਾਂ ਤੱਕ ਪਹੁੰਚਣ ਤੋਂ ਰੋਕ ਸਕੇਗਾ। ਧੰਨਵਾਦ। ਅਗਲਾ ਲੇਖ ਹੈ ਸਟੋਰ ਵਿੱਚ। ਹੱਦ ਹੋ ਗਈ, 11:30 ਵੱਜ ਗਏ, ਇਹ ਕੋਈ ਨਵੇਂ ਥੋੜ੍ਹਾ ਵੱਜੇ ਨੇ, ਨੇਤੀ ਇਹ ਵੇਲਾ ਹੋ ਜਾਂਦਾ, ਭਾਂਡੇ ਟਿੰਡੇ ਸਾਂਭਦਿਆਂ 11:00 ਵੱਜ ਜਾਂਦੇ ਨੇ, ਹੁਣ ਇਹ 12:00 ਵੱਜ ਜਾਣਗੇ, ਜਦੋਂ ਜ਼ਰਾ ਕੁ ਨੀਂਦ ਦਾ ਝੂਟਾ ਆਏਗਾ ਟਨ ਟਨ ਕਰਕੇ ਟਾਈਮ ਪੀਸ ਖੜਕ ਉੱਠੇਗਾ। ਟਾਈਮ ਪੀਸ ਵੀ ਕਿਸੇ ਨੇ ਵਾਹਵਾ ਬਣਾਇਆ, ਠੀਕ 4 ਵਜੇ ਟਨ ਟਨ ਕਰਨ ਲੱਗ ਪੈਂਦਾ, ਇਸ ਤਰ੍ਹਾਂ ਜਾਪਦਾ ਜਿਵੇਂ ਕਹਿ ਰਿਹਾ ਹੋਵੇ, ਉੱਠੋ ਹੀ ਮੰਗਤ ਰਾਵਾਂ, ਉੱਠੋ ਹੀ ਮੰਗਤ ਰਾਵਾਂ, ਮੈਂ ਜਿੰਨਾ ਚਿਰ ਉੱਠਣਾ ਬਵਾਂ ਇਹ ਟਨ ਟਨ ਕਰਨੋਂ ਹੀ ਨਹੀਂ ਹਟਦਾ। ਜੇ ਮੈਂ ਨਾ ਉੱਠਾਂ ਤਾਂ ਚੁੱਲ੍ਹਾ ਕੌਣ ਤਪਾਵੇ, ਬੈਟੀ ਕੌਣ ਤਿਆਰ ਕਰੇ, ਨਹਾਉਣ ਧੋਣ ਲਈ ਪਾਣੀ ਕੌਣ ਗਰਮ ਕਰੇ? ਟਾਈਮ ਪੀਸ ਦੀ ਟਨ ਟਨ ਨਾਲ ਇਸ ਘਰ ਦੀ ਰਸੋਈ 'ਚ ਚੁੱਲ੍ਹੇ ਭੱਖ ਜਾਂਦੇ ਨੇ, ਪੱਥਰ ਦੇ ਕੋਲੇ ਟੁੱਟਣੇ ਅਤੇ ਬਲਣੇ ਸ਼ੁਰੂ ਹੋ ਜਾਂਦੇ ਨੇ, ਘਰ ਦੇ ਜੀ ਜਾਗਣੇ ਉੱਠਣੇ ਸ਼ੁਰੂ ਹੋ ਜਾਂਦੇ ਨੇ, ਫਿਰ ਚੱਲ ਸੋ ਚੱਲ, ਨਹਾਉਣ ਧੋਣ ਪਿੱਛੋਂ ਬ੍ਰੇਕਫਾਸਟਾਂ ਤਿਆਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਨਿਆਣੇ ਸਕੂਲ ਜਾਣ ਲਈ ਖਾਣਾ ਮੰਗਦੇ ਨੇ,
ਉਹਨਾਂ ਨੂੰ ਖੁਆ ਪਿਆ ਕੇ ਡੱਬੇ ਭਰ ਕੇ ਤੋਰਨਾ ਪੈਂਦਾ। ਉਸ ਤੋਂ ਪਿੱਛੋਂ ਭਾਂਡੇ ਮਾਂਜਣੇ ਪੈਂਦੇ ਆ, ਫਿਰ ਕੌਫੀ ਬਣਦੀ ਹੈ, ਕੌਫੀ ਪਿੱਛੋਂ ਫਿਰ ਭਾਂਡੇ, ਫਿਰ ਸ਼ਾਮ ਦੀ ਚਾਹ, ਚਾਹ ਨਾਲ ਪਕੌੜੇ, ਕਦੀ ਮੱਛੀ, ਕਦੇ ਪੋਟੈਟੋ ਚਿਪਸ, ਚਾਹ ਪਿੱਛੋਂ ਫਿਰ ਭਾਂਡੇ, ਫਿਰ ਰਾਤ ਦਾ ਖਾਣਾ, ਭਾਂਡਿਆਂ ਪਿੱਛੋਂ ਕੌਫੀ, ਡਿਨਰ ਪਿੱਛੋਂ ਫਿਰ ਭਾਂਡੇ, ਗੱਲ ਕੀ ਥੋੜ੍ਹੇ ਥੋੜ੍ਹੇ ਚਿਰ ਪਿੱਛੋਂ ਭਾਂਡੇ ਮਾਂਜਣੇ ਪੈਂਦੇ ਨੇ। ਭਾਂਡੇ ਮਾਂਜਦਿਆਂ ਮਾਂਜਦਿਆਂ ਹੱਥਾਂ ਦੀਆਂ ਰੇਖਾ ਗਾਇਬ ਹੋ ਗਈਆਂ ਹਨ। ਇੱਕ ਦਿਨ ਕੁੜੀਆਂ ਗਿੱਧਾ ਪਾਉਂਦੀਆਂ ਸਨ, ਅੱਜ ਕੱਲ੍ਹ ਰੰਨਾਂ ਦੇ ਖਸਮ ਮਾਂਜਦੇ ਭਾਂਡੇ। ਸਾਡਾ ਸਾਹਿਬ ਬੀਬੀ ਜੀ ਨੂੰ ਕਹਿਣ ਲੱਗਾ, ਜਾਣੋ ਸਟੇਨਲੈਸ ਸਟੀਲ ਦੇ ਭਾਂਡੇ ਹੋਣ ਤਾਂ ਪਤੀਆਂ ਨੂੰ ਮਾਂਜ ਲੈਣੇ ਚਾਹੀਦੇ ਹਨ, ਪਰ ਮਾਂਜੇ ਉਹਨਾਂ ਕਦੇ ਨਹੀਂ। ਕਿਸੇ ਨੂੰ ਮੰਗਤ ਰਾਮ ਦੇ ਹੁੰਦਿਆਂ ਮਾਂਜਣ ਦੀ ਲੋੜ ਹੀ ਨਹੀਂ। ਮਹਿਮਾਨ ਵੀ ਇਸ ਘਰ 'ਚ ਇੰਝ ਆਉਂਦੇ ਨੇ ਜਿਵੇਂ ਘਰ 'ਚ ਵਿਆਹ ਰਚਿਆ ਹੁੰਦਾ ਹੈ। ਕੀ ਬੰਦੇ ਕੀ ਜਨਾਨੀਆਂ ਆਉਂਦੇ, ਸਾਰ ਮੇਰਾ ਨਾਮ ਪੁੱਛ ਲੈਂਦੇ ਨੇ, ਕੋਈ ਫੋਕਾ ਹੀ ਰੋਹਬ ਝਾੜਨ ਲੱਗ ਪੈਂਦੇ ਨੇ, ਜਿਵੇਂ ਮੈਂ ਬਸ ਝਿੜਕਾਂ ਖਾਣ ਲਈ ਜੰਮਿਆ ਹੁੰਦਾ। ਬੁੜੀਆਂ ਤਾਂ ਖਾਸ ਤੌਰ 'ਤੇ ਔਖਾ ਕਰਦੀਆਂ ਨੇ। ਵੇ ਮੰਗਤ ਰਾਮਾ, ਗੁੱਲੂ ਨੂੰ ਲੈ ਜਾਵੇ। ਮੰਗਤ ਰਾਮਾ, ਗੁੱਡੀ ਨੂੰ ਬੁਲਬੁਲਾ ਲਿਆ ਦੇ। ਵੇ ਮੰਗਤ ਰਾਮਾ, ਕਾਕੇ ਨੂੰ ਨੁਹਾ ਦੇ। ਵੇ ਮੰਗਤ ਰਾਮਾ, ਬੀਬੀ ਜੀ ਬੀਬਾ ਜੀ ਦੇ ਲੀੜੇ ਧੋ ਦੇ। ਗੱਲ ਕੀ ਮੰਗਤ ਰਾਮ ਨਾ ਹੋਇਆ ਉੱਲੂ ਦਾ ਚਰਖਾ ਹੋਇਆ, ਜਿਹਦਾ ਜੀ ਕੀਤਾ ਇਹਨੂੰ ਘੁਮਾ ਛੱਡਿਆ। ਮੈਂ ਕਈ ਵਾਰ ਸੋਚਦਾ ਜੇ ਮੈਂ ਘਰ 'ਚ ਨਾ ਹੋਵਾਂ ਤਾਂ ਸਾਰੇ ਰਲ ਕੇ ਮੈਨੂੰ ਇਸ ਤਰ੍ਹਾਂ ਆਵਾਜ਼ਾਂ ਮਾਰਨ ਜਿਵੇਂ ਸੁੱਤੇ ਪਏ ਬੋਲੇ ਨੂੰ ਜਗਾਈਦਾ। ਕਈ ਵਾਰ ਤਾਂ ਇੰਨੀ ਸੁਰਤ ਮਾਰੀ ਜਾਂਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਵੇਲਾ ਹੋ ਗਿਆ, ਹੁਣ ਅੱਗੋਂ ਕਾਹਦੀ ਤਿਆਰੀ ਕਰਨੀ ਹੈ। ਇੱਕ ਦਿਨ ਰਾਤ ਦਾ ਖਾਣਾ ਖਾਂਦਿਆਂ ਹੀ 2:30 ਵੱਜ ਗਏ। ਮੈਂ ਉਸ ਤੋਂ ਪਿੱਛੋਂ ਪਾਣੀ ਤੱਤਾ ਕਰਕੇ ਬਾਲਟੀਆਂ ਧਰ ਕੇ ਮਾਲਕ ਨੂੰ ਕਿਹਾ, ਉੱਠੋ ਸਾਹਿਬ, ਇਸ਼ਨਾਨ ਕਰ ਲਓ। ਦਿਨ ਚੜ੍ਹ ਗਿਆ, ਫਿਰ ਮੈਂ ਬ੍ਰੈਕਫਾਸਟ ਤਿਆਰ ਕਰਨਾ। ਉਹ ਮੇਰੀ ਗੱਲ ਸੁਣ ਕੇ ਹੱਸ ਪਿਆ, ਮੇਰੇ ਸਿਰ 'ਚ ਪਿਆਰ ਨਾਲ ਪੋਲਾ ਜਿਹਾ ਧੱਫਾ ਮਾਰ ਕੇ ਕਹਿਣ ਲੱਗਾ, ਮੰਗਤ ਰਾਮ ਜੀ ਤੁਹਾਡੀਆਂ ਕਿੱਥੇ ਭੌਂਦੀਆਂ ਨੇ, ਅੱਧੀ ਰਾਤ ਇੰਝ ਜਗਾ ਲਿਆ ਹੈ ਜਿਵੇਂ ਪਾਣੀ ਤੱਤਾ ਨਹੀਂ ਹੋਇਆ ਹੁੰਦਾ, ਸਗੋਂ ਦੁਸ਼ਮਣ ਦਾ ਹਵਾਈ ਹਮਲਾ ਹੋ ਗਿਆ ਹੁੰਦਾ। ਜਾਓ ਸੌਂ ਜਾਓ ਘੜੀ ਪਲ, ਮੇਰਾ ਹਿਸਾਬ ਵੀ ਬੜੀ ਸ਼ੈ ਹੈ, ਇਹਨਾਂ ਅੱਜ ਤੱਕ ਇੱਕ ਵਾਰੀ ਵੀ ਮੇਰਾ ਮੂੰਹ ਨਹੀਂ ਫਟਕਾ ਰਿਹਾ। ਮੈਥੋਂ ਕੋਈ ਨੁਕਸਾਨ ਵੀ ਹੋ ਜਾਏ, ਭਾਵੇਂ ਘਿਓ ਦੇ ਘੜੇ ਡੁੱਲ ਜਾਣ, ਗਾਲ ਤੱਕ ਨਹੀਂ ਕੱਢਣਗੇ। ਪਰ ਸਾਹਿਬ ਦੀਆਂ ਆਦਤਾਂ ਬੜੀਆਂ ਦਿਲਚਸਪ ਨੇ, ਮਾਰਨਾ ਕੁੱਟਣਾ ਇੱਕ ਪਾਸੇ ਰਿਹਾ, ਜਦੋਂ ਭੁੱਖ ਲੱਗੀ ਹੋਵੇ ਤਾਂ ਤਰਲੇ ਭਰੀ ਆਵਾਜ਼ ਨਾਲ ਕਹਿਣਗੇ, ਸ੍ਰੀ ਮੰਗਤ ਰਾਮ ਜੀ ਗੱਲ ਸੁਣੋ। ਜਦੋਂ ਮੈਂ ਕੋਲ ਜਾਵਾਂਗਾ ਤਾਂ ਹੱਸ ਕੇ ਬੋਲਣਗੇ, ਰਾਏ ਸਾਹਿਬ ਮੰਗਤ ਰਾਮ ਜੀ ਖਾਣੇ 'ਚ ਕਿੰਨੀ ਕੁ ਦੇਰ ਹੈ। ਮੈਂ ਕਹਾਂਗਾ ਬਸ ਜੀ ਹੁਣੇ ਤਿਆਰ ਕਰਦਾ, ਜ਼ਰਾ ਛੇਤੀ ਖਾਣਾ ਲਿਆਓ। ਜਦੋਂ ਮੈਂ ਖਾਣਾ ਲੈ ਕੇ ਜਾਵਾਂਗਾ ਤਾਂ ਕਹਿਣਗੇ, ਮੰਗਤ ਰਾਮ ਜੀ ਤੁਸੀਂ ਤਾਂ ਮਸ਼ੀਨ ਹੋ ਮਸ਼ੀਨ। ਜਦੋਂ ਦੋ ਤਿੰਨ ਫੁਲਕੇ ਖਾ ਲੈਣਗੇ ਤਾਂ ਕਹਿਣਗੇ, ਮੰਗਤ ਰਾਮ ਜੀ ਇੱਕ ਦੋ ਹੋਰ ਫੁਲਕੇ ਲਿਆਓ, ਪਰ ਦੇਖਣਾ ਜ਼ਰਾ ਗਰਮ ਗਰਮ ਹੋਣ, ਗਰਮ ਹੋਣ ਉਂਝ ਵੀ ਫਲਾਏ ਹੋਣ ਤਾਂ ਚੰਗਾ। ਜਦੋਂ ਢਿੱਡ ਭਰ ਜਾਏਗਾ ਕਹਿਣਗੇ, ਮੰਗਤ ਰਾਮ ਕੋਈ ਮਿੱਠੀ ਚੀਜ਼ ਹੈ। ਜਦੋਂ ਮਿੱਠੀ ਚੀਜ਼ ਵੀ ਛੱਕ ਲੈਣਗੇ ਤਾਂ ਕਹਿਣਗੇ, ਮੰਗਤਾ ਹੱਥ ਧੁਆ। ਹੱਥ ਧੋਣ ਪਿੱਛੋਂ ਨੇੜੇ ਜੱਠੇ ਮੰਜੇ 'ਤੇ ਲੇਟ ਜਾਣਗੇ ਅਤੇ ਆਵਾਜ਼ ਦੇਣਗੇ, ਓਏ ਮੰਗੂ ਜੂਠੇ ਭਾਂਡੇ ਲੈ ਜਾ। ਗੱਲ ਕੀ ਰਾਏ ਸਾਹਿਬ, ਮੰਗਤ ਰਾਮ ਤੋਂ ਸ਼ੁਰੂ ਹੋ ਕੇ ਮੰਗੂ 'ਤੇ ਆ ਕੇ ਤਾਨ ਟੁੱਟਦੀ ਹੈ। ਇਹ ਮੁਹਾਰਨੀ ਨਿੱਤ ਦੁਹਰਾਈ ਜਾਂਦੀ ਹੈ, ਜਿੰਨੇ ਮੂੰਹ ਉੰਨੀਆਂ ਗੱਲਾਂ, ਜਿੰਨੀਆਂ ਜ਼ੁਬਾਨਾਂ ਉੰਨੇ ਸਵਾਦ, ਜਿੰਨੇ ਸਵਾਦ ਉੰਨੇ ਭੋਜਨ। ਕੁਝ ਸਿਆਣੇ ਕਹਿੰਦੇ ਨੇ, ਅੰਨ ਅਤੇ ਰੰਨ ਨੂੰ ਕਦੇ ਵੀ ਨਹੀਂ ਨਿੰਦਣਾ ਚਾਹੀਦਾ, ਜੋ ਭਾਗਾਂ 'ਚ ਲਿਖਿਆ ਹੋਵੇ ਸਵੀਕਾਰ ਕਰਨਾ ਚਾਹੀਦਾ, ਪਰ ਅਕਸਰ ਲੋਕ ਬੁੱਲਾਂ ਦੇ ਸਵਾਦ ਨੂੰ ਹੀ ਜ਼ਿੰਦਗੀ ਸਮਝਦੇ ਨੇ। ਕਈ ਜੀਣ ਲਈ ਖਾਣਾ ਖਾਂਦੇ ਨੇ ਅਤੇ ਕਈ ਖਾਣ ਲਈ ਜੀਂਦੇ ਨੇ। ਇਸ ਘਰ ਦੇ ਕਈ ਜੀ ਅਤੇ ਆਉਣ ਵਾਲੇ ਅਣਗਿਣਤ ਪੁਰਾਣੇ ਵੱਖੋ ਵੱਖ ਭੋਜਨਾਂ ਦੀ ਮੰਗ ਕਰਦੇ ਨੇ। ਕੋਈ ਕਹੇਗਾ ਮਹਾਂਪ੍ਰਸ਼ਾਦ ਬਿਨਾਂ ਖਾਣਾ ਅਧੂਰਾ ਹੈ, ਕੋਈ ਕਹੇਗਾ ਵੈਸ਼ਨੂੰ ਭੋਜਨ ਹੀ ਅਸਲ ਭੋਜਨ ਹੈ, ਕੋਈ ਕੁਝ ਕਹੇਗਾ, ਕੋਈ ਕੁਝ ਕਹੇਗਾ ਤਰੀ ਵਾਲੀ ਮੂੰਗੀ ਅਤੇ ਕੱਦੂ ਖੁਸ਼ਕ ਲਿਆ, ਕੋਈ ਕਹੇਗਾ ਤਰੀ ਵਾਲਾ ਕੱਦੂ ਅਤੇ ਮੂੰਗੀ ਖੁਸ਼ਕ ਚਾੜ, ਕਿਸੇ ਨੂੰ ਮਾਂ ਮਾਫਕ, ਕਿਸੇ ਨੂੰ ਮਾਂ ਬਾਦੀ। ਇੱਕ ਬਜ਼ੁਰਗ ਐਸੇ ਹਨ ਕਿ ਹਰ ਚੀਜ਼ ਦੀ ਨਿੰਦਿਆ ਕਰਦੇ ਹਨ, ਸੜ ਗਈ ਮੂੰਗੀ, ਸੜ ਗਏ ਆਲੂ, ਸੜ ਗਏ ਬੈਂਗਣ, ਅਤੇ ਇੱਕ ਸੱਜਣ ਐਸੇ ਹਨ ਜੋ ਹਰ ਚੀਜ਼ ਨੂੰ ਵਾਹ ਵਾਹ ਕਰਕੇ ਖਾ ਜਾਂਦੇ ਹਨ। ਜਦੋਂ ਉਹ ਖਾਣਾ ਖਾਂਦੇ ਹਨ ਤਾਂ ਮੈਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਖਾਣਾ ਨਹੀਂ ਖਾ ਰਹੇ, ਸਗੋਂ ਕਵੀ ਦਰਬਾਰ ਸੁਣ ਰਹੇ ਹੁੰਦੇ ਹਨ। ਵਾਹ ਵਾਹ ਕਿਆ ਤਰ ਹੈ, ਵਾਹ ਵਾਹ ਕਿਆ ਮਿਰਚਾਂ ਹਨ, ਵਾਹ ਵਾਹ ਕੈਸਾ ਤੜਕਾ ਲੱਗਾ। ਇੱਕ ਹੋਰ ਸੱਜਣ ਜੋ ਸ਼ਕਲੋਂ ਪੁਰਾਣੀ ਕਿਸਮ ਦੇ ਮੌਲਵੀ ਜਾਪਦੇ ਹਨ, ਹਰ ਖਾਣੇ ਦੀ ਤਹਿ ਤੱਕ ਜਾਂਦੇ ਹਨ। ਮੀਟ ਖਾਂਦੇ ਖਾਂਦੇ ਹੱਡੀ ਹੱਥ 'ਚ ਫੜ ਕੇ ਕਹਿਣਗੇ, ਸਰਦਾਰ ਸਾਹਿਬ ਮੈਂ ਦੱਸ ਸਕਦਾ ਕਿ ਇਹ ਹੱਡੀ ਕਿਸ ਰੰਗ ਦੀ ਬੱਕਰੀ ਦੀ ਹੈ ਅਤੇ ਉਹਦਾ ਚਾਲ ਚੱਲਣ ਕੈਸਾ ਸੀ। ਗੱਲ ਕੀ ਕਈ ਤਰ੍ਹਾਂ ਦੇ ਭੋਜਨ ਛਕਣ ਵਾਲੇ ਆਉਂਦੇ ਹਨ ਅਤੇ ਮੈਨੂੰ ਅਣਗਿਣਤ ਕਿਸਮ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਦਾ ਹੈ। ਮੈਨੂੰ ਇਸ ਘਰ 'ਚ ਕੰਮ ਕਰਦਿਆਂ ਕਦੇ ਤਕਲੀਫ ਨਹੀਂ ਹੋਈ, ਮਨ 'ਤੇ ਬੋਝ ਨਹੀਂ ਪਿਆ। ਇਸ ਘਰ 'ਚ ਆਉਣ ਤੋਂ ਪਹਿਲਾਂ ਮੈਂ ਕੁਝ ਹੋਰ ਘਰਾਂ 'ਚ ਵੀ ਕੰਮ ਕੀਤਾ ਹੈ। ਇੱਕ ਘਰ ਦਾ ਮਾਲਕ ਤਾਂ ਬੜਾ ਚੰਗਾ ਸੀ, ਪਰ ਮਾਲਕਣ ਬੜੀ ਮਨਹੂਸ ਅਤੇ ਕੰਜੂਸ ਸੀ। ਜਦੋਂ ਸਾਰਾ ਟੱਬਰ ਰੋਟੀ ਰੂਟੀ ਖਾ ਲੈਂਦਾ ਤਾਂ ਉਹਨੇ ਮੈਨੂੰ ਗਿਣ ਕੇ 3 ਰੋਟੀਆਂ ਦੇਣੀਆਂ। ਮੈਨੂੰ ਇਹ ਵਤੀਰਾ ਬੜਾ ਚੁਭਿਆ ਕਰਨਾ, ਇੰਝ ਲੱਗਣਾ ਜਿਵੇਂ ਮੈਂ ਸਾਰੀ ਦੁਨੀਆ 'ਚੋਂ ਘਟੀਆ ਇਨਸਾਨ ਹੁੰਦਾ।
मैं वो घर छड़ता। फिर मेरा वाह एक लखपति सेठ नाल पै गया। लोग उन्होंने लखपति शाह शाहूकार समझते सन, पर मैनू कखपति तो भी घटिया जापया। उस घर च सवाए मूंगी की दाल दे कुछ नहीं सी बनता। वो कुछ होर कुछ बनाउण ही नहीं सी दिंदा। तरी वाली मूंगी, कदे खुश्क मूंगी, कदे दली मूंगी, कदे साबत मूंगी, सवेरे मूंगी, दुपहरे मूंगी, रात नूं मूंगी, राजी तां वी मूंगी, बीमार तां वी मूंगी। बस एक दिन टके दियां मूलियां मंगवाईयां। ऐसा मूंगी दा दौर चलिया कि मूंगी खा खा सारा स्वाद मारिया गया। मैं सोचा वो वेला कदों आए जदों सेठ मूंगिया राम होरां कोलों छुटकारा मिले। एक दिन मैं बाजार च रोटी खाण चला गया। सेठ मूंगिया राम ने उधर दी लंघदिया मैनूं वेख लिया। मेरे पास आके कहन लगे, मंगत राम, मालूम होता है तू घर में हमारे लिए अच्छा खाना नहीं बनाता, इसीलिए खुद बाजार का खाना खाता है। मूंगी खा खा मेरे दिमाग ते भी खुशकी चढ़ी हुई सी। मैं बड़े खुशक ढंग नाल जवाब दिता, सेठ जी मैं हाथ वेचे हन, मूँह का स्वाद थोड़े वेचे है। तो मैं अगले दिन सेठ होरां दे घरों अपना बोरिया बिस्तरा चुक लिया आया। मैनू एक प्रोफेसर साहब के घर नौकरी मिल गई। ये बड़ा खूबसूरत बंदा सी, कॉलेज के मुंडे कुड़ियां इहदे लई जान दिंदे सन, पर इहनूं लुक छिप के शराब पीण की आदत सी। 10 का नोट दे के कदी बकाया नहीं सी लैंदा। सौदा भावें 9 रुपए का आया होवे ते भावें 1.25 रुपए का, जो बच रहे कहिंदा रख लै तेरे ने, कह के मैनूं दे दिंदा। घर च हर वेले मुंडे कुड़ियां दियां टोलियां उतरदियां रहिंदियां। मैं सारा दिन चाह बनाउंदा रहिंदा, पकौड़े तलदा रहिंदा। मुंडे कुड़ियां भी मैनूं तोहफे दे जांदे। प्रोफेसर साहब कईयां नूं पढ़ाउंदे सन पर किसे तों ट्यूशन नहीं लैंदे सन। ਜਿੰਨੇ ਤਨਖਾਹ ਕਾਲਜ 'ਚ ਮਿਲਦੀ ਉਦੋਂ ਦੁੱਗਣੇ ਰੁਪਈਏ ਘਰੋਂ ਆਉਂਦੇ ਸਨ। ਕਾਲਜ ਵਾਲੇ ਪ੍ਰੋਫੈਸਰ ਸਾਹਿਬ ਨੂੰ ਰਾਜਾ ਜੀ ਕਹਿੰਦੇ ਸਨ। ਰਾਜਾ ਜੀ ਸਨ ਰਾਜੇ, ਇਹ ਅਗਲੇ ਜਨਮ 'ਚ ਜ਼ਰੂਰ ਕਿਸੇ ਰਿਆਸਤ ਦੇ ਰਾਜੇ ਬਣਨਗੇ। ਇਹਨਾਂ 'ਚ ਇੱਕ ਵੱਡਾ ਨੁਕਸ ਸੀ, ਇਹ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਸੀ ਵਹਿੰਦੇ। ਮਾੜੀ ਜਿਹੀ ਗੱਲ 'ਤੇ ਅੱਗ ਬਗੋਲਾ ਹੋ ਜਾਂਦੇ। ਜੇ ਚਾਹ ਮਾਮੂਲੀ ਠੰਡੀ ਹੈ, ਜਾਂ ਪੱਤੀ ਘੱਟ ਹੈ, ਜਾਂ ਦੁੱਧ ਗਰਮ ਨਹੀਂ ਹੋਇਆ, ਤਾਂ ਉਹ ਸਾਰੀ ਟਰੇ ਸਮੇਤ ਪਿਆਲਿਆਂ ਦੇ ਚਲਾ ਕੇ ਮਾਰਦੇ। ਮੈਂ ਥਰ ਥਰ ਕੰਬਣ ਲੱਗ ਪੈਂਦਾ। ਜਿਸ ਦਿਨ ਉਹਨਾਂ ਦਾ ਬੋਤਲ ਨੂੰ ਹੱਥ ਪੈਂਦਾ, ਮੈਂ ਦੇਵੀ ਮਾਤਾ ਦੀ ਤਸਵੀਰ ਅੱਗੇ ਬੇਨਤੀਆਂ ਕਰਨ ਬੈਠ ਜਾਂਦਾ। ਸ਼ਰਾਬ ਅੰਦਰ ਅਤੇ ਮੇਰੇ ਲਈ ਗਾਲਾਂ ਬਾਹਰ। ਇੱਕ ਦਿਨ ਤਾਂ ਜੀ ਇਹਨਾਂ ਨੇ ਮੇਰੀਆਂ ਬੋਦੀਆਂ ਫੁੱਟ ਸੁੱਟੀਆਂ। ਮੈਂ ਨਫੇ ਨੁਕਸਾਨ ਦੀ ਪਰਵਾਹ ਨਾ ਕਰਦਾ ਹੋਇਆ ਉੱਥੋਂ ਭੱਜ ਨਿਕਲਿਆ। ਸਿਆਣੇ ਕਹਿੰਦੇ ਨੇ ਅਸਮਾਨ ਤੋਂ ਡਿੱਗਿਆ ਖਜੂਰ 'ਤੇ ਅੜਕਿਆ। ਪ੍ਰੋਫੈਸਰ ਰਾਜਾ ਸਾਹਿਬ ਦੀ ਕੋਠੀ ਤੋਂ ਆਜ਼ਾਦੀ ਲਈ ਤਾਂ ਮੈਂ DSP ਖੰਨਾ ਸਾਹਿਬ ਦੇ ਢਾਈ ਚੜ੍ਹ ਗਿਆ। ਖੰਨਾ ਸਾਹਿਬ ਨਿਰੀ ਅੱਗ ਦੀ ਨਾਲ ਸਨ। ਇਹਨਾਂ ਨੇ ਮੈਨੂੰ ਤਨਖਾਹ ਨਾਲੋਂ ਵੱਧ ਪੈਸਿਆਂ ਦੀਆਂ ਵਰਦੀਆਂ ਪੁਆਈਆਂ ਕਰਨੀਆਂ। ਅਤੇ ਜਿਸ ਦਿਨ ਕੋਈ ਮੁਲਜ਼ਮ ਸੂਤ ਨਾ ਆਉਣਾ, ਉਸ ਦਿਨ ਮੈਨੂੰ ਮੰਜੇ ਨਾਲ ਨੂੜ ਲੈਣਾ, ਮੈਨੂੰ ਧਮਕੀ ਦੇਣੀ, ਸੂਰਾ ਬਚਣਾ ਹੈ ਤਾਂ ਜੁਰਮ ਦਾ ਇਕਬਾਲ ਕਰ ਲੈ, ਨਹੀਂ ਤਾਂ ਕੱਚਾ ਖਾ ਜਾਂਗਾ। ਇੱਕ ਦਿਨ ਬੀਬੀ ਜੀ ਨੇ ਮੈਨੂੰ ਰੋਂਦਿਆਂ ਪਿੱਟਦਿਆਂ ਛਡਾਇਆ ਅਤੇ ਧਰਵਾਸ ਦਿੰਦੇ ਹੋਏ ਕਹਿਣ ਲੱਗੇ, ਮੰਗ ਤੂੰ ਡਰਿਆ ਨਾ ਕਰ, ਸਾਹਿਬ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਪ੍ਰੈਕਟਿਸ ਕਰਦੇ ਆ। ਸਾਹਿਬ ਨੇ ਮੇਰਾ ਨਾਮ ਪੁਲਿਸ ਬੈਂਡ 'ਚ ਲਵਾ ਦਿੱਤਾ ਅਤੇ ਕੰਮ ਮੈਂ ਘਰ ਦਾ ਕਰਦਾ ਸਾਂ। ਮੈਂ ਬੜੀਆਂ ਮਿੰਨਤਾਂ ਨਾਲ ਇਹ ਤਰੱਕੀ ਮਗਰੋਂ ਲਾਈ, ਉਹਨਾਂ ਦੀਆਂ ਵਰਦੀਆਂ ਉਹਨਾਂ ਦੇ ਹਵਾਲੇ ਕਰਕੇ ਛੁਟਕਾਰਾ ਪਾਇਆ। ਹੁਣ ਮੈਂ ਆਪਣੇ ਇਸ ਸਾਹਿਬ ਪਾਸ ਹਾਂ। ਇਹ ਜੰਗਲ ਦੇ ਮਹਿਕਮੇ ਦੇ ਠੇਕੇਦਾਰ ਨੇ, ਇੱਥੇ ਹਰ ਜੀ ਲਈ ਬੇਪਰਵਾਹੀਆਂ ਹਨ, ਮੇਰੇ ਲਈ ਬੇਪਰਵਾਹੀਆਂ ਨੇ। ਕੰਮ ਇੰਨਾ ਕਿ ਮੁੱਕਣ 'ਚ ਹੀ ਨਹੀਂ ਆਉਂਦਾ। ਘਰ 'ਚ ਰਿਜ਼ਕ ਦੀ ਵੀ ਗੰਗਾ ਵਗਦੀ ਪਈ ਹੈ। ਇੱਥੇ ਕਿਸੇ ਨੂੰ ਬੇਈਮਾਨੀ ਕਰਨ ਦੀ ਲੋੜ ਹੀ ਨਹੀਂ। ਮੇਰੇ ਵਰਗੇ ਇਮਾਨਦਾਰ ਬੰਦੇ ਨੂੰ ਪੇਟੀਆਂ ਦੀਆਂ ਚਾਬੀਆਂ ਫੜਾ ਚੜ੍ਹਦੇ ਨੇ। ਮੇਰੇ ਮਨ 'ਚ ਵੀ ਕਦੀ ਕੋਈ ਕਮਜ਼ੋਰੀ ਨਹੀਂ ਆਈ। ਇੱਥੇ ਪਾਰਟੀਆਂ ਹੀ ਪਾਰਟੀਆਂ ਹੁੰਦੀਆਂ ਰਹਿੰਦੀਆਂ ਨੇ। ਕਈ ਵਾਰ ਮਠਿਆਈਆਂ ਖਾ ਖਾ ਅੱਕ ਜਾਈਦਾ, ਮੁਰਗੇ ਵੀ ਤਾਂ ਬੜੇ ਬਣਦੇ ਨੇ। ਕਈ ਵਾਰ ਆਮਲੇਟਾਂ ਦੀਆਂ 4-4 ਪਲੇਟਾਂ ਬੱਚੀਆਂ ਰਹਿ ਜਾਂਦੀਆਂ ਨੇ ਅਤੇ ਮੈਨੂੰ ਖਾਣੀਆਂ ਪੈਂਦੀਆਂ। ਅਗਲੀ ਪਿਛਲੀ ਸਾਰੀ ਕਸਰ ਨਿਕਲ ਜਾਂਦੀ ਹੈ। ਤਨਖਾਹ ਦਾ ਇੱਥੇ ਕੋਈ ਰੌਲਾ ਹੀ ਨਹੀਂ, ਜਦੋਂ ਮਰਜ਼ੀ ਲੈ ਲਈਏ। ਪਰ ਸਾਹਿਬ ਸਾਰੇ ਨੌਕਰਾਂ ਨੂੰ 5 ਤਰੀਕ ਨੂੰ ਤਨਖਾਹ ਦਿੰਦੇ ਨੇ। ਮੈਂ ਵੀ ਉਸ ਦਿਨ ਹੀ ਸਾਰੀ ਸਾਰੀ ਤਨਖਾਹ ਘਰ ਘੱਲ ਦਿੰਦਾ। ਘਰ ਮਾਂ ਹੈ, ਬਾਪੂ ਹੈ, 2 ਭੈਣਾਂ ਨੇ। ਘਰ ਦੇ ਨੇੜੇ ਹੀ ਉਹ ਹੈ ਜਿਹੜੀ ਮੇਰੀ ਅਜੇ ਕੁਝ ਨਹੀਂ ਲੱਗਦੀ। ਉਂਝ ਮੇਰਾ ਸਾਰਾ ਕੁਝ ਉਹੀ ਹੋ ਹੈ, ਮੇਰੀ ਦੇਵਕੀ। ਪਤਾ ਨਹੀਂ ਕਿਉਂ ਦੇਵਕੀ ਮੈਨੂੰ ਸਾਰਿਆਂ ਨਾਲੋਂ ਵੱਧ ਯਾਦ ਆਉਂਦੀ ਹੈ। ਪਿਛਲੀ ਵਾਰੀ ਜਦੋਂ ਮੈਂ ਛੁੱਟੀ ਗਿਆ ਤਾਂ ਮੈਂ ਉਹਦੇ ਬਾਰ ਮੂਹਰੇ ਦੀ ਲੰਘ ਕੇ ਸਿੱਧਾ ਆਪਣੇ ਘਰ ਚਲਾ ਗਿਆ। ਘਰ ਦੇ ਜੀਆਂ ਨੂੰ ਮਿਲਣ ਪਿੱਛੋਂ ਜਦੋਂ ਮੈਂ ਦੇਵਕੀ ਪਾਸ ਗਿਆ ਤਾਂ ਹੰਝੂ ਭਰ ਕੇ ਕਹਿਣ ਲੱਗੇ, ਅੜਿਆ ਮੰਗਤਾ ਉਡੀਕਦਾ ਤੈਨੂੰ ਕੋਈ ਇੱਧਰ ਹੁੰਦਾ, ਤੂੰ ਚਲਿਆ ਉੱਧਰ ਜਾਂਦਾ, ਕਦੋਂ ਕੁ ਤੱਕ ਮੈਨੂੰ ਤੇਰੀ ਉਡੀਕ 'ਚ ਇਸੇ ਤਰ੍ਹਾਂ ਤੜਫਣਾ ਪਏਗਾ। ਹਾਏ ਦੇਵਕੀ, ਵੀ ਰੱਬ ਨੇ ਕੈਸੀ ਕੁੜੀ ਬਣਾਈ ਹੈ, ਭਲਾ ਦੇਵੀ ਦੇਵਤਿਆਂ ਅਤੇ ਦੇਵਕੀ ਵਿੱਚ ਕਿੰਨਾ ਕੁ ਫਰਕ ਹੋਏਗਾ। ਮੈਂ ਤਾਂ ਸਮਝਦਾ ਉਹ ਕਈਆਂ ਦੇਵੀ ਦੇਵਤਿਆਂ ਨਾਲੋਂ ਚੰਗੀ ਹੈ। ਭਾਂਡੇ ਮਾਂਜਦਿਆਂ ਮਾਂਜਦਿਆਂ ਕਈ ਵਾਰ ਉਹਦੀ ਤਸਵੀਰ ਭਾਂਡੇ ਵਿੱਚੋਂ ਲਿਸ਼ਕਣ ਲੱਗ ਪੈਂਦੀ ਹੈ। ਮੈਂ ਹੋਰ ਦਾ ਹੋਰ ਹੋ ਜਾਂਦਾ, ਉਹ ਕਿੰਨਾ ਪਿਆਰ ਕਰਦੀ ਹੈ ਅਤੇ ਕਿੰਨੀ ਯਾਦ ਆਉਂਦੀ ਹੈ। ਕਦੀ ਕਦੀ ਜਦ ਮੈਂ ਸੋਚਾਂ ਦੇ ਸਮੁੰਦਰ 'ਚ ਡੁੱਬ ਜਾਂਦਾ
ਤਾਂ ਇੱਕ ਪਰਛਾਵਾਂ ਜਿਹਾ ਮੇਰੇ ਸਾਹਮਣੇ ਆ ਖੜਾਉਂਦਾ ਹੈ। ਮੈਂ ਝੱਟ ਪਛਾਣ ਲੈਂਦਾ ਕਿ ਇਹ ਮੇਰੀ ਕਰਮਾਂ ਵਾਲੀ ਦੇਵਕੀ ਹੈ। ਉਹ ਭਾਵੇਂ ਇਸ ਸ਼ਹਿਰ ਤੋਂ ਦੂਰ ਦੁਰਾਡੇ ਇੱਕ ਨਿੱਕੇ ਜਿਹੇ ਪਿੰਡ 'ਚ ਰਹਿੰਦੀ ਹੈ, ਪਰ ਮੈਨੂੰ ਇੰਝ ਜਾਪਦਾ ਜਿਵੇਂ ਉਹ ਹਰ ਵੇਲੇ ਮੇਰੇ ਕੋਲ ਹੀ ਹੁੰਦੀ ਹੈ ਜਾਂ ਮੈਂ ਉਹਦੇ ਕੋਲ ਹੁੰਦਾ। ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਮੰਨਾ ਇਹੋ ਹੈ ਕਿ ਰੱਬ ਉਹ ਦਿਨ ਛੇਤੀ ਲਿਆਵੇ ਜਦੋਂ ਮੈਂ ਅਤੇ ਮੇਰੀ ਦੇਵਕੀ ਇੱਕ ਹੋ ਸਕੀਏ। ਉਹ ਜਿੱਥੇ ਉਡੀਕਦੀ ਹੋਵੇ ਮੈਂ ਸਿੱਧਾ ਉੱਥੇ ਜਾਇਆ ਕਰਾਂ, ਰਾਹ 'ਚ ਕਿਧਰੇ ਨਾ ਰੁਕਣਾ ਪਵੇ, ਨਾ ਅਟਕਣਾ ਪਵੇ। ਉਹ ਮੈਂ ਕਿੱਥੇ, ਮੇਰਾ ਰੁਜ਼ਗਾਰ ਕਿੱਥੇ, ਮੇਰੇ ਘਰ ਦੇ ਜੀ ਕਿੱਥੇ, ਮੇਰੀ ਦੇਵਕੀ ਕਿੱਥੇ, ਜਨਮ ਦਾ ਦੇਸ਼ ਹੋਰ, ਰੁਜ਼ਗਾਰ ਦਾ ਦੇਸ਼ ਹੋਰ, ਜਾਨ ਇੱਥੇ, ਧਿਆਨ ਉੱਥੇ, ਚੀਸ ਉੱਥੇ, ਪੀੜ ਇੱਥੇ, ਹੌਕੇ ਇੱਥੇ, ਹੰਝੂ ਉੱਥੇ। ਕੀ ਕਦੇ ਇੱਥੇ ਉੱਥੇ ਵਿਚਕਾਰ ਖਿਲਰੇ ਹੋਏ ਪੈਂਡੇ ਘੱਟ ਸਕਣਗੇ? ਜਿਵੇਂ ਸਾਹਿਬ ਦਾ ਜਵਾਈ ਇਹਨਾਂ ਦੀ ਬੀਬੀ ਨੂੰ ਦਿਨ 'ਚ ਤਿੰਨ ਤਿੰਨ ਵਾਰ ਕੱਪੜੇ ਬਦਲਵਾ ਕੇ ਬਾਹਰ ਕਾਰ 'ਚ ਸੈਰ ਕਰਵਾਉਣ ਲੈ ਕੇ ਜਾਂਦਾ ਹੈ, ਕਿ ਮੈਂ ਅਤੇ ਦੇਵਕੀ ਵੀ ਕਿਸੇ ਦਿਨ ਇਕੱਠੇ ਰਿਕਸ਼ਾ 'ਚ ਬੈਠ ਕੇ ਚੰਡੀਗੜ੍ਹ ਦੇ ਸੈਕਟਰਾਂ 'ਚ ਘੁੰਮ ਸਕਾਂਗੇ, ਝੀਲ ਵੇਖ ਸਕਾਂਗੇ, ਸਿਨਮੇ ਜਾ ਸਕਾਂਗੇ? ਜ਼ਰੂਰ ਜਾਵਾਂਗੇ, ਜ਼ਰੂਰ ਜਾਵਾਂਗੇ। ਮੈਨੂੰ ਨਿਸ਼ਚੈ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਵਕੀ ਮੈਨੂੰ ਆ ਮਿਲੇਗੀ ਅਤੇ ਮੇਰੇ ਜੀਵਨ ਦੀ ਨਵੀਂ ਸਵੇਰ ਹੋਏਗੀ। ਓਏ ਹੋਏ, ਇੱਕ ਚੂਹੇ ਨਾ ਮੁੱਕੇ ਸਟੋਰ 'ਚੋਂ, ਮੈਂ ਆਪਣੀਆਂ ਸੋਚ ਉਡਾਰੀਆਂ 'ਚ ਕਿੱਥੇ ਅਪੜਿਆ ਹੋਇਆ ਸਾਂ ਅਤੇ ਇਸ ਨਾਮੁਰਾਦ ਚੂਹੇ ਨੇ ਮੇਰੇ ਸੁਪਨੇ ਤਾਰ ਤਾਰ ਕਰ ਸੁੱਟੇ। ਬੱਲੇ, ਕਿੱਡਾ ਵੱਡਾ ਚੂਹਾ ਹੈ, ਇਹਦੀਆਂ ਕਿੱਡੀਆਂ ਕਿੱਡੀਆਂ ਮੁੱਛਾਂ ਨੇ, ਇਹਦੀ ਚੂਹੀ ਬਿਲਕੁਲ ਮੁਰਦਲ ਜਿਹੀ ਹੈ, ਜਿਵੇਂ ਚੂਹਿਆਂ ਦੇ ਸਕੂਲ ਦੀ ਆਂਟੀ ਹੁੰਦੀ ਹੈ। ਇਹਨਾਂ ਨਾ ਮੁਰਾਦਾਂ ਨੇ ਘਰ 'ਚ ਚੂਹੇ ਚੂਹੇ ਕਰ ਛੱਡੇ ਆ। ਵੇਖੋ, ਇਹਨਾਂ ਨੂੰ ਫੈਮਿਲੀ ਪਲੈਨਿੰਗ ਵਾਲੇ ਵੀ ਕੋਈ ਸਿੱਖਿਆ ਨਹੀਂ ਦਿੰਦੇ। ਮੈਂ ਹੀ ਇਹਨਾਂ ਦੀ ਖਬਰ ਲਵਾਂਗਾ। ਸਾਹਿਬ ਨੇ ਮੈਥੋਂ ਚੂਹੇ ਮਰਵਾਉਣ ਦੀ ਬੜੀ ਸਕੀਮ ਕੱਢੀ ਹੈ। ਇੱਕ ਚੂਹਾ ਮਾਰਨ ਦੇ 25 ਪੈਸੇ ਦਿੰਦਾ ਹੈ। ਕਈ ਵਾਰ ਮੈਂ ਚਾਰ ਚਾਰ ਚੂਹੇ ਇੱਕੋ ਦਿਨ ਦੇ ਮਾਰ ਸੁੱਟਦਾ। ਸੁਣਿਆ ਚੀਨੇ ਚੂਹੇ ਤੇ ਸੱਪ ਖਾ ਜਾਂਦੇ ਨੇ। ਸਾਹਿਬ ਨੇ ਜੋ ਘਰ 'ਚ ਕੋਈ ਚੀਨਾ ਨੌਕਰ ਰੱਖਿਆ ਹੁੰਦਾ ਤਾਂ ਉਹਦੀਆਂ ਰੋਟੀਆਂ ਬਚ ਸਕਦੀਆਂ ਸਨ। ਕਈ ਵਾਰ ਪਿੰਜਰੇ ਲਿਆ ਕੇ ਰੱਖੀ ਦੇ ਨੇ, ਪਰ ਇਹ ਸ਼ਹਿਰੀ ਚੂਹੇ ਟਾਲ ਮਟੋਲ ਕਰ ਜਾਂਦੇ। ਇਹਨਾਂ ਨੂੰ ਸਾਰੀਆਂ ਚਾਲਾਂ ਦਾ ਪਤਾ ਲੱਗ ਜਾਂਦਾ। ਇਹ ਤਾਂ ਡੰਡੇ ਨਾਲ ਸੂਟ ਆਉਂਦੇ ਹੈ। ਬੀਬੀ ਜੀ ਆਟੇ ਵਾਲੀਆਂ ਗੋਲੀਆਂ ਨਹੀਂ ਪਾਉਣ ਦਿੰਦੇ ਕਿ ਨਿੱਕੇ ਬੱਚੇ ਨਾ ਖਾ ਜਾਣ, ਨਹੀਂ ਤਾਂ ਇੱਕੋ ਦਿਨ 'ਚ ਚੂਹਿਆਂ ਦਾ ਸਫਾਇਆ ਹੋ ਸਕਦਾ ਸੀ। ਅਸੀਂ ਜੇ ਘਰ ਦੇ ਚੂਹੇ ਮਾਰ ਵੀ ਦਈਏ ਤਾਂ ਆਂਢ ਗੁਆਂਢ ਤੋਂ ਆ ਪਹੁੰਚਦੇ ਹਨ। ਲਾਲਾ ਬਾਥਰੂਮ 'ਚ ਇੱਕ ਦਿਨ ਭਰਿਆ ਹੋਇਆ ਪਿੰਜਰਾ ਚੁੱਕੀ ਜਾਣ। ਮੈਂ ਕਿਹਾ, ਲਾਲਾ ਜੀ ਕਿੱਥੋਂ ਫੜੇ ਹਨ ਅਤੇ ਕਿਵੇਂ ਫੜੇ ਹਨ? ਕਹਿਣ ਲੱਗੇ, ਸਾਡੀ ਹੱਟੀ ਦਾ ਮਾਲ ਹੈ। ਜਿਵੇਂ ਪੁਲਿਸ ਵਾਲੇ ਬਲੈਕ ਕਰਨ ਵਾਲੇ ਨੂੰ ਫੰਦ ਬਣਾ ਕੇ ਫਸਾਉਂਦੇ ਹਨ, ਬਸ ਇਸੇ ਤਰ੍ਹਾਂ ਫੜੇ ਸਮਝੋ। ਮੈਂ ਫਿਰ ਕਿਹਾ, ਹੁਣ ਇਹਨਾਂ ਨੂੰ ਕਿੱਥੇ ਲੈ ਚੱਲਿਓ? ਕਹਿਣ ਲੱਗੇ, ਲੈ ਜਾਣਾ ਕਿੱਥੇ ਸੀ, ਮੈਂ ਕੋਈ ਮਾਰਨੇ ਥੋੜ੍ਹੇ ਨੇ, ਵਿਚਾਰੇ ਰਾਤ ਦੇ ਭੁੱਖੇ ਨੇ, ਇੱਥੇ ਕਿਤੇ ਛੱਡ ਦਿਆਂਗਾ? ਮੈਨੂੰ ਘਰੋਂ ਆਵਾਜ਼ ਪਈ ਅਤੇ ਮੁੜਨਾ ਪਿਆ, ਵਰਨਾ ਮੈਂ ਲਾਲਾ ਜੀ ਦੇ ਨਾਲ ਬਣੇ ਬਣਾਏ ਪਿੰਜਰੇ ਦਾ ਸੌਦਾ ਕਰ ਲੈਣਾ ਸੀ। ਉਹਨਾਂ ਨੇ ਉਹ ਗੱਲ ਕੀਤੀ, ਸਾਡੀ ਕੋਠੀ ਦੇ ਨੇੜੇ ਪਿੰਜਰਾ ਖੋਲ੍ਹ ਦਿੱਤਾ ਅਤੇ ਚੂਹੇ ਭੱਜ ਕੇ ਸਾਡੇ ਘਰ ਨੂੰ ਇਸ ਤਰ੍ਹਾਂ ਆਏ ਜਿਵੇਂ ਸਕੂਲੋਂ ਛੁੱਟੀ ਹੋਣ ਵੇਲੇ ਬੱਚੇ ਘਰਾਂ ਨੂੰ ਭੱਜਦੇ ਨੇ। ਲਾਲਾ ਜੀ ਜੀਵ ਹੱਤਿਆ ਤੋਂ ਡਰਦੇ ਹੋਏ ਮੇਰਾ ਕੰਮ ਵਧਾ ਗਏ ਨੇ। ਮੈਂ ਨਾ ਮੂਜੀਆਂ ਤੋਂ ਇੰਨਾ ਔਖਾਂ ਕਿ ਦੱਸ ਨਹੀਂ ਸਕਦਾ। ਸਾਰੇ ਜੀ ਆਪੋ ਆਪਣੇ ਪਲੰਘਾਂ ਅਤੇ ਮੰਜਿਆਂ 'ਤੇ ਲੇਟੇ ਹੋਏ ਨੇ ਅਤੇ ਮੇਰੇ ਹਿੱਸੇ ਆਇਆ ਇਹ ਸਟੋਰ। ਕੋਠੀ 'ਚ ਹੋਰ ਕੋਈ ਐਸਾ ਕਮਰਾ ਹੈ ਹੀ ਨਹੀਂ ਜੋ ਮੈਨੂੰ ਦਿੱਤਾ ਜਾ ਸਕਦਾ। ਇਹ ਸਟੋਰ ਹੀ ਆਪਣੀ ਦੁਨੀਆ, ਇਹ ਸਟੋਰ ਹੀ ਆਪਣਾ ਟਿਕਾਣਾ। ਸ਼ੁਕਰ ਹੈ ਮੈਂ ਸਟੋਰ 'ਚ ਟਿਕਿਆ ਰਹਾਂ। ਘੱਟੋ ਘੱਟ ਜਿੰਨਾ ਚਿਰ ਮੈਨੂੰ ਦੇਵਕੀ ਨਹੀਂ ਮਿਲ ਜਾਂਦੀ, ਮੇਰੇ ਕੋਲੋਂ ਇਸ ਘਰ ਦਾ ਸਟੋਰ ਨਹੀਂ ਖੁੱਸਣਾ ਚਾਹੀਦਾ। ਜੇ ਦੇਵਕੀ ਆ ਜਾਏ ਤਦ ਵੀ ਸਾਡਾ ਦੋਹਾਂ ਦਾ ਇਸ ਸਟੋਰ 'ਚ ਗੁਜ਼ਾਰਾ ਹੋ ਸਕਦਾ। ਇੱਧਰ ਨਾਲ ਲਗਵਾਂ ਉਹਦਾ ਤੱਪੜ ਵੇਚ ਸਕਦਾ। ਅੱਜ ਨੀਂਦ ਹੀ ਨਹੀਂ ਆ ਰਹੀ, ਕਦੇ ਕਦੇ ਮੈਂ ਕਿਹਨਾਂ ਵਹਿਣਾਂ 'ਚ ਬਹਿ ਜਾਂਦਾ, ਪਰ ਮੇਰੇ ਵੀ ਕੀ ਵੱਸ ਹੈ? ਭਾਵੇਂ ਮੈਂ ਮੰਗਤ ਰਾਮ ਹੀ ਹਾਂ, ਫਿਰ ਵੀ ਇਨਸਾਨ ਹਾਂ। ਕਦੇ ਕਦੇ ਜੀ ਕਰਦਾ ਹੈ ਸਟੋਰ 'ਚ ਰੇਡੀਓ ਰਖਵਾ ਲਵਾਂ, ਦਰਦ ਫਰਾਕ ਦੇ ਗੀਤ ਸੁਣ ਸੁਣ ਨਾਲੇ ਰੋਇਆ ਕਰਾਂ, ਨਾਲੇ ਦੇਵਕੀ ਨੂੰ ਯਾਦ ਕਰ ਲਿਆ ਕਰਾਂ। ਪਰ ਜੇ ਸਟੋਰ 'ਚ ਰੇਡੀਓ ਰੱਖਿਆ ਤਾਂ ਉਹਦੀਆਂ ਤਾਰਾਂ ਇਹਨਾਂ ਮੂਜੀ ਚੂਹਿਆਂ ਨੇ ਕੁਤਰ ਸੁੱਟਣੀਆਂ। ਨਹੀਂ ਨਹੀਂ ਇੱਥੇ ਰੇਡੀਓ ਦੀ ਲੋੜ ਨਹੀਂ। ਕੀ ਗੱਲ, ਅੱਜ ਭੁੱਖ ਲੱਗ ਗਈ? ਸਟੋਰ 'ਚ ਖਾਣ ਲਈ ਕੀ ਮਿਲ ਸਕਦਾ? ਹਾਂ ਸੱਚ, ਗੁੜ ਪਿਆ, ਗੁੜ ਦੀ ਡਲੀ ਖਾਂਦੇ ਹਾਂ। ਅੱਛਾ ਮੰਗਤ ਰਾਮ ਜੀ, ਰਾਤ ਦੇ 12 ਵੱਜਣ ਵਾਲੇ ਹੋ ਗਏ ਨੇ, ਤੁਸੀਂ ਹੁਣ ਗੁੜ ਖਾਓ ਅਤੇ ਸੌਂ ਜਾਓ। ਭੁੱਲ ਜਾਓ ਥੋੜ੍ਹੀ ਦੇਰ ਲਈ ਆਪਣੇ ਆਲੇ ਦੁਆਲੇ ਨੂੰ, ਭੁੱਲ ਜਾਓ ਆਪਣੀ ਬਣਨ ਵਾਲੀ ਦੇਵਕੀ ਨੂੰ, ਸੌਂ ਜਾਓ ਸਿਰਹਾਣੇ ਬਾਂਹ ਦੇ ਕੇ। ਟਾਈਮ ਪੀਸ ਦੀਆਂ ਸੂਈਆਂ ਮੇਰੀਆਂ ਗੱਲਾਂ ਸੁਣਨ ਲਈ ਵੀ ਨਹੀਂ ਰੁਕੀਆਂ। ਇਹ ਬੜੀ ਬੇਲਿਹਾਜ਼ ਚੀਜ਼ ਹੈ, ਇਹਨੇ ਠੀਕ 4 ਵਜੇ ਟਨ ਟਨ ਕਰਕੇ ਕਹਿਣਾ, ਉੱਠੋ ਹੀ ਮੰਗਤ ਰਾਮਾ, ਉੱਠੋ ਹੀ ਮੰਗਤ ਰਾਮਾ। ਧੰਨਵਾਦ। ਅਗਲਾ ਲੇਖ ਹੈ ਹੰਸ ਰਾਜ ਬਨਾਮ ਰਾਜ ਹੰਸ।
मेरे बार मूरे लटकदी नेम प्लेट ते मेरा नाम हंस राज लिखा है क्योंकि माँ बाप ने मेरा नाम हंस राज ही रखा से। पर मैं कदे कदे अपने आप नूं राज हंस समझण लग पैना, नेम प्लेट बदल सुटना चाहना। मेरे अंदर हर वेले हंस राज ते राज हंस विचकार एक लड़ाई छिड़ी रहिंदी है। हंस राज कुछ कहिंदा है, राज हंस कुछ। हंस राज अपने आप नूं हकीकत समझदा है, राज हंस अपने आप नूं तमन्ना। जिन्ना फर्क हकीकत ते तमन्ना च हुंदा बस उन्ना फर्क ही हंस राज ते राज हंस विच। राज हंस मेरिया सदरां दा नाम है, मेरे सुपनिया दा नाम है, मेरिया हसरतां दा नाम है, मेरिया इच्छावां दा नाम है, ते हंस राज मेरी मजबूरी दा नाम है, मेरिया औकड़ां दा नाम है, मेरी लावारसी दा नाम है, मेरी लाचारी दा नाम है। दिन च कई वार हंस राज ते राज हंस विचकार दुफेड़ पैंदा है, बहसां छिड़दियां हन, जंग हुंदा है, ते जित हार दा फैसला मेरी आत्मक परेशानी दा कारण बणदा है। मेरे विच वसदे राज हंस ने कहा, मैं शहजादा हाँ, मैं राजिया वांग रहांगा। मेरे कोल कोठी होनी चाहीदी है, कार होनी चाहीदी है, मेरे अगे पिछे नौकर चाकर फिरने चाहीदे हन। मैं खूबसूरत बंदा हाँ, जिस रात मैं पैदा होया सा होर कोई नहीं होया। ते हंस राज कहन लगा, एक झूठा तखैयल है, तू आम इंसानां वर्गा एक इंसान है, आम बाबुआं वर्गा क्लर्क है, कारां ते महलां दे ख्याल छड, उठ के साइकिल नूं पंक्चर ला के सवेरे फिर दफ्तर जाना है, अपना कमरा साफ रख्या कर, मालक मकान लड़ाके सुभा दा है, ऐसा ना होवे सिर ढकण वाली थां वी गुआ बैठे। राज हंस कहन लगा, मैं अपने अफसर नालों लायक हाँ, मेरी अकल अपने बॉस नालों वड्डी है, की होया वो IAS है, मैं उहदे नालों चंगी अंग्रेजी लिख सकता, उहदे नालों ज़्यादा कायदे कानून जानदा, उहदे नालों ज़्यादा किताबां पढ़ चुका। राज हंस कहन लगा, एवें फोकी होमें छड, वो 1200 लैंदा है ते तू 120 लैंदा है, सिफर नूं निरी सिफर ना समझ, इत्थे 1000 दा फर्क पाउंदी है, तेरे अगले साल 5 रुपए वधणगे ते बॉस ने सैकटरी हो जाणा। कौन पुछदा निरियां पढ़ाइयां नूं, प्यारे कुर्सी वड्डी है ज्ञान छोटा है, उठ के कोले भन ते अंगीठी तपा। मेरे अंदरला राज हंस प्यार करना चाहुंदा है, वो एक कुड़ी नूं रब दा रूप समझ के पूजदा है, कदे कदे उहनूं लव लैटर भी लिखदा है, उहदे तखैयल विच गुआचिया रहिंदा है, उहनूं वेख के उहदा दिल उछाले मारदा है। जे उह हीर है तां रांझा, जे उह लैला है तां मजनू, जे उह सोहणी है तां महिवाल, जे उह साहिबा है तां मिर्ज़ा, गल की प्यार च सदाई हो चुका है। दावा करदा है कि प्यार मेरा पैदाइशी हक है, मैं उस लड़की बिना अधूरा, मैं उहनूं जरूर लवांगा, हर कीमत ते हासिल करांगा, जे अपनी महबूबा पिछे जान दी बाजी भी लाउणी पई तां ला देंगा। हंस राज राज हंस दियां इन्हां गल्लां ते हिकारत भरी हासी हसदा है, वो कहिंदा, मूर्खा जात दी कोड़ किरली तीरां नाल जफ्फियां वाली गल ना कर, उस शहजादी दा ख्याल छड़ दे, तेरे भागां च नत्थो लिखी है, नत्थो काला अक्खर भैंस बरोबर समझण वाली नत्थो, पता नहीं किस जन्म तो ये तेरा पिछा करदी आ रही है, जिन्ना चिर तू मर नहीं जांदा नत्थो तेरा खेड़ा नहीं छड्डेगी, नत्थो तेरी होणी दा नाम है, भावी दा नाम है। तू रांझिया मिर्ज़िया मजनूआं ते महीवालां दा ख्याल छड़ दे, उहनां विचों किसे ने भी 80, 5, 150 दे ग्रेड च नौकरी नहीं सी कीती, उहनां विचों किसे दे भी 6 जवाक नहीं सन, किसे नूं क्यू च 4 घंटे राशन लई नहीं सी खड़ा होना पैंदा, बस वंजली वजाई ते हीर आ गई ते चूरी आ गई, ते इधर तेरी नत्थो तौबा मेरी, इहदे भाणे इश्क डेलियां दा अचार हुंदा है, तू भी अचार खा ते होणी दीआं वधीकियां नूं हासा सौ प्यारे। गॉड यू हैव गॉट नत्थो, राज हंस फिल्म वेखदा है, उहनूं कहाणी चंगी लगदी है, एक्टिंग चंगी लगदी है, गीत चंगे लगदे हन, गल की सारी फिल्म चंगी लगती है, वह सोचता है मैं भी हीरो बनांगा, फिल्मों काम करांगा, मैं अपनी एक्टिंग नाल दुनिया च बहजा बहजा करा देंगा, सोहनिया सोहनिया कुड़िया मेरे नाल रोल करने लई तरसिया करनगियां। तो हंसराज कहिंदा, मना ये सुपना छड़ दे, जे एक्टिंग किते बिना नहीं रह सकता तो रामलीला च चा ला लिया कर, हनुमान बन जाई जां कुछ होर, जैसी शक्ल वैसा पार्ट लै लई। राज हंस दुनिया की सैर करना चाहता है, अमरीका ते रूस घूमना चाहता है, हवाई जहाज़ां ते दुनिया गाउणी चाहुंदा है, स्विट्जरलैंड ते पैरिस दीआं गलियां च अतर फलेल छिड़क के घूमना चाहुंदा है, रोम ते लंडन दे बाल रूमां च नचना चाहुंदा है। ते हंसराज कहिंदा, मूरख हो गया है, पल्ले किराया ना होण करके अज तक तू बदरीनाथ दी यात्रा दा कर नहीं सकिया।
ਇਹ ਕੀ ਸੋਚਦਾ ਰਹਿੰਦਾ ਹੈ? ਆਇਆ ਹਵਾਈ ਜਹਾਜ਼ਾਂ ਦੇ ਚੜ੍ਹਨ ਵਾਲਾ, ਕਈ ਵਾਰੀ ਬੱਸ 'ਤੇ ਜਾਣ ਲਈ ਜੇਬ 'ਚ 25 ਪੈਸੇ ਨਹੀਂ ਹੁੰਦੇ, ਫਿਰ ਤੁਰ ਕੇ ਜਾਂਦਾ ਹੈ। ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਆ ਕਰ, ਅਤੇ ਕਦੇ ਕਦੇ ਮੰਦਰ ਗੇੜਾ ਮਾਰ ਆਇਆ ਕਰ। ਰਾਜਾ ਹੰਸ ਲੋਕਾਂ ਦੀ ਸੂਟ ਵੇਖਦਾ ਹੈ, ਟੇਲਰਿੰਗ ਵੇਖਦਾ, ਬਣਤ ਅਤੇ ਚੜ੍ਹਤ ਵੇਖਦਾ, ਆਪਣੇ ਆਪ ਨੂੰ ਉਹਨਾਂ ਵਰਗਾ ਹੋਇਆ ਵੇਖਣਾ ਚਾਹੁੰਦਾ ਹੈ। ਲੋਕਾਂ ਜਿਹੀਆਂ ਟਾਈਆਂ, ਲੋਕਾਂ ਜਿਹੇ ਸੂਟ, ਲੋਕਾਂ ਜਿਹੇ ਬੂਟ, ਗੱਲ ਕੀ ਹਰ ਚੀਜ਼ ਲੋਕਾਂ ਜਿਹੀ ਮੰਗਦਾ ਹੈ। ਹੰਸ ਰਾਜ ਆਪਣੇ ਟੁੱਟੇ ਚਿੱਤਰਾਂ 'ਤੇ ਨਜ਼ਰ ਮਾਰਦਾ ਹੈ, ਪਾਟੀ ਪੈਂਟ ਦੇ ਤੋਪੇ ਵਹਿੰਦਾ, ਬਿਨਾਂ ਕਰੀਜ਼ ਦੇ ਪਾਈ ਕਮੀਜ਼ ਵੱਲ ਤੱਕਦਾ, ਅਤੇ ਆਪਣੇ ਆਪ ਨੂੰ ਕਹਿੰਦਾ ਹੈ, ਐਤਕੀ ਪਜਾਮਾ ਸਵਾ ਲਿਆ, ਅਗਲੇ ਮਹੀਨੇ ਚੱਪਲਾਂ ਲਵਾਂਗੇ, 6 ਮਹੀਨੇ ਲੰਘ ਜਾਣਗੇ, ਫਿਰ ਵੇਖੀ ਜਾਏਗੀ। ਜ਼ਿੰਦਗੀ 'ਚ ਕਈ ਮੌਕੇ ਐਸੇ ਵੀ ਆਏ ਜਦੋਂ ਰਾਜ ਹੰਸ ਅਤੇ ਹੰਸ ਰਾਜ ਨੇ ਵੱਖੋ ਵੱਖਰੇ ਰਾਹ ਅਪਣਾਉਣੇ ਚਾਹੇ। ਰਾਜ ਹੰਸ ਅਸ਼ੋਕਾ ਹੋਟਲ 'ਤੇ ਵਾਈਨ 'ਚ ਬਣਿਆ ਚਿਕਨ ਖਾਣਾ ਚਾਹੁੰਦਾ ਸੀ, ਏਅਰ ਕੰਡੀਸ਼ਨ ਹੋਟਲ 'ਚ ਰਹਿਣਾ ਚਾਹੁੰਦਾ ਸੀ, ਉੱਥੋਂ ਦੇ ਟੈਂਕ 'ਚ ਸਵਿਮਿੰਗ ਕਰਨਾ ਚਾਹੁੰਦਾ ਸੀ। ਉਹਦੀ ਜੇਬ 'ਚ ਪੂਰੇ 120 ਰੁਪਏ ਸਨ। ਇੰਨੇ ਨਾਲ ਅਸ਼ੋਕਾ ਹੋਟਲ 'ਚ ਬੜੀ ਸੋਹਣੀ ਈਵਨਿੰਗ ਗੁਜ਼ਰ ਸਕਦੀ ਸੀ। ਰਾਜ ਹੰਸ ਵਿਰ ਘੜੋਤਾ, ਤੀਨ ਮੂਰਤੀ ਤੱਕ ਦੋਵੇਂ ਗੁੱਥਮ ਗੁੱਥਾ ਹੁੰਦੇ ਚਲੇ ਗਏ। ਅਖੀਰ ਹੰਸ ਰਾਜ ਜਿੱਤ ਗਿਆ। ਉਹ ਰਾਜ ਹੰਸ ਨੂੰ ਮੁੜ ਕੇ ਇੰਡੀਆ ਗੇਟ ਦੇ ਸਾਹਮਣੇ ਛੋਲੇ ਭਟੂਰੇ ਵੇਚਣ ਵਾਲੇ ਕੋਲ ਲੈ ਆਇਆ। ਹੰਸ ਰਾਜ ਨੂੰ ਤਸੱਲੀ ਤਦ ਹੋਈ ਜਦੋਂ ਨੱਥੋ ਨੇ ਜੇਬ 'ਚੋਂ ਸਾਰੀ ਤਨਖਾਹ ਕੱਢ ਲਈ। ਫਿਰ ਇਸੇ ਤਰ੍ਹਾਂ ਇੱਕ ਦਿਨ ਰਾਜ ਹੰਸ ਕਹਿਣ ਲੱਗਾ, ਮੈਂ ਚੋਣ ਲੜਾਂਗਾ, ਮੈਂ MLA ਬਣਾਂਗਾ, ਫਿਰ ਵਜ਼ੀਰ ਬਣਾਂਗਾ, ਮੈਨੂੰ ਸਾਰਾ ਘਰ ਬਾਰ ਫੂਕ ਕੇ ਚੋਣ ਮੁਹਿੰਮ 'ਤੇ ਲਾ ਦੇਣਾ ਚਾਹੀਦਾ, ਜਦੋਂ ਵਜ਼ੀਰ ਬਣ ਗਿਆ ਤਾਂ ਸਾਰੇ ਖਾਨਦਾਨ ਦੀ ਗਰੀਬੀ ਧੋ ਸੁੱਟਾਂਗਾ। ਹੰਸ ਰਾਜ ਉਹਦੀਆਂ ਗੱਲਾਂ ਸੁਣਦਾ ਰਿਹਾ। ਉਹ ਉਹਨੂੰ ਰੋਕਣਾ ਤਾਂ ਚਾਹੁੰਦਾ ਸੀ, ਪਰ ਵਜ਼ੀਰੀ ਅਤੇ ਕਲਰਕੀ ਵਿਚਕਾਰ ਐਡਾ ਵੱਡਾ ਗੈਪ ਹੋਣ ਕਰਕੇ ਕੁਝ ਝਿਜਕਦਾ ਸੀ। ਅਖੀਰ ਉਹ ਪਿਆਰ ਨਾਲ ਕਹਿਣ ਲੱਗਾ, ਮੇਰੇ ਰਾਜ ਹੰਸ, ਜੇ ਵਜ਼ੀਰੀ ਯੋਗਤਾ ਦੇ ਮੁਕਾਬਲੇ ਨਾਲ ਮਿਲਦੀ ਹੋਵੇ ਤਾਂ ਆਪਾਂ ਵੀ ਤਿਆਰੀ ਕਰਕੇ ਇਮਤਿਹਾਨ 'ਚ ਬੈਠ ਜਾਈਏ, ਪਰ ਦੋਸਤ, ਵਜ਼ੀਰ ਤਾਂ ਲੋਹੇ ਦੀ ਸੰਦੂਕੜੀ ਰਾਹੀਂ ਜਾਂਦੇ ਹਨ, ਵੋਟਰ ਦਾ ਅਤੇ ਮੋਟਰ ਦਾ ਕੀ ਭਰੋਸਾ, ਪਤਾ ਨਹੀਂ ਕਿੱਥੇ ਵਿਗੜ ਖੜੋਣ। ਸੱਜਣਾ, ਇਹ ਆਪਣੇ ਵੱਸ ਦਾ ਰੋਗ ਨਹੀਂ, ਮੇਰੀ ਮੰਨੇ ਤਾਂ ਵਜ਼ੀਰੀ ਵੱਲੋਂ ਅਸਤੀਫਾ ਦੇ ਛੱਡ, ਆਪਣੀ ਕਲਰਕੀ ਚੰਗੀ ਹੈ, ਅਗਲੇ ਸਾਲ ਅਸਿਸਟੈਂਟ ਅਤੇ ਫਿਰ ਹੈੱਡ ਅਸਿਸਟੈਂਟ ਹੋ ਜਾਵਾਂਗੇ, ਚੜ੍ਹੇ ਮਹੀਨੇ ਤਨਖਾਹ ਮਿਲਦੀ ਹੈ, ਇਸ ਤਨਖਾਹ ਨੂੰ ਇਸੇ ਤਰ੍ਹਾਂ ਮਿਲਦੀ ਰਹਿਣ ਦੇ। ਰੋਟੀ ਟੁੱਕ ਦੇ ਨਾਲ ਨਾਲ ਕਦੇ ਕਦੇ ਦਹੀਂ ਭੱਲੇ ਖਾਣ ਦੀ ਐਸ਼ੀ ਵੀ ਹੋ ਜਾਂਦੀ ਹੈ। ਰਾਜ ਹੰਸ ਫਿਰ ਇੱਕ ਦਿਨ ਕਹਿਣ ਲੱਗਾ, ਮੈਂ ਸੰਨਿਆਸ ਲੈ ਲੈਣਾ, ਜੰਗਲਾਂ 'ਚ ਪੰਛੀਆਂ ਵਾਂਗ ਆਜ਼ਾਦੀ ਨਾਲ ਫਿਰਾਂਗਾ, ਨਾ ਇਹ ਗ੍ਰਸਤ ਦੇ ਝਗੜੇ, ਨਾ ਬੌਸ ਦੀ ਝਿੜਕ ਝੰਬ, ਨਾ ਆਏ ਦਿਨ ਦੇ ਫਿਕਰ ਫਾਕੇ, ਨਾ ਵਕਤ ਦੀ ਕੈਦ, ਨਾ ਸਾਥੀਆਂ ਦੀ ਈਰਖਾ। ਉੱਥੇ ਜਾਂ ਈਸ਼ਵਰ ਦੀ ਯਾਦ ਹੋਏਗੀ, ਜਾਂ ਕੁਦਰਤ ਦੀ ਗੋਦੀ ਦਾ ਆਨੰਦ। ਹੰਸ ਰਾਜ ਸੰਨਿਆਸੀ ਮਹਾਰਾਜ ਦੇ ਇਰਾਦੇ ਸੁਣ ਕੇ ਹੱਸ ਪਿਆ, ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ, ਜੇ ਸੰਨਿਆਸ ਲੈਣਾ ਸੀ ਤਾਂ ਦੁਨੀਆਦਾਰੀ 'ਚ ਕਿਉਂ ਉਲਝੇ? ਹੋਰ 5-7 ਸਾਲ ਨੌਕਰੀ ਕਰ ਲਏਗਾ ਤਾਂ ਪੈਨਸ਼ਨ ਮਿਲ ਜਾਏਗੀ। ਇਹ ਕੀੜਿਆਂ ਦਾ ਭੌਣ ਜੋ ਤੂੰ ਫੈਮਿਲੀ ਪਲੈਨਿੰਗ ਵਾਲਿਆਂ ਦੇ ਪ੍ਰੋਗਰਾਮ ਦੀ ਉਲੰਘਣਾ ਕਰਕੇ ਇਕੱਠਾ ਕੀਤਾ ਨਾ, ਤੈਨੂੰ ਹੁਣ ਨਾ ਨਰਕ, ਨਾ ਸੁਰਗ, ਨਾ ਜੰਗਲ, ਨਾ ਬੇਲੇ, ਨਾ ਗੰਗਾ, ਨਾ ਜਮਨਾ ਪਹਾੜ, ਨਾ ਸਮੁੰਦਰ ਕਿੱਧਰੇ ਵੀ ਨਹੀਂ ਜਾਣ ਦਏਗਾ। ਤੂੰ ਇਹਨਾਂ ਨੂੰ ਆਪਣੇ ਬੱਚੂ ਨਾ ਸਮਝ, ਹੁਣ ਤਾਂ ਇਹ ਤੈਨੂੰ ਬੱਚੂ ਬਣਾ ਕੇ ਰੱਖਣਗੇ। ਪਿਆਰੇ ਹੰਸਰਾਜ, ਤੂੰ ਕਿਧਰੇ ਨਹੀਂ ਜਾ ਸਕਦਾ, ਤੇਰੇ 4 ਚੁਫੇਰੇ ਝਮੇਲੇ ਹਨ, ਬਲਕਿ ਤੂੰ ਹੀ ਕਾਪ ਝਮੇਲਾ ਹੈ। ਆਪਣਾ ਨਾਮ ਬਦਲਣ ਦੀ ਕੋਸ਼ਿਸ਼ ਨਾ ਕਰ, ਤੂੰ ਹੰਸ ਰਾਜ, ਤੂੰ ਕਦੇ ਵੀ ਰਾਜ ਹੰਸ ਨਹੀਂ ਬਣ ਸਕਦਾ। ਅੱਖਾਂ ਖੋਲ੍ਹ ਅਤੇ ਆਪਣੀ ਨੇਮ ਪਲੇਟ ਪੜ੍ਹ, ਇਸ 'ਤੇ ਹੰਸ ਰਾਜ ਲਿਖਿਆ, ਰਾਜ ਹੰਸ ਨਹੀਂ, UR ਪੁਆਰ ਪੁਆਰ ਹੰਸ ਰਾਜ ਮਾਈ ਡੀਅਰ, UR ਪਿਓਰ ਹੰਸ ਰਾਜ ਮਾਈ ਡੀਅਰ ਈਡੀਅਟ ਫਰੈਂਡ। ਧੰਨਵਾਦ। ਅਗਲਾ ਲੇਖ ਹੈ, ਕਿੱਥੇ ਠਹਿਰੀਏ। ਸਕੂਟਰ ਸਕੂਟਰ, ਮੈਂ ਜ਼ੋਰ ਨਾਲ ਸਕੂਟਰ ਰਿਕਸ਼ੇ ਨੂੰ ਆਵਾਜ਼ ਮਾਰੀ। ਸਕੂਟਰ ਘੁਰ ਕਰਦਾ ਮੇਰੇ ਪਾਸ ਆ ਰੁਕਿਆ। ਮੈਂ ਬਗੈਰ ਗੱਲਬਾਤ ਕਰਨ ਦੇ ਅਟੈਚੀ ਕੇਸ ਰੱਖ ਕੇ ਸਕੂਟਰ 'ਚ ਬੈਠ ਗਿਆ। ਕਿੱਥੇ ਚੱਲੋਗੇ, ਉਹਨੇ ਸੁਭਾਵਕ ਪੁੱਛਿਆ। ਚੱਲ ਚੱਲਿਆ ਚੱਲ, ਕਹਿ ਕੇ ਮੈਂ ਉਹਨੂੰ ਸਟਾਰਟ ਕਰਵਾ ਦਿੱਤਾ। ਇਹ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਿੱਥੇ ਠਹਿਰਨਾ। ਬੜੇ ਥਾਂ ਸਨ ਦਿੱਲੀ 'ਚ ਠਹਿਰਨ ਵਾਲੇ, ਪਰ ਮਨ 'ਚ ਫੈਸਲਾ ਨਾ ਕਰ ਸਕਿਆ ਕਿ ਕਿੱਥੇ ਠਹਿਰਿਆ ਜਾਵੇ। ਸਕੂਟਰ ਨੱਠ ਤੁਰਿਆ ਅਤੇ ਨਾਲ ਮੇਰੇ ਖਿਆਲ ਵੀ। ਦਿੱਲੀ 'ਚ ਇੱਕ ਅੱਧਾ ਦਿਨ ਠਹਿਰਨਾ ਕੋਈ ਮਸਲਾ ਨਹੀਂ, ਪਰ ਸਵਾਲ ਇਹ ਸੀ ਕਿ ਠਹਿਰਿਆ ਕਿੱਥੇ ਜਾਵੇ। ਇਹ ਸਵਾਲ ਅਸਲ ਮਸਲੇ ਨਾਲੋਂ ਵੀ ਵੱਡਾ ਸੀ। ਪਹਿਲਾਂ ਮੈਂ ਸੋਚਿਆ ਕਿ ਕਿਸੇ ਹੋਟਲ 'ਤੇ ਚੱਲ ਠਹਿਰੀਏ। ਹੋਟਲ ਦਾ ਖਿਆਲ ਆਉਂਦੀਆਂ ਹੀ ਸੜੀਆਂ ਫੂਕੀਆਂ ਤਰਕਾਰੀਆਂ, ਗੋਸ਼ਤਾਂ ਅਤੇ ਲਸਣਾਂ, ਗੰਢਿਆਂ ਦੀ ਸੜਿਆਂ ਦਿਮਾਗ ਨੂੰ ਚੜ੍ਹ ਚੱਲੀ। ਸਕੂਟਰ ਵਾਲਾ ਬੋਲਿਆ, ਕਿੱਧਰ ਚੱਲਣਾ ਜੀ? ਮੈਂ ਕਿਹਾ, ਸਿੱਧਾ ਚੱਲਿਆ ਚੱਲ। ਸਕੂਟਰ ਸਿੱਧਾ ਜ਼ਮੀਨ ਨਾਲ ਘਿਸਰਦਾ ਚੱਲਿਆ ਜਾ ਰਿਹਾ ਸੀ। ਪਤਾ ਨਹੀਂ ਕਦੋਂ ਦਰਿਆ ਗੰਜ ਵਾਲੀ ਸੜਕ 'ਤੇ ਚੜ੍ਹ ਗਿਆ। ਕਿਉਂ ਜੀ, ਸਿੱਧਾ ਹੀ ਚੱਲਣਾ?
ਉਹਨੇ ਫਿਰ ਪੁੱਛਿਆ, ਹਾਂ ਸਿੱਧਾ ਹੀ ਮੈਂ ਬੜਵਾਈ ਕਿਹਾ, ਮੈਂ ਸੋਚਿਆ ਗਲਤ ਆ ਗਏ ਲੱਗਦੇ ਆ, ਸਬਜ਼ੀ ਮੰਡੀ ਰੂਪਨਗਰ ਜਾਂ ਕਮਲਾ ਨਗਰ ਜਾਣਾ ਚਾਹੀਦਾ ਸੀ, ਉੱਧਰ ਕੁਝ ਸਾਊ ਲੋਕ ਵੱਸਦੇ ਹਨ। ਸਾਊ ਕਾਹਦੇ? ਝੱਟ ਖਿਆਲ ਆਇਆ, ਸਬਜ਼ੀ ਮੰਡੀ ਵਾਲੇ ਚੌਧਰੀਆਂ ਨੇ ਤਾਂ ਘਰ ਨੂੰ ਸਕੂਲ ਦੀ ਬਲਕਿ ਯੂਨੀਵਰਸਿਟੀ ਦੀ ਸ਼ਕਲ ਦੇ ਛੱਡੀ ਹੈ। ਹਰ ਵੇਲੇ ਕਲਾਸਾਂ, 10ਵੀਂ ਦੀ ਕਲਾਸ, 12ਵੀਂ ਦੀ ਕਲਾਸ, LLB ਦੀ ਕਲਾਸ, ਸਿਲਾਈ ਕਢਾਈ ਦੀ ਕਲਾਸ, ਮੁੰਜ ਕੁੱਟਣ ਅਤੇ ਮੰਜੇ ਬਣਾਉਣ ਦੀ ਕਲਾਸ, ਤੂੜੀ ਸਾਂਭਣ ਦੀ ਅਤੇ ਵੇਚਣ ਦੀ ਕਲਾਸ। ਸਬਜ਼ੀ ਮੰਡੀ 'ਚ ਨਹੀਂ ਆਪਾਂ ਰਹਿ ਸਕਦੇ, ਕਦੇ ਰਹਿੰਦੇ ਹੁੰਦੇ ਸਾਂ ਜਦੋਂ ਅਜੇ ਨਵੀਂ ਦਿੱਲੀ ਨਹੀਂ ਸੀ ਵੇਖੀ। ਰੂਪਨਗਰ ਵਾਲੇ ਡਾਕਟਰ ਸਾਹਿਬ ਅੱਛੇ ਮਹਿਮਾਨ ਨਵਾਜ਼ ਸਨ, ਪਰ ਉਹਨਾਂ ਦੀ ਫੈਮਿਲੀ ਪਲੈਨਿੰਗ ਨਾਲ ਜੰਗ ਛਿੜੀ ਹੋਈ ਹੈ। ਹਰ ਸਾਲ ਬੱਚਾ, ਹਰ ਸਾਲ ਬੱਚਾ, ਕਈ ਵਾਰ ਤਾਂ ਚਾਰ ਚਾਰ ਬੱਚੇ ਰਲ ਕੇ ਸਾਰੀ ਸਾਰੀ ਰਾਤ ਕਲਾਸੀਕਲ ਮਿਊਜ਼ਿਕ ਛੇੜੀ ਰੱਖਦੇ ਆ। ਕਮਲਾ ਨਗਰ ਚੰਗੀ ਬਸਤੀ ਹੈ, ਪਰ ਜਿਸ ਘਰ 'ਚ ਸਾਨੂੰ ਰਹਿਣ ਨੂੰ ਜਗ੍ਹਾ ਮਿਲ ਸਕਦੀ ਹੈ ਉੱਥੇ ਮਹਿਮਾਨ ਨਾਲੋਂ ਮੱਝ ਦੀ ਜ਼ਿਆਦਾ ਇੱਜ਼ਤ ਹੁੰਦੀ। ਪਿਛਲੀ ਵਾਰ ਜਦੋਂ ਮੈਂ ਕਮਲਾ ਨਗਰ ਵਾਲੇ ਮਾਸਟਰ ਹੋਰਾਂ ਦੇ ਘਰ ਠਹਿਰਿਆ ਤਾਂ ਮੀਂਹ ਪੈਣ ਲੱਗ ਪਿਆ। ਮਾਸਟਰ ਕਹਿਣ ਲੱਗੇ, ਭਾਈ ਸਾਹਿਬ ਹੁਣ ਤੁਹਾਡਾ ਕੀ ਬੰਦੋਬਸਤ ਕੀਤਾ ਜਾਏ, ਮੱਝ ਬਾਹਰ ਭੇਜ ਰਹੀ ਹੈ, ਉਹਦੇ ਦੁੱਧ ਦੇ ਸਹਾਰੇ ਅਸੀਂ ਦਿੱਲੀ 'ਚ ਬੈਠੇ ਹਾਂ। ਮੇਰੇ ਵਾਲਾ ਕਮਰਾ ਮੱਝ ਨੂੰ ਦਿੱਤਾ ਗਿਆ ਅਤੇ ਮੈਨੂੰ ਖੁਰਲੀ ਦੇ ਲਾਗੇ ਬਿਸਤਰਾ ਕਰਨਾ ਪਿਆ। ਮੱਝ ਸਾਰੀ ਰਾਤ ਮੈਨੂੰ ਕਦੇ ਲੂਣ ਦਾ ਡੜਾ ਸਮਝ ਕੇ ਮੂੰਹ ਮਾਰ ਜਾਇਆ ਕਰੇ। ਸਕੂਟਰ ਵਾਲਾ ਫਿਰ ਬੋਲਿਆ, ਹੁਣ ਦੱਸੋ ਕਿੱਧਰ ਨੂੰ ਚੱਲਣਾ। ਮੈਂ ਫਿਰ ਕਿਹਾ, ਸਿੱਧਾ ਚੱਲਿਆ ਚੱਲ। ਉਹ ਮਥੁਰਾ ਰੋਡ 'ਤੇ ਲੋਕਾਂ ਦੀ ਨੀਂਦ ਹਰਾਮ ਕਰਨ ਵਾਲੀਆਂ ਘੂਕਾਂ ਪਾਉਂਦਾ ਜਾ ਰਿਹਾ ਸੀ। ਕੀ ਖਿਆਲ ਹੈ, ਨਿਜ਼ਾਮੂਦੀਨ ਵਾਲੀ ਨਾ ਚੱਲਿਆ ਜਾਵੇ? ਮੈਂ ਆਪਣੇ ਦਿਲ ਤੋਂ ਪੁੱਛਿਆ, ਨਿਜ਼ਾਮੂਦੀਨ ਜਗ੍ਹਾ ਤਾਂ ਅੱਛੀ ਹੈ ਪਰ ਹੋਸਟ ਦੀਆਂ ਕਰਤੂਤਾਂ ਭੈੜੀਆਂ ਹਨ। ਪਿਛਲੀ ਵਾਰ ਜਦੋਂ ਮੈਂ ਠਹਿਰਿਆ ਤਾਂ ਰਾਤ ਨੂੰ ਮੇਰੇ ਸਾਰੇ ਪੈਸੇ ਕੱਢ ਲਏ ਅਤੇ ਨੌਕਰ ਨੂੰ ਘਰੋਂ 2-4 ਘੰਟੇ ਨਠਾ ਦਿੱਤਾ। ਮੈਂ ਉੱਠਿਆ ਤਾਂ ਕਹਿਣ ਲੱਗਾ, ਲਓ ਜੀ ਬੜਾ ਭਾਣਾ ਵਰਤਿਆ, ਨੌਕਰ ਪੈਸੇ ਅਤੇ ਘੜੀ ਲੈ ਕੇ ਭੱਜ ਗਿਆ, ਤੁਸੀਂ ਵੇਖੋ ਤੁਹਾਡਾ ਤਾਂ ਕੁਝ ਨਹੀਂ ਚੋਰੀ ਹੋ ਗਿਆ। ਉਸ ਦਿਨ ਤੋਂ ਬਾਅਦ ਅਸੀਂ ਨਿਜ਼ਾਮੂਦੀਨ ਵਾਲੇ ਮਹਿਮਾਨ ਨਵਾਜ਼ ਦੇ ਘਰ ਨਹੀਂ ਠਹਿਰੇ। ਸਕੂਟਰ ਰਿਕਸ਼ਾ ਨਿਜ਼ਾਮੂਦੀਨ ਟੱਪ ਚੱਲਿਆ। ਚੱਲਿਆ ਚੱਲ ਸਿੱਧਾ ਉਹਨੇ ਫਿਰ ਪੁੱਛਿਆ, ਚੱਲਿਆ ਚੱਲ ਮੈਂ ਕਿਹਾ, ਸੋਚਿਆ ਚਲੋ ਜੰਗਪੁਰੇ ਰਹਿ ਪੈਂਦੇ ਹਾਂ। ਜੰਗਪੁਰਾ ਬੜੀ ਅੱਛੀ ਕਲੋਨੀ ਹੈ ਪਰ ਹੋਸਟ ਬੜਾ ਬੋਰ ਹੈ, ਸਾਰੀ ਰਾਤ ਉਹ ਸੌਣ ਨਹੀਂ ਦਿੰਦਾ। ਉਹ ਕਿਸੇ ਵੇਲੇ ਫਰੰਟੀਅਰ ਪੁਲਿਸ 'ਚ ਰਿਹਾ ਹੈ ਅਤੇ ਆਪਣੀ ਬਹਾਦਰੀ ਦੇ ਹੀ ਕਾਰਨਾਮੇ ਦੱਸੀ ਜਾਂਦਾ। ਸੋਚਦਿਆਂ ਸਕੂਟਰ ਪਤਾ ਨਹੀਂ ਕਦੋਂ ਲਾਜਪਤ ਨਗਰ ਵਾਲੀ ਸੜਕ 'ਤੇ ਪੈ ਗਿਆ। ਚਲੋ ਇੱਥੇ ਹੀ ਠਹਿਰ ਜਾਂਦੇ ਹਾਂ। ਪਰ ਉਸ ਲਾਹੌਰੀਏ ਸੱਜਣ ਨੇ ਉਸ ਦਿਨ ਵਾਂਗ ਫਿਰ ਕਹਿਣਾ, ਮੇਰੇ ਯਾਰ ਤੁਹਾਡੇ ਕਿੰਨੀ ਵਧੀਆ ਕਣਕ ਹੁੰਦੀ ਹੈ, ਇੱਕ ਅੱਧੀ ਬੋਰੀ ਲੈ ਆਇਆ ਕਰੋ, ਘਿਓ ਤੁਹਾਡੇ ਘਰ ਦਾ ਬੜਾ ਵਧੀਆ ਸੀ, ਕੀ ਗੱਲ ਐਤਕੀ ਨਹੀਂ ਲਿਆਂਦਾ? ਤੇਰੀ ਭਰਜਾਈ ਨੇ 20 ਸੇਰ ਨਰਮੇ ਲਈ 2 ਚਿੱਠੀਆਂ ਲਿਖੀਆਂ ਪਰ ਤੂੰ ਤਾਂ ਲਾਪਰਵਾਹ ਹੈ, ਹੁਣ ਕਿੱਧਰ ਨੂੰ ਜੀ? ਸਕੂਟਰ ਵਾਲੇ ਨੇ ਲਾਹੌਰ ਵਾਲੇ ਦੋਸਤ ਦੇ ਘਰੋਂ ਫਿਰ ਮਨ ਨੂੰ ਮੋੜ ਪਾਉਂਦਿਆਂ ਪੁੱਛਿਆ, ਚੱਲਿਆ ਚੱਲ ਸਿੱਧਾ? ਸਿੱਧਾ ਕਿ ਇੱਧਰ ਨੂੰ? ਚੱਲ ਇੱਧਰ ਨੂੰ ਤਾਂ ਇੱਧਰ ਨੂੰ ਹੀ ਸਹੀ, ਮੈਂ ਬਿਨਾਂ ਸੋਚੇ ਸਮਝੇ ਉੱਤਰ ਦਿੱਤਾ। ਸਕੂਟਰ ਡਿਫੈਂਸ ਕਲੋਨੀ 'ਚ ਪਹੁੰਚ ਗਿਆ। ਕਿਉਂ ਜੀ, ਇੱਥੇ ਕਿਸ 'ਤੇ ਜਾਣਾ? ਸਕੂਟਰ ਵਾਲੇ ਨੇ ਉਤਸੁਕਤਾ ਨਾਲ ਪੁੱਛਿਆ, ਛੱਡ ਯਾਰ ਇੱਥੇ ਨਹੀਂ ਜਾਣਾ। ਮੈਂ ਆਪਣੀ ਮਹਿਮਾਨ ਨਵਾਜ਼ ਦਾ ਖਿਆਲ ਕਰਦਿਆਂ ਕਿਹਾ, ਇੱਥੇ ਇੱਕ ਸਾਡੇ ਮਿੱਤਰ ਕਰਨੈਲ ਸਾਹਿਬ ਰਹਿੰਦੇ ਹਨ, ਇਹਨਾਂ ਦੇ ਬੱਚੇ ਕੋਈ ਨਹੀਂ ਪਰ ਕੁੱਤੇ 18 ਰੱਖੇ ਹੋਏ ਆ। ਮਹਿਮਾਨ ਨੂੰ 4-4 ਘੰਟੇ ਕੁੱਤਿਆਂ ਦੀ ਵਾਕਫੀਅਤ ਕਰਵਾਈ ਜਾਂਦੀ ਹੈ, ਕੁੱਤਿਆਂ ਦੇ ਸ਼ੁਭ ਨਾਮ ਯਾਦ ਕਰਵਾਏ ਜਾਂਦੇ ਆ। ਮਹਿਮਾਨ ਨਹੀਂ ਕੁੱਤਿਆਂ ਵੱਲ ਨਹੀਂ ਵਹਿੰਦਾ ਰਹਿੰਦਾ, ਕੁੱਤੇ ਵੀ ਮਹਿਮਾਨ ਤਾੜਦੇ ਰਹਿੰਦੇ ਆ। ਪਿਛਲੀ ਵਾਰ ਜਦੋਂ ਮੈਂ ਕਰਨੈਲ ਸਾਹਿਬ ਦੀ ਕੋਠੀ ਰਿਹਾ ਤਾਂ ਮੇਰੀ ਹਾਲਤ ਇਸ ਤਰ੍ਹਾਂ ਸੀ ਜਿਵੇਂ ਸਰਹਾਲੀ ਦੇ ਥਾਣੇ 'ਚ ਕੋਈ ਮੁਸ਼ਤਬਾ ਸਮੱਗਲਰ ਤਾੜਿਆ ਹੁੰਦਾ। ਸਕੂਟਰ ਇੱਕ ਹੋਰ ਸੜਕ ਤੋਂ ਦੀ ਹੁੰਦਾ ਹੌਜ ਖਾਸ ਐਨਕਲੇਵ ਵੱਲ ਮੁੜ ਪਿਆ। ਕੁਝ ਤਾਜ਼ਾ ਹਵਾ ਦਾ ਸਾਹ ਆਇਆ, ਹੁਣ ਸਮਝਿਆ ਤੁਸੀਂ ਇੱਧਰ ਜਾਣਾ ਹੋਣਾ, ਸਕੂਟਰ ਵਾਲੇ ਨੇ ਮੁਸਕਰਾ ਕੇ ਕਿਹਾ। ਇੱਧਰ ਜਾਣਾ ਤਾਂ ਨਹੀਂ ਸੀ ਪਰ ਲੈ ਚੱਲਿਆ ਹੈ ਤਾਂ ਲੈ ਚੱਲ, ਮੈਂ ਆਪਣੇ ਦਿਲ 'ਚ ਕਿਹਾ। ਹੌਜ ਖਾਸ ਐਨਕਲੇਵ ਵਾਲੇ ਹੋਸਟ ਨੂੰ ਜੂਆ ਖੇਡਣ ਦਾ ਬੜਾ ਸ਼ੌਕ ਸੀ, ਉਹ ਆਏ ਮਹਿਮਾਨ ਨੂੰ ਰੋਟੀ ਢੁੱਕਣੀ ਪੁੱਛਦਾ, ਸਗੋਂ ਲੱਗਦੀ ਹੈ ਕਹਿ ਕੇ ਤਾਸ਼ ਉਸ ਅੱਗੇ ਲਿਆ ਸੁੱਟਦਾ। ਜਿਹਨੂੰ ਜੂਆ ਨਾ ਖੇਡਣਾ ਹੋਵੇ ਉਹਨੂੰ ਔਕਾ ਪਸੰਦ ਨਹੀਂ ਕਰਦਾ। ਸਕੂਟਰ ਐਨਕਲੇਵ ਵੱਲ ਮੁੜਨ ਲੱਗੀ ਤਾਂ ਮੈਂ ਕਿਹਾ, ਨਹੀਂ ਬਈ ਇੱਧਰ ਨਹੀਂ, ਅੱਛਾ ਤਾਂ ਤੁਸੀਂ ਮਹਿਰੌਲੇ ਹੀ ਜਾਣਾ ਹੋਣਾ। ਸਕੂਟਰ ਵਾਲਾ ਹੁਣ ਤੱਕ ਤਾਂ ਖੁਸ਼ ਸੀ ਕਿ ਪੈਟਰੋਲ ਪੈਸੇ ਬਣ ਰਹੇ ਨੇ, ਹੁਣ ਉਹਨੂੰ ਸ਼ੱਕ ਪੈਣ ਲੱਗਾ ਕਿ ਜਿਸ ਸਵਾਰੀ ਨੂੰ ਮੈਂ ਬਿਠਾਇਆ ਇਹਦਾ ਦਿਮਾਗ ਠੀਕ ਨਹੀਂ ਹੋਣਾ, ਐਸਾ ਨਾ ਹੋਵੇ ਅਖੀਰ ਫੂਕਾ ਫਾਕੜੀਆ ਹੀ ਨਿਕਲੇ। ਅਖੀਰ ਉਹਨੇ ਸਕੂਟਰ ਪੈਟਰੋਲ ਪੰਪ ਪਾਸ ਖੜ੍ਹਾ ਜਾ ਕੀਤਾ, ਪੈਟਰੋਲ ਵੀ ਮੁੱਕ ਚੁੱਕਾ ਸੀ ਅਤੇ ਰਾਤ ਵੀ ਢਲਦੀ ਜਾ ਰਹੀ ਸੀ। 2 ਮਿੰਟ ਦੋਹਾਂ ਨੂੰ ਸੋਚਣ ਲਈ ਮਿਲ ਗਿਆ। ਜਦੋਂ ਪੈਟਰੋਲ ਪੈ ਚੁੱਕਾ ਤਾਂ ਪੁੱਛਣ ਲੱਗਾ, ਸਰਦਾਰ ਸਾਹਿਬ ਤੁਸੀਂ ਅਸਲ ਜਾਣਾ ਕਿੱਥੇ ਹੈ? ਮੈਂ ਹੱਸ ਕੇ ਕਿਹਾ, ਇਹੋ ਤਾਂ ਮੈਂ ਪਿਆ ਸੋਚਦਾ, ਤਦ ਵੀ ਕੋਈ ਥਾਂ ਟਿਕਾਣਾ ਦਿਮਾਗ 'ਚ ਹੋਏਗਾ ਦਿਮਾਗ, ਉਹਨੇ ਜ਼ੋਰ ਜ਼ੋਰ ਨਾਲ ਕਿਹਾ। ਉਹ ਇਮਤਿਹਾਨ ਲੈਣ ਵਾਲਿਆਂ ਵਾਂਗ ਤੱਕ ਰਿਹਾ ਸੀ, ਥਾਂ ਟਿਕਾਣੇ ਬੜੇ ਹਨ ਪਰ ਕੋਈ ਸੁੱਝਦਾ ਨਹੀਂ ਕਿੱਥੇ ਠਹਿਰਿਆ ਜਾਵੇ।
ਅੱਛਾ ਸੋਚਦੇ ਹਾਂ, ਪਰ ਤੂੰ ਚੱਲਿਆ ਚੱਲ, ਮੈਂ ਨਾਲ ਨਾਲ ਸੋਚਦਾ ਚੱਲਾਂਗਾ। ਉਹ ਟੁਰਦਾ ਗਿਆ ਅਤੇ ਸਾਡੇ ਮਹਿਮਾਨ ਨਿਵਾਜ਼ ਅੱਖਾਂ ਅੱਗੇ ਘੁੰਮਦੇ ਗਏ। ਕੀ ਖਿਆਲ, ਵਿਨੇ ਨਗਰ ਚੱਲਿਆ ਜਾਏ? ਛੱਡੋ ਪਰੇ ਵਿਨੇ ਨਗਰ ਨੂੰ, ਜਦੋਂ ਉਸ ਭਲੇ ਮਾਨਸ ਦੇ ਘਰ ਜਾਓ ਜਾਂ ਜਨਾਨੀ ਨੂੰ ਕੁੱਟਣਾ ਸ਼ੁਰੂ ਕਰ ਦਿਓ ਜਾਂ ਬੱਚਿਆਂ ਨੂੰ, ਇਹੋ ਜਿਹੇ ਕਬੇਲੇ ਜਾਣਾ ਤਾਂ ਮਹਿਮਾਨ ਲਈ ਵੀ ਖਤਰੇ ਤੋਂ ਖਾਲੀ ਨਹੀਂ। ਚੰਗਾ ਫਿਰ ਸਰੋਜਨੀ ਨਗਰ ਚੱਲਦੇ ਹਾਂ। ਨਹੀਂ, ਸਰੋਜਨੀ ਨਗਰ ਵੀ ਨਹੀਂ, ਜੇ ਘਰ ਵਾਲੀ ਨੂੰ ਪਤਾ ਲੱਗ ਗਿਆ ਕਿ ਮੈਂ ਕਿਸੇ ਹੋਰ ਸਰੋਜਨੀ ਨਗਰ 'ਚ ਰਿਹਾ ਤਾਂ ਉਹਨੇ ਉਂਝ ਨੱਕ 'ਚ ਦਮ ਕਰ ਦੇਣਾ। ਵੈਸੇ ਵੀ ਸਰੋਜਨੀ ਨਗਰ ਵਾਲੇ ਮਿੱਤਰ ਕੋਲ ਦੋ ਹੀ ਮੰਜੇ ਨੇ, ਮੰਜਿਆਂ ਦੀ ਵੀ ਛੱਡੋ, ਰਾਤ ਦੀ ਰਾਤ ਭੁੰਜੇ ਪੈ ਕੇ ਵੀ ਗੁਜ਼ਾਰਾ ਹੋ ਸਕਦਾ, ਪਰ ਉਸ ਭਲੇ ਮਾਨਸ ਕੋਲ ਦਿਲ ਉੱਕਾ ਹੀ ਹੈ ਨਹੀਂ। ਰੋਂਦਾ ਹੀ ਰਹੋ, ਦਿੱਲੀ ਨੇ ਮਾਰ ਸੁੱਟਿਆ, 12 ਰੁਪਏ ਦਾ ਤਾਂ ਮਹੀਨੇ 'ਚ ਆਟਾ ਹੀ ਲੱਗ ਜਾਂਦਾ, 2 ਰੁਪਈਏ ਦੀਆਂ ਮਿਰਚਾਂ, 4.5 ਰੁਪਏ ਦਾ ਦੁੱਧ, 5 ਰੁਪਏ ਦਾ ਬਾਲਣ, ਇਹੋ ਜਿਹੇ ਬੰਦੇ ਕੋਲ ਰਾਤ ਕੱਟਣੀ ਮੁਸ਼ਕਿਲ ਹੈ। ਚੰਗਾ ਫਿਰ ਡਿਪਲੋਮੈਟਿਕ ਐਨਕਲੇਵ 'ਚ ਚੱਲਦੇ ਹਾਂ। ਤੋਬਾ ਮੇਰੀ, ਉੱਥੇ ਬਿਲਕੁਲ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਸ਼੍ਰੀਮਾਨ ਹੋਰਾਂ ਨੇ ਪ੍ਰੋਟੈਸਟ ਕਰਨਾ ਹੈ ਕਿ ਇਸ ਵਕਤ ਕਿਉਂ ਆਏ ਹੋ, ਪਹਿਲਾਂ ਲਿਖ ਕੇ ਤਰੀਕ ਕਨਫਰਮ ਕਿਉਂ ਨਹੀਂ ਕੀਤੀ। ਦੂਜੀ ਗੱਲ ਇਹ ਕਿ ਬਾਹਰ ਨਿਕਲਦਿਆਂ ਨੂੰ ਤਾੜਨ ਵਾਲਿਆਂ ਨੇ ਕੀ ਕੰਮ ਹੈ, ਕਿਉਂ ਕੰਮ ਸੀ, ਕੈਸਾ ਕੰਮ ਸੀ ਪੁੱਛਣਾ ਸ਼ੁਰੂ ਕਰ ਦੇਣਾ। ਗੱਲ ਵੀ ਠੀਕ ਹੈ, ਦੇਸ਼ ਦੇ ਕਈ ਗਦਾਰ ਇਸ ਐਨਕਲੇਵ 'ਚ ਮਾੜੀ ਨੀਅਤ ਨਾਲ ਵੀ ਚੱਕਰ ਲਾਉਂਦੇ ਰਹਿੰਦੇ ਨੇ। ਪੁੱਛਣ ਵਾਲਿਆਂ ਨੂੰ ਪੁੱਛਣਾ ਹੀ ਨਹੀਂ, ਬਲਕਿ ਉੱਧਰ ਜਾਣ ਤੋਂ ਐਸੇ ਵੈਸੇ ਲੋਕਾਂ ਨੂੰ ਰੋਕਣਾ ਵੀ ਚਾਹੀਦਾ। ਚੰਗਾ ਫਿਰ ਕਰੋਲ ਬਾਗ ਚੱਲਦੇ ਹਾਂ। ਕਰੋਲ ਬਾਗ ਨਿਰਾ ਲਾਹੌਰ ਹੈ, ਤਕਰੀਬਨ ਤਕਰੀਬਨ ਸਭ ਪੰਜਾਬੀ ਹਨ, ਪੰਜਾਬੀਆਂ ਦੇ ਜਿਗਰੇ ਬੜੇ ਮੰਨੇ, ਪਰ ਇਹਨਾਂ 'ਚੋਂ ਜਿਹੜਾ ਪੰਜਾਬੀ ਸਾਡਾ ਘਰ ਹੈ, ਸਾਡਾ ਯਾਰ ਹੈ, ਉਹਨੂੰ ਸ਼ਰਾਬ ਪੀ ਕੇ ਪਤਾ ਨਹੀਂ ਕੀ ਰੋਗ ਲੱਗੇ ਹੋਏ ਹਨ, ਸਾਰੀ ਰਾਤ ਖੰਘਦਾ ਰਹਿੰਦਾ। ਕਈ ਵਾਰ ਗੱਲ ਕਰਦਾ ਕਰਦਾ ਮਹਿਮਾਨ ਦੇ ਮੂੰਹ 'ਤੇ ਖੰਘਾਰ ਵਗਾਹ ਮਾਰਦਾ, ਜਦੋਂ ਸਾਰੀ ਦੁਨੀਆ ਸੌਂ ਜਾਂਦੀ ਹੈ ਉਹ ਖੰਘਣਾ ਸ਼ੁਰੂ ਕਰ ਦਿੰਦਾ। ਅੱਛਾ, ਨੌਰਥ ਬਲਾਕ ਜਾਂ ਸਾਊਥ ਬਲਾਕ 'ਚੋਂ ਕਿਸੇ ਮੈਂਬਰ ਪਾਰਲੀਮੈਂਟ ਦੇ ਘਰ ਚੱਲਦੇ ਹਾਂ। ਇੱਕ ਮੈਂਬਰ ਸਾਡਾ ਵੀ ਯਾਰ ਹੈ, ਬੜੀ ਵੱਡੀ ਕੋਠੀ ਉਹਨੂੰ ਮਿਲੀ ਹੋਈ ਹੈ, ਪਰ ਉਹ ਆਪ ਕੋਠੀ 'ਚ ਘੱਟ ਹੀ ਰਹਿੰਦਾ, ਹੋਰ ਹੀ ਲੋਕ ਉੱਥੇ ਵਾੜੇ ਹੋਏ ਆ। ਆਪ ਤਾਂ ਵਿਚਾਰਾ ਰੇਲ ਦੇ ਡੱਬੇ 'ਚ ਸੌਂਦਾ, ਮੁਫਤ ਦਾ ਪਾਸ ਮਿਲਿਆ ਹੋਇਆ ਸਾਰੇ ਹਿੰਦੁਸਤਾਨ ਦਾ, ਸਾਰੇ ਹਿੰਦੁਸਤਾਨ 'ਚ ਕਿਤੇ ਚਲਿਆ ਜਾਵੇ, ਫਸਟ ਕਲਾਸ ਰਿਜ਼ਰਵ ਹੈ। ਪਿਛਲੀ ਵਾਰ ਮੈਂ ਉਹਨੂੰ ਮਿਲਣ ਗਿਆ ਤਾਂ ਮੈਨੂੰ ਕਹਿਣ ਲੱਗਾ, ਚੱਲ ਸਟੇਸ਼ਨ 'ਤੇ ਚੱਲਦੇ ਹਾਂ, ਉੱਥੇ ਖਾਣਾ ਖਾਵਾਂਗੇ। ਸਟੇਸ਼ਨ 'ਤੇ ਦੋਹਾਂ ਨੇ ਖਾਣਾ ਖਾਧਾ, ਬਿੱਲ ਮੈਂ ਅਦਾ ਕੀਤਾ, ਮੈਨੂੰ ਕਹਿਣ ਲੱਗਾ ਇੱਕ ਅੰਬਾਲੇ ਦੀ ਫਸਟ ਕਲਾਸ ਦੀ ਟਿਕਟ ਲੈ ਆ, ਮੇਰੇ ਕੋਲ ਪਾਸ ਹੈ, ਤੇਰੇ ਪਾਸ ਟਿਕਟ ਹੋਏਗੀ, ਮੌਜ ਨਾਲ ਗੱਡੀ 'ਚ ਗੱਲਾਂ ਕਰਦੇ ਚੱਲਾਂਗੇ, ਅੰਬਾਲੇ ਤੋਂ ਆਉਣ ਵਾਲੀ ਮੇਲ 'ਚ ਚੜ੍ਹ ਬੈਠਾਂਗੇ, ਇਸ ਤਰ੍ਹਾਂ ਰਾਤ ਹੀ ਲੰਘ ਜਾਏਗੀ ਅਤੇ ਰਿਹਾਇਸ਼ ਮਸਲਾ ਵੀ ਹੱਲ ਹੋ ਜਾਏਗਾ। ਮੈਂ ਮੁਫਤ ਪੈਸੰਜਰ ਦੇ ਨਾਲ ਪੇਂਡੂ ਪੈਸੰਜਰ ਬਣ ਕੇ ਰਾਤ ਕੱਟੀ। ਸਕੂਟਰ ਚੱਲਦਾ ਗਿਆ, ਬਸਤੀਆਂ ਅਤੇ ਕਲੋਨੀਆਂ ਲੰਘਦੀਆਂ ਗਈਆਂ, ਲੰਘਦੀਆਂ ਗਈਆਂ, ਨਵੀਂ ਦਿੱਲੀ ਤੋਂ ਪੁਰਾਣੀ ਦਿੱਲੀ, ਪਾਰਲੀਮੈਂਟ ਸਟਰੀਟ ਤੋਂ ਕੰਚਨ ਰੋਡ, ਕਨਾਟ ਪਲੇਸ ਤੋਂ ਲੈ ਕੇ ਸਦਰ ਬਾਜ਼ਾਰ, ਦਰੀਬਾਂ ਕਲਾਂ ਅਤੇ ਕੂਚਾ ਬਿੱਲਾ ਬਿੱਲੀ ਮਾਰਾਂ ਤੱਕ ਸਕੂਟਰ ਨੇ ਗਾਹ ਸੁੱਟੇ। ਅਖੀਰ ਸਕੂਟਰ ਲਾਲ ਕਿਲੇ ਦੇ ਸਾਹਮਣੇ ਆ ਗਿਆ। ਸਕੂਟਰ ਵਾਲਾ ਕਹਿਣ ਲੱਗਾ, ਲਓ ਜੀ ਪੈਟਰੋਲ ਮੁੱਕ ਗਿਆ, ਹੁਣ ਤੁਸੀਂ ਕੋਈ ਹੋਰ ਗੱਡੀ ਲੱਭੋ। ਕਿੰਨੇ ਪੈਸੇ ਬਣੇ? ਸਾਰਾ 70 ਮੀਲ ਬਣਿਆ, 17.5 ਰੁਪਏ ਦੇ ਦਿਓ। ਮੈਂ 17.5 ਰੁਪਏ ਉਹਦੇ ਹੱਥ ਫੜਾਏ, ਉਹਨੂੰ ਵਿਦਾ ਕੀਤਾ। ਉਹ ਧੱਕ ਕੇ ਸਕੂਟਰ ਅਗਲੇ ਪੈਟਰੋਲ ਪੰਪ ਵੱਲ ਲੈ ਗਿਆ ਅਤੇ ਬਗੈਰ ਪੈਟਰੋਲ ਪਵਾਉਣ 'ਤੇ ਫਿਰ ਘੁਰ ਘੁਰ ਕਰਕੇ ਚੱਲ ਪਿਆ। ਮੈਂ ਸੋਚ ਰਿਹਾ ਸੀ ਕਿੱਥੇ ਠਹਿਰੀਏ, ਕੀ ਵੇਖਦਾ ਕਿ ਲਾਲ ਕਿਲੇ ਦੇ ਸਾਹਮਣੇ ਘਾਹ ਦੇ ਫਰਸ਼ 'ਤੇ ਕਿੰਨੇ ਹੀ ਲੋਕ ਨੀਂਦ ਦੀ ਗੋਦ 'ਚ ਵਿਰਾਜਮਾਨ ਹਨ। ਮੈਂ ਟੈਚੀ ਕੇਸ 'ਚੋਂ ਖੇਸ ਕੱਢਿਆ, ਜ਼ਮੀਨ 'ਤੇ ਵਿਛਾ ਕੇ ਪੈ ਗਿਆ। ਅਜੇ ਪੂਰੀ ਤਰ੍ਹਾਂ ਸੁੱਤਾ ਨਹੀਂ ਸੀ ਕਿ ਕਿਸੇ ਨੇ ਮੋਢੇ ਤੋਂ ਫੜ ਕੇ ਹਿਲਾਉਂਦਿਆਂ ਕਿਹਾ, ਉੱਠੋ ਭਾਈ ਸਾਹਿਬ, ਇੱਥੇ ਹੁਣ ਪਰੇਡ ਹੋਣੀ ਹੈ, ਅੱਜ ਆਜ਼ਾਦੀ ਦਿਹਾੜਾ ਹੈ। ਪ੍ਰਧਾਨ ਮੰਤਰੀ ਨੇ ਥੋੜ੍ਹੀ ਦੇਰ ਤੱਕ ਇੱਥੇ ਤਿਰੰਗਾ ਝੁਲਾਉਣ ਆਉਣਾ ਹੈ। ਅਤੇ ਮੈਂ ਮੁਸਕਰਾ ਕੇ ਕਿਹਾ, ਤਦ ਤਾਂ ਮੈਂ ਠੀਕ ਥਾਂ ਹੀ ਠਹਿਰਿਆ ਸਾਂ। ਅਗਲਾ ਲੇਖ ਹੈ ਕੈਰੈਕਟਰ। ਮੈਂ ਉਹਨਾਂ ਨੂੰ ਵਧਾਈ ਦੇਣ ਗਈ, ਉਹਨਾਂ ਨੂੰ ਅਕੈਡਮੀ ਵੱਲੋਂ 5,000 ਦਾ ਨਕਦ ਇਨਾਮ ਮਿਲਣਾ ਸੀ। ਮੈਂ ਉਹਨਾਂ ਨੂੰ ਇੱਕ ਅਖਬਾਰ ਦੀ ਖਬਰ ਪੜ੍ਹ ਕੇ ਸੁਣਾਈ, ਉਸ 'ਚ ਲਿਖਿਆ ਸੀ, ਪ੍ਰੋਫੈਸਰ ਮਸਤ ਕਲੰਦਰ ਬੜੇ ਪ੍ਰਸਿੱਧ ਕਵੀ ਹਨ, ਉਹਨਾਂ ਨੇ ਬੜੀ ਉੱਚੇ ਪਾਏ ਦੀ ਕਵਿਤਾ ਰਚੀ ਹੈ। ਉਹ ਤਰੰਨਮ ਦੇ ਬਾਦਸ਼ਾਹ ਹਨ, ਉਹ ਸਟੇਜ ਦੇ ਧਨੀ ਹਨ, ਉਹ ਜਦੋਂ ਬੋਲਦੇ ਹਨ ਮੂੰਹ 'ਚੋਂ ਫੁੱਲ ਕਿਰਦੇ ਹਨ। ਉਹਨਾਂ ਨੇ ਦੇਸ਼ ਪਿਆਰ ਲਈ ਕਈ ਵਾਰ ਕੈਦ ਕੱਟੀ ਹੈ। ਉਹ ਜਿਸ ਮਹਿਫਿਲ ਵਿੱਚ ਵੀ ਜਾਂਦੇ ਹਨ ਲੋਕ ਆਸ਼ਕਾਰ ਉੱਠਦੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪ੍ਰੋਫੈਸਰ ਸਾਹਿਬ ਕਰੈਕਟਰ ਦੇ ਬੜੇ ਕਮਜ਼ੋਰ ਹਨ। ਪ੍ਰੋਫੈਸਰ ਸਾਹਿਬ ਅਖਬਾਰ ਦੀ ਖਬਰ ਸੁਣ ਕੇ ਖਿੜਖੜਾ ਕੇ ਹੱਸੇ ਦੇ ਕਹਿਣ ਲੱਗੇ, ਇਹਨਾਂ ਨੂੰ ਕਹੋ ਕਰੈਕਟਰ ਦੇ ਜਿਹੜੇ 5 ਰੁਪਈਏ ਕੱਟਣੇ ਹਨ ਕੱਟ ਲੈਣ, ਐਵੇਂ ਕਿਧਰੇ 5,000 ਦੀ ਥੈਲੀ ਨਾ ਰੁਕਵਾ ਦੇਣ। ਕਰੈਕਟਰ ਦੇ 5 ਰੁਪਈਏ ਵਾਲੀ ਗੱਲ ਸੁਣ ਕੇ ਮੈਂ ਬੜੀ ਹੈਰਾਨ ਹੋਈ ਕਿ 5,000 ਦੇ ਮੁਕਾਬਲੇ 'ਤੇ ਕਰੈਕਟਰ ਦਾ ਮੁੱਲ ਸਿਰਫ 5 ਰੁਪਏ ਬਣਦਾ ਹੈ। ਮੈਂ ਪ੍ਰੋਫੈਸਰ ਸਾਹਿਬ ਦੇ ਆਰਟ ਅਤੇ ਸ਼ਖਸੀਅਤ ਦੀ ਮਦਾਹ ਸਾਂ, ਪਰ ਉਹਨਾਂ ਨੇ ਮੂੰਹੋਂ ਕਰੈਕਟਰ ਬਾਰੇ ਨਿਕਲੇ ਫਿਕਰੇ ਨੇ ਮੈਨੂੰ ਦੁਵਿਧਾ 'ਚ ਪਾ ਦਿੱਤਾ। ਨੈਕਸਟ, ਪ੍ਰੋਫੈਸਰ ਸਾਹਿਬ ਨੂੰ ਸ਼ਹਿਰੀਆਂ ਵੱਲੋਂ ਇੱਕ ਬਹੁਤ ਵੱਡੀ ਚਾਹ ਪਾਰਟੀ ਦਿੱਤੀ ਗਈ। ਚਾਹ ਪਾਰਟੀ 'ਚ ਇੱਕ ਬਹੁਤ ਵੱਡੇ ਨੇਤਾ ਜੀ ਤਸ਼ਰੀਫ ਲਿਆਏ, ਲੋਕ ਉਹਨਾਂ ਦੇ ਆਟੋਗ੍ਰਾਫ ਲੈਣ ਲਈ ਤੜਫ ਰਹੇ ਸਨ।
मैं इस महान नेता की एक अजीब हरकत वेखी। उन्हें दो तीन प्लेटां चों काजू दे बुक भरे ते अपनी अचकन दी जेब च पा लए। मेरे वल मुस्कुरा के कहन लगे, सारे डॉक्टर मैनू काजू खाण तो रोकते हैं, इत्थों तक कि मेरी लड़की भी मेरे ते काजूआं दे मामले च निगरानी रखती है। पर मैं जिथे दा लगता है, जदों दा लगता है काजू नाल अपनियां जेबां भर लैना, रात नूं चोरी चोरी काजू खाण दा बड़ा मज़ा आता है। नैक्सट, मैं अपने नानकियां नूं मिलन जा रही सी। मैं इकली सी, 3 मील पैदल रस्ता सी। रस्ते च बड़ी संघनी झड़ी पैंदी सी, मोटर खराब हो गई। 2 घंटे मोटर नूं ठीक करदे रहे पर ठीक ना हुई, सवारियां नूं तुर के जाना पिया। मेरे राह दी कोई होर सवारी नहीं सी, रस्ते च रात पै गई। झिड़ी विचों दी इकली लड़की दा लंघना मुसीबत सी। जदों मैं नहर दे पुल कोल पहुंची तां उत्थे 3 बंदूकां वाले डाकू मूँह बन्नी खड़े सी। उन्हां नूं वेख के मेरा उतला साह उत्ते हेठला हेठां रह गया, मेरा खदशा ठीक ही निकलिया। ਜਦੋਂ ਇੱਕ ਡਾਕੂ ਨੇ ਉੱਠ ਕੇ ਮੇਰੀ ਬਾਂਹ ਫੜ ਲਈ, ਕਹਿਣ ਲੱਗਾ, ਸੱਚੋ ਸੱਚ ਦੱਸ, ਤੂੰ ਪਰੀ ਹੈ ਕਿ ਕੁੜੀ? ਇਸ ਵੇਲੇ ਤਾਂ ਇੱਧਰ ਦੀ ਹਥਿਆਰਬੰਦ ਪੁਲਿਸ ਵੀ ਨਹੀਂ ਲੰਘ ਸਕਦੀ, ਤੇਰਾ ਹੌਸਲਾ ਕਿਸ ਤਰ੍ਹਾਂ ਪਿਆ? ਮੈਂ ਡਰ ਗਈ, ਮੇਰਾ ਰੋਮ ਰੋਮ ਕੰਬ ਗਿਆ, ਮੇਰੀ ਚੀਕ ਨਿਕਲ ਗਈ। ਮੈਂ ਰੋਂਦੀ ਰੋਂਦੀ ਨੇ ਕਿਹਾ, ਬਦਮਾਸ਼ੋ, ਤੁਹਾਨੂੰ ਸ਼ਰਮ ਨਹੀਂ ਆਉਂਦੀ ਨਿਹੱਥੀ ਲੜਕੀ 'ਤੇ ਹੱਥ ਚੁੱਕਦੇ ਹੋ? ਹੁੰਦੇ ਮੇਰੇ ਭਰਾ ਤਾਂ ਮੈਂ ਤੁਹਾਨੂੰ ਦੱਸਦੀ ਕਿ ਤੁਸੀਂ ਕਿੱਡੇ ਬਹਾਦਰ ਡਾਕੂ। ਕਿਹੜੇ ਆ ਤੇਰੇ ਭਰਾ? ਇੱਕ ਡਾਕੂ ਨੇ ਲਲਕਾਰਦਿਆਂ ਕਿਹਾ, ਲਿਆ ਆਪਣੇ ਭਰਾਵਾਂ ਨੂੰ, ਵੇਖੀ ਉਹ ਅੱਜ ਦਰੋਪਦੀ ਨੂੰ ਕਿਵੇਂ ਛਡਾਉਂਦੇ ਆ। ਮੈਂ ਹੋਰ ਸੰਭਾਲਦਿਆਂ ਕਿਹਾ, ਮੇਰੇ ਭਰਾ ਵੀ ਡਾਕੂ ਹਨ, ਦਿੱਤ ਸਿੰਘ ਅਤੇ ਮਿੱਤ ਸਿੰਘ। ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਉਹਨਾਂ ਦੀ ਭੈਣ ਦਾ ਰਾਹ ਰੋਕਿਆ ਤਾਂ ਉਹ ਤੁਹਾਡੀਆਂ ਨਸਲਾਂ ਉਡਾ ਦੇਣ। ਡਾਕੂ ਜ਼ਰਾ ਡਠੰਬਰ ਗਏ, ਉਹ ਪਿਛਾਂਹ ਹੋ ਗਏ, ਖੜ੍ਹੇ ਹੋ ਗਏ। ਉਹਨਾਂ 'ਚੋਂ ਇੱਕ ਕਹਿਣ ਲੱਗਾ, ਬੀਬੀ, ਉਹ ਤੇਰੇ ਭਰਾ ਕਿਵੇਂ ਹੋਏ? ਉਹਨਾਂ ਦੀ ਤਾਂ ਕੋਈ ਸਕੀ ਭੈਣ ਵੀ ਨਹੀਂ। ਮੈਂ ਰੋਹਬ ਨਾਲ ਕਿਹਾ, ਉਹ ਵੀ ਸਿੱਧੂ ਬਰਾੜ ਹਨ ਅਤੇ ਮੈਂ ਵੀ ਸਿੱਧੂ ਬਰਾੜਾਂ ਦੀ ਧੀ ਹਾਂ, ਇਸ ਲਈ ਉਹ ਮੇਰੇ ਭਰਾ ਹਨ। ਜਿਸ ਡਾਕੂ ਨੇ ਮੇਰੀ ਵੀਣੀ ਫੜੀ ਸੀ ਉਹਨੇ ਮੈਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾਇਆ ਅਤੇ ਕਹਿਣ ਲੱਗਾ, ਮਾਫ਼ ਕਰੀ ਮੇਰੀ ਭੈਣ, ਤੂੰ ਜਿੱਤ ਗਈ ਹੈ ਅਤੇ ਅਸੀਂ ਹਾਰ ਗਏ ਹਾਂ, ਅਸੀਂ ਦਿੱਤ ਸਿੰਘ ਅਤੇ ਮਿੱਤ ਸਿੰਘ ਹਾਂ। ਉਹ ਮੈਨੂੰ ਆਪ ਮੇਰੇ ਨਾਨਕਿਆਂ ਦੇ ਘਰ ਛੱਡ ਕੇ ਆਏ ਅਤੇ ਆਉਣ ਲੱਗਿਆਂ ਨੇ ਮੈਨੂੰ 500 ਰੁਪਏ ਦਿੱਤੇ। ਰੱਖੜੀਆਂ ਦੇ ਦਿਨ ਉਹ ਭੇਸ ਵਟਾ ਕੇ ਮੇਰੇ ਪਾਸ ਆਏ ਅਤੇ ਮੈਥੋਂ ਰੱਖੜੀਆਂ ਬਣਵਾ ਕੇ ਲੈ ਗਏ। ਜਿੰਨਾ ਚਿਰ ਉਹ ਜਿਉਂਦੇ ਰਹੇ ਮੈਨੂੰ ਆਪਣੀ ਛੋਟੀ ਭੈਣ ਜਾਣ ਕੇ ਮੇਰੇ ਨਾਲ ਮਿਲਦੇ ਵਰਤਦੇ ਰਹੇ। ਮੈਂ ਬੜੀ ਮਾਣ ਨਾਲ ਲੋਕਾਂ ਨੂੰ ਆਖਿਆ ਕਰਦੀ ਸੀ, ਮੈਂ ਦਿੱਤ ਸਿੰਘ ਅਤੇ ਮਿੱਤ ਸਿੰਘ ਡਾਕੂਆਂ ਦੀ ਭੈਣ ਹਾਂ। ਆਮ ਲੋਕ ਤਾਂ ਆਮ ਲੋਕ, ਪੁਲਿਸ ਵਾਲੇ ਵੀ ਮੈਥੋਂ ਡਰਦੇ ਸਨ ਕਿ ਮੈਂ ਡਾਕੂਆਂ ਦੀ ਭੈਣ ਹਾਂ। ਨੈਕਸਟ, ਇੱਕ ਰਿਆਸਤ ਦੇ ਰਾਜੇ ਦੀ ਰਾਣੀ ਮਰ ਗਈ। ਉਹਨਾਂ ਦੇ ਪਾਸ ਰਾਜੇ ਦੀ ਸਕੀ ਭਾਣਜੀ ਰਹਿੰਦੀ ਸੀ। ਅਜੇ ਰਾਣੀ ਨੂੰ ਮਰਿਆਂ 10 ਦਿਨ ਹੀ ਹੋਏ ਸਨ ਕਿ ਰਾਜੇ ਨੇ ਸਕੀ ਭਾਣਜੀ ਨਾਲ ਵਿਆਹ ਕਰਵਾ ਲਿਆ। ਰਾਜੇ ਦੀ ਭਾਣਜੀ ਮੇਰੀ ਕਲਾਸ ਫੈਲੋ ਸੀ, ਮੈਂ ਉਹਨੂੰ ਮਿਲਣ ਗਈ। ਮੈਂ ਗੁੱਸੇ ਨਾਲ ਭਰੀ ਪੀਤੀ ਸਾਂ। ਮੈਂ ਉਹ ਤੋਂ ਪੁੱਛਣਾ ਚਾਹੁੰਦੀ ਸਾਂ ਕਿ ਉਹਨੇ ਕਲੰਕ ਦਾ ਟਿੱਕਾ ਕਿਉਂ ਕੱਟਿਆ ਸੀ। ਨਵੀਂ ਬਣੀ ਰਾਣੀ ਮੈਨੂੰ ਕਹਿਣ ਲੱਗੀ, ਭੈਣ, ਮੈਂ ਸਾਰੀ ਦੁਨੀਆ 'ਤੇ ਨਜ਼ਰ ਮਾਰ ਵੇਖੀ, ਮੈਨੂੰ ਆਪਣੇ ਮਾਮਾ ਜੀ ਨਾਲੋਂ ਚੰਗਾ ਪਤੀ ਕਿਧਰੇ ਨਹੀਂ ਸੀ ਦਿਸਦਾ। ਨੈਕਸਟ, ਮੈਂ ਸਵੇਰੇ ਸਵੇਰੇ ਆਪਣੇ ਖੇਤ ਨੂੰ ਜਾ ਰਹੀ ਸੀ। ਮੇਰੇ ਅੱਗੇ ਅੱਗੇ ਸਾਡੇ ਪਿੰਡ ਦਾ ਭਾਈ ਜਪਜੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ ਸੀ। ਅਸੀਂ ਕਪਾਹ ਚੁਗਣੀ ਸੀ, ਮੈਂ ਹੌਲੀ ਹੌਲੀ ਭਾਈ ਦੇ ਮਗਰ ਤੁਰੀ ਗਈ। ਭਾਈ ਨੇ ਜਾਂਦੇ ਸਾਰ ਸਾਡੇ ਖੇਤ 'ਚੋਂ ਪੱਠੇ ਪੁੱਟਣੇ ਸ਼ੁਰੂ ਕਰਤੇ। ਮੈਂ ਭਾਈ ਨੂੰ ਕਿਹਾ, ਵੀਰ ਜੀ, ਤੁਸੀਂ ਹੁਣੇ ਹੁਣੇ ਤਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਉਂਦੇ ਸੋ, ਮੈਂ ਸਵੇਰੇ ਸਵੇਰੇ ਸਾਡੀ ਪੱਠਿਆਂ ਦੀ ਚੋਰੀ ਕਰਨ ਡਹਿ ਪਏ। ਭਾਈ ਕਹਿਣ ਲੱਗਾ, ਬੀਬਾ, ਪਸ਼ੂਆਂ ਨੇ ਤਾਂ ਪੱਠੇ ਖਾਣੇ ਨੇ, ਉਹਨਾਂ ਨੂੰ ਮੈਂ ਜਪਜੀ ਸਾਹਿਬ ਥੋੜ੍ਹਾ ਪਾ ਦੇਣਾ। ਨੈਕਸਟ, ਕ੍ਰਿਸਮਿਸ ਈਵ ਵਾਲੇ ਦਿਨ ਇੱਕ ਸਿਨੇਮੇ ਵਾਲਿਆਂ ਨੇ ਇੱਕ ਦਿਲਚਸਪ ਪ੍ਰੋਗਰਾਮ ਰੱਖਿਆ। ਉਹਨਾਂ ਨੇ ਐਲਾਨ ਕੀਤਾ ਕਿ ਸਾਡੀ ਤਲਾਸ਼ੀ ਲੈਣ ਦੇ ਬਾਵਜੂਦ ਜੇ ਕੋਈ ਆਦਮੀ ਸਿਨੇਮਾ ਹਾਲ 'ਚ ਸ਼ਰਾਬ ਦੀ ਬੋਤਲ ਲੈ ਆਉਣ 'ਚ ਕਾਮਯਾਬ ਹੋ ਗਿਆ, ਤੁਹਾਨੂੰ ਅਸੀਂ 1,000 ਰੁਪਏ ਇਨਾਮ ਦੇਵਾਂਗੇ। ਜਦੋਂ ਹਾਲ ਭਰ ਗਿਆ ਤਾਂ ਸਿਨੇਮੇ ਦੇ ਮੈਨੇਜਰ ਨੇ ਸਟੇਜ 'ਤੇ ਆ ਕੇ ਕਿਹਾ, ਕਿਉਂ, ਕੋਈ ਹੈ ਮਾਈ ਦਾ ਲਾਲ ਜੋ ਸ਼ਰਾਬ ਦੀ ਬੋਤਲ ਅੰਦਰ ਲਿਆ ਸਕਿਆ ਹੋਵੇ? ਇੱਕ ਪਾਦਰੀ ਸਾਹਿਬ ਸ਼ਾਹੀ ਤੁਰ ਤੁਰਦੇ ਸਟੇਜ 'ਤੇ ਆਏ, ਕਹਿਣ ਲੱਗੇ, ਦੋਸਤੋ, ਇਸ ਇਨਾਮ ਦਾ ਹੱਕਦਾਰ ਮੈਂ ਹਾਂ। ਇਹ ਕਹਿ ਕੇ ਉਹਨੇ ਆਪਣੀ ਦਾੜੀ ਉਤਾਂਹ ਚੁੱਕੀ ਅਤੇ ਉਹਦੇ ਥੱਲੇ ਗਲ ਨਾਲ ਬੱਧੀ ਸ਼ਰਾਬ ਦੀ ਬੋਤਲ ਸਾਰੇ ਹਾਲ ਨੂੰ ਵਿਖਾਈ। ਲੋਕ ਤਾੜੀਆਂ ਮਾਰ ਕੇ ਹੱਸੇ। ਪਾਦਰੀ ਸਾਹਿਬ ਕਹਿਣ ਲੱਗੇ, ਹਥਿਆਰ ਉਹ ਜੋ ਵੇਲੇ ਸਿਰ ਕੰਮ ਆਏ। ਸਾਰੀ ਜਨਤਾ ਫਿਰ ਹੱਸ ਪਈ। ਨੈਕਸਟ, ਪ੍ਰਕਾਸ਼ ਸਿੰਘ ਦੇ ਮੁੰਡੇ ਦੀ ਰੋਪਣਾ ਪੈ ਰਹੀ ਸੀ। ਲੋਕ ਇੱਕ ਇੱਕ ਰੁਪਿਆ ਸ਼ਗਨ ਵਜੋਂ ਦੇ ਕੇ ਵਹੀ 'ਤੇ ਆਪਣਾ ਨਾਮ ਲਿਖਵਾ ਰਹੇ ਸੀ। ਆਪਣਾ ਨਾਮ, ਪਿਤਾ ਦਾ ਨਾਮ ਅਤੇ ਪਤੀ ਜਾਂ ਮਹੱਲੇ ਦਾ ਨਾਮ ਲਿਖਿਆ ਜਾ ਰਿਹਾ ਸੀ। ਇੱਕ ਬੰਦੇ ਨੇ 100 ਰੁਪਏ ਦਾ ਨੋਟ ਦਿੱਤਾ ਅਤੇ ਮੁੜ ਕੇ ਆਪਣੀ ਥਾਂ 'ਤੇ ਆ ਬੈਠਾ। ਸਾਰੇ ਉਹਦਾ ਨਾਮ ਜਾਣਨ ਲਈ ਉਤਾਵਲੇ ਸਨ, ਪਰ ਉਹਨੇ ਆਪਣਾ ਨਾਮ ਦੱਸਣ ਜਾਂ ਲਿਖਵਾਉਣ ਤੋਂ ਸਾਫ਼ ਨਾ ਕਰਤਾ। ਉਹ ਮੇਰੇ ਪਾਸ ਬੈਠੇ ਇੱਕ ਹੋਰ ਬੰਦੇ ਨੂੰ ਕਹਿ ਰਿਹਾ ਸੀ, ਇਹਨਾਂ ਲੋਕਾਂ ਦਾ ਕਰੈਕਟਰ ਦੇਖੋ, 1-1 ਰੁਪਿਆ ਦੇ ਕੇ ਪਿਓ ਦਾਦੇ ਤੱਕ ਦਾ ਨਾਮ ਵਹੀ 'ਚ ਦਰਜ ਕਰਵਾ ਰਹੇ ਆ। ਅਸੀਂ ਬਗੈਰ ਨਾਮ ਪੁੱਛਿਆਂ ਲੱਖਾਂ ਦਾ ਮਾਲ ਬਗਾਨੇ ਪੁੱਤਾਂ ਪਾਸ ਰੱਖ ਜਾਂਦੇ ਹਾਂ।
ਤੇ ਇਮਾਨਦਾਰੀ ਨਾਲ ਸਮਗਲਿੰਗ 'ਚੋਂ ਆਪਣਾ ਹਿੱਸਾ ਰੱਖ ਕੇ ਅਗਲਾ ਮਾਲ ਜਿੱਥੇ ਅਸੀਂ ਕਹੀਏ ਆਪਣੀ ਜਾਨ 'ਤੇ ਖੇਡ ਕੇ ਪਹੁੰਚਾ ਦਿੰਦੇ ਹਨ। ਕਰੈਕਟਰ ਤਾਂ ਸਮਗਲਰਾਂ ਦਾ ਹੁੰਦਾ ਹੈ, ਇਹਨਾਂ ਰੁਪਈਏ ਰੁਪਈਏ ਵਾਲਿਆਂ ਦਾ ਕਿੱਥੇ ਹੁੰਦਾ, ਕਹਿ ਕੇ ਉੱਠ ਕੇ ਤੁਰ ਪਿਆ। ਨੈਕਸਟ, ਸ਼੍ਰੀਮਾਨ ਈਸ਼ਰ ਸਿੰਘ ਹੋਰਾਂ ਨੂੰ ਲੋਕ ਨਾਸਤਕ ਕਿਹਾ ਕਰਦੇ ਸਨ। ਕਈ ਰੱਬ ਦੇ ਭਗਤਾਂ ਉਹਨਾਂ ਨੂੰ ਗਾਲਾਂ ਤੱਕ ਕੱਢਣ ਤੱਕ ਜਾਇਆ ਕਰਦੇ ਸਨ। ਉਹ ਹੱਸ ਕੇ ਹਰ ਗੱਲ ਦਾ ਹਰ ਤਾਨਾ ਸੁਣ ਲਿਆ ਕਰਦੇ ਸੀ। ਮੈਂ ਉਹਨਾਂ ਨੂੰ ਮਿਲਣ ਗਈ। ਮੈਂ ਕਿਹਾ, ਬਾਬਾ ਜੀ ਮੈਨੂੰ ਕੋਈ ਸਿੱਖਿਆ ਬਖਸ਼ੋ। ਕਹਿਣ ਲੱਗੇ, ਬੀਬਾ ਮੇਰੀ ਤਾਂ ਇੱਕੋ ਸਿੱਖਿਆ ਕਿ ਕਦੇ ਕੋਈ ਐਸਾ ਕੰਮ ਨਾ ਕਰੋ ਜਿਹਦਾ ਨਤੀਜਾ ਦੱਸਣ ਲੱਗਿਆਂ ਸ਼ਰਮ ਆਏ। ਦੁਨੀਆਦਾਰ ਲੋਕ ਕਹਿੰਦੇ ਹਨ, ਆਨਿਆਂ ਦਾ ਖਿਆਲ ਰੱਖੋ, ਰੁਪਈਏ ਆਪਣੇ ਆਪਣਾ ਖਿਆਲ ਆਪ ਰੱਖਣਗੇ। ਇਸੇ ਤਰ੍ਹਾਂ ਆਪਣੇ ਕਰੈਕਟਰ ਦਾ ਖਿਆਲ ਰੱਖੋ, ਰੈਪੂਟੇਸ਼ਨ ਆਪਣਾ ਖਿਆਲ ਆਪ ਰੱਖੇਗੀ। ਮੈਂ ਅਜੇ ਬੈਠੀ ਸੀ ਕਿ ਉੱਥੇ ਮਹਾਸ਼ਾ ਰਤਨ ਚੰਦ ਦਾ ਪੋਤਰਾ ਆ ਗਿਆ। ਉਹ ਕੱਟੜਾਰੀਆ ਸਮਾਜੀ ਲੀਡਰ ਸੀ ਅਤੇ ਖੰਡਨ ਮੰਡਣ 'ਚ ਆਪਣਾ ਆਸਾਨੀ ਨਹੀਂ ਸੀ ਰੱਖਦਾ। ਸ਼੍ਰੀਮਾਨ ਈਸ਼ਰ ਸਿੰਘ ਜੀ ਨੇ ਉਹਨੂੰ ਆਪ ਬੁਲਾਇਆ ਸੀ। ਸ਼੍ਰੀਮਾਨ ਜੀ ਮੇਰੇ ਪਾਸ ਬੈਠਿਆਂ ਬੈਠਿਆਂ ਅੰਦਰ ਗਏ ਅਤੇ 10,000 ਰੁਪਏ ਦੀ ਥੈਲੀ ਚੁੱਕ ਲਈ। ਆ ਕੇ ਕਹਿਣ ਲੱਗੇ, ਦੁਰਗੇ ਬੇਟੇ ਤੇਰਾ ਬਾਬਾ ਅਤੇ ਮੈਂ ਜਮਾਤੀ ਸੀ, ਉਹਨੇ ਮਰਨ ਵੇਲੇ ਇਹ ਅਮਾਨਤ ਫੜਾਈ ਸੀ। ਮੈਂ ਚਾਹੁੰਦਾ ਸਾਂ ਇਹ ਪੈਸੇ ਤੇਰੇ ਪਿਤਾ ਜੀ ਨੂੰ ਦਿੰਦਾ, ਪਰ ਉਹ ਐਕਸੀਡੈਂਟ ਨਾਲ ਮਰ ਗਏ। ਹੁਣ ਮੈਨੂੰ ਆਪਣਾ ਪਤਾ ਨਹੀਂ, ਇਹ ਤੁਹਾਡੀ ਅਮਾਨਤ ਹੈ, ਇਹਨੂੰ ਲੈ ਜਾ। ਦੁਰਗਾਦਾਸ ਦੀਆਂ ਅੱਖਾਂ 'ਚ ਸ਼ੁਕਰਾਨੇ ਦੇ ਹੰਝੂ ਸਨ, ਸ਼੍ਰੀਮਾਨ ਜੀ ਦੀਆਂ ਅੱਖਾਂ 'ਚ ਅਮਾਨਤ ਅਦਾ ਹੋਣ ਦੀ ਮੁਸਕਰਾਹਟ ਸੀ, ਮੇਰੀਆਂ ਅੱਖਾਂ ਵਿੱਚ ਇੱਕ ਤੇਜ਼ ਰੋਸ਼ਨੀ ਸੀ। ਮੈਂ ਵੇਖ ਰਹੀ ਸਾਂ ਰੱਬ ਨੂੰ ਨਾ ਮੰਨਣ ਵਾਲੇ ਰੱਬ ਦੇ ਆਦਰਸ਼ਾਂ ਦੀ ਕਿਵੇਂ ਪਾਲਣਾ ਕਰਦੇ ਹਨ। ਨੈਕਸਟ, ਅਸੀਂ ਨਹਿਰ 'ਤੇ ਸੈਰ ਕਰਨ ਗਈਆਂ। ਇੱਕ ਸਾਧੂ ਨਹਿਰ 'ਚੋਂ ਬਾਹਰ ਬਾਹਰ ਇੱਕ ਠੂਹੇ ਨੂੰ ਕੱਢ ਰਿਹਾ ਸੀ ਅਤੇ ਠੂਹਾ ਜਦੋਂ ਬਾਹਰ ਆਉਂਦਾ ਸੀ ਸਾਧੂ ਦੇ ਹੱਥ 'ਤੇ ਡੰਗ ਮਾਰਦਾ ਸੀ। ਸਾਡੇ 'ਚੋਂ ਇੱਕ ਨੇ ਪੁੱਛਿਆ, ਬਾਬਾ ਜੀ ਤੁਸੀਂ ਠੂਹੇ ਨੂੰ ਬਚਾ ਕੇ ਕੀ ਲੈਣਾ ਜਦੋਂ ਉਹ ਹਰ ਵਾਰ ਤੁਹਾਡੇ ਹੀ ਹੱਥ 'ਤੇ ਡੰਗ ਮਾਰਦਾ? ਸਾਧੂ ਬਾਬਾ ਕਹਿਣ ਲੱਗਾ, ਪੁੱਤਰੀ ਇਹ ਆਪੋ ਆਪਣਾ ਸੁਭਾਅ ਹੈ, ਕਿਸੇ ਦਾ ਸੁਭਾਅ ਡੰਗ ਮਾਰਨਾ ਅਤੇ ਕਿਸੇ ਦਾ ਡੰਗ ਮਾਰਨ ਵਾਲੇ ਨੂੰ ਵੀ ਬਚਾਉਣਾ। ਨੈਕਸਟ, ਨਗੀਨਾ ਨਾਮ ਦੀ ਸਾਡੇ ਨਾਲ ਇੱਕ ਲੜਕੀ ਪੜ੍ਹਦੀ ਸੀ, ਉਹਨੂੰ ਮੇਰੇ ਨਾਲ ਬੜਾ ਪਿਆਰ ਸੀ। ਉਹ ਇੱਕ ਦਿਨ ਕਹਿਣ ਲੱਗੀ, ਭੈਣ ਜੀ ਮੇਰੀ ਦਾਦੀ ਲਖਨਊ ਦੀ ਇੱਕ ਪ੍ਰਸਿੱਧ ਪ੍ਰਾਸ ਸੀ, ਉਹਨੂੰ ਲੱਖਾਂ ਰੁਪਿਆਂ ਦੀ ਆਮਦਨ ਸੀ। ਉਹਨੂੰ ਆਪਣੀ ਹੁਸਨ, ਸੰਗੀਤ, ਡਾਂਸ ਅਤੇ ਚਾਹੁਣ ਵਾਲਿਆਂ ਕਰਕੇ ਹਉਮੈ ਹੋ ਗਈ। ਉਹਨੇ ਇੱਕ ਸਾਧੂ ਨੂੰ ਕਿਹਾ, ਬਾਬਾ ਤੇਰੀ ਦਾੜੀ ਸੋਹਣੀ ਕਿ ਮੇਰੇ ਕੁੱਤੇ ਦੀ ਪੂਛ? ਸਾਧੂ ਕਹਿਣ ਲੱਗਾ, ਬੀਬੀ ਅਜੇ ਮੈਂ ਕੀ ਕਹਿ ਸਕਦਾ, ਵਕਤ ਆਏਗਾ ਤਾਂ ਇਸ ਗੱਲ ਦਾ ਵੀ ਨਿਤਾਰਾ ਹੋ ਜਾਏਗਾ। ਆਖਿਰ ਇੱਕ ਦਿਨ ਸਾਧੂ ਵੱਲੋਂ ਸੁਨੇਹਾ ਆਇਆ, ਮੇਰੀ ਦਾਦੀ ਸਾਧੂ ਦੇ ਡੇਰੇ ਗਈ। ਸਾਧੂ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ। ਮੇਰੀ ਦਾਦੀ ਨੂੰ ਵੇਖ ਕੇ ਕਹਿਣ ਲੱਗਾ, ਨਰਤਕੀ ਅੱਜ ਮੈਂ ਮਰਨ ਲੱਗਾ, ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਹੈ। ਦਾਦੀ ਕਹਿਣ ਲੱਗੀ, ਇਹ ਗੱਲ ਤੂੰ ਪਹਿਲਾਂ ਕਿਉਂ ਨਾ ਕਹੀ? ਸਾਧੂ ਬੋਲਿਆ, ਪਹਿਲਾਂ ਹੀ ਕਿਵੇਂ ਕਹਿ ਸਕਦਾ ਸੀ? ਹੋ ਸਕਦਾ ਸੀ ਮੇਰੀ ਦਾੜੀ ਨੂੰ ਕੋਈ ਵੱਟਾ ਲੱਗ ਜਾਂਦਾ, ਉਸ ਹਾਲਤ ਵਿੱਚ ਤੇਰੇ ਕੁੱਤੇ ਦੀ ਪੂਛ ਮੇਰੀ ਦਾੜੀ ਨਾਲੋਂ ਚੰਗੀ ਸਾਬਤ ਹੋ ਜਾਣੀ ਸੀ। ਇਸ ਵਾਕਵੇ ਨੇ ਮੇਰੀ ਦਾਦੀ ਦੀ ਵਿਚਾਰਧਾਰਾ ਬਦਲ ਸੁੱਟੀ। ਲੋਕ ਉਸ ਪਾਸ ਵੀ ਆਪਣਾ ਕੰਮ ਗਲਤ ਕਰਨ ਆਉਣ ਲੱਗੇ। ਉਹ ਪਵਿੱਤਰਤਾ ਵੱਲ ਜਾਣਾ ਚਾਹੁੰਦੀ ਸੀ, ਪਰ ਮਾਜ਼ੀ ਉਹਦਾ ਖੇੜਾ ਨਹੀਂ ਸੀ ਛੱਡਦਾ। ਇੱਕ ਦਿਨ ਉਸ ਆਪਣੇ ਇੱਕ ਚਾਹੁਣ ਵਾਲੇ ਨੂੰ ਕਿਹਾ, ਨਵਾਬ ਸਾਹਿਬ ਤੁਸੀਂ ਆਪਣਾ ਕੰਮ ਗਲਤ ਕਰਨ ਲਈ ਸਾਡੇ ਚੁਬਾਰੇ ਚਾਹੁੰਦੇ ਹੋ? ਤੁਸੀਂ ਕੀ ਸਮਝਦੇ ਹੋ ਕਿ ਸਾਨੂੰ ਕੋਈ ਕੰਮ ਨਹੀਂ? ਦੱਸੋ ਅਸੀਂ ਆਪਣਾ ਕੰਮ ਗਲਤ ਕਰਨ ਲਈ ਕਿੱਥੇ ਜਾਈਏ? ਮੇਰੀ ਮਾਂ ਸਮਾਜ ਦੀ ਹਵਸ ਵਿਰੁੱਧ ਬਗਾਵਤ ਕਰਨਾ ਚਾਹੁੰਦੀ ਸੀ, ਪਰ ਉਹਦੀਆਂ ਬਾਹਾਂ ਕਮਜ਼ੋਰ ਸਨ। ਹਾਂ, ਉਹਦਾ ਦਿਲ ਮਜ਼ਬੂਤ ਸੀ। ਇੱਕ ਦਿਨ ਭੁੱਲਿਆ ਭਟਕਿਆ ਇੱਕ ਜ਼ਿਮੀਂਦਾਰ ਮੇਰੀ ਮਾਂ ਦਾ ਨਾਚ ਵੇਖਣ ਆਇਆ। ਉਹਨੇ ਆਉਂਦੇ ਸਾਰੇ ਨੋਟਾਂ ਦਾ ਇੱਕ ਥੱਬਾ ਮੇਰੀ ਮਾਂ ਅੱਗੇ ਸੁੱਟ ਦਿੱਤਾ। ਮਾਂ ਨੇ ਸਾਰੇ ਨੋਟ ਚੁੱਕ ਕੇ ਉਹਨੂੰ ਫੜਾਉਂਦਿਆਂ ਕਿਹਾ, ਹੁਣ ਮੇਰੀ ਨਮਾਜ਼ ਦਾ ਵਕਤ ਹੈ। ਇਸ ਗੱਲ ਦਾ ਉਸ ਜ਼ਿਮੀਂਦਾਰ 'ਤੇ ਐਸਾ ਅਸਰ ਪਿਆ ਕਿ ਉਹਨੇ ਮੇਰੀ ਮਾਂ ਨਾਲ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਉਸ ਸ਼ਾਦੀ ਪਿੱਛੋਂ ਮੇਰੀ ਮਾਂ ਨੂੰ ਇੱਕ ਇਨਸਾਨ ਦੀ ਮਿਹਰਬਾਨੀ ਸਦਕਾ ਹਜ਼ਾਰਾਂ ਇਨਸਾਨ ਅਖਵਾਉਣ ਵਾਲੇ ਦਰਿੰਦਿਆਂ ਹੱਥੋਂ ਛੁਟਕਾਰਾ ਮਿਲ ਗਿਆ। ਮੈਂ ਉਸ ਜ਼ਿਮੀਂਦਾਰ ਦੇ ਘਰ ਜਨਮ ਲਿਆ। ਮੈਂ 3 ਸਾਲਾਂ ਦੀ ਸਾਂ ਜਦੋਂ ਮੇਰੀ ਮਾਂ ਮਰ ਗਈ। ਮਰਨ ਲੱਗਿਆ ਉਸਨੇ ਮੇਰੇ ਅੱਬਾ ਨੂੰ ਕਿਹਾ, ਹਰ ਕਹਾਣੀ ਇੱਕ ਬੰਦੇ ਉਦਾਲੇ ਘੁੰਮਦੀ ਹੈ। ਹਰ ਬੰਦੇ ਪਿੱਛੇ ਉਹਦਾ ਕਬੀਲਾ ਹੁੰਦਾ, ਹਰ ਕਬੀਲੇ ਦਾ ਆਪਣਾ ਕਰੈਕਟਰ ਹੁੰਦਾ। ਹਾਲਾਤ, ਸਿੱਖਿਆ, ਮਿਹਨਤ, ਦ੍ਰਿੜਤਾ ਅਤੇ ਅੱਲਾ ਦੀ ਮਿਹਰ ਨਾਲ ਨੀਚ ਲੋਕ ਊਚ ਵੀ ਹੋ ਸਕਦੇ ਹਨ। ਇਸ ਲਈ ਗੰਦੀਆਂ ਨਾਲੀਆਂ ਵਿੱਚੋਂ ਵੀ ਡਿੱਗੇ ਹੋਏ ਹੀਰੇ ਲੱਭ ਸਕਦੇ ਹਨ, ਅਤੇ ਹੀਰਿਆਂ ਦੀਆਂ ਖਾਨਾਂ ਵਿੱਚ ਕਈ ਵਾਰ ਸਵਾਏ ਕੋਲਿਆਂ ਦੇ ਕੁਛ ਹੱਥ ਨਹੀਂ ਲੱਗਦਾ। ਮੇਰੀ ਧੀ ਨਿਰੀ ਮੇਰੀ ਧੀ ਨਹੀਂ ਹੈ, ਇਹ ਹੁਣ ਖਾਨਦਾਨ ਦੀ ਸ਼ਾਖ ਹੈ। ਇਹਨੂੰ ਇਸ ਤਰ੍ਹਾਂ ਦਾ ਜੀਵਨ ਬਖਸ਼ਣਾ ਕਿ ਆਪਣੇ ਨਾਨਕਿਆਂ ਦੇ ਸਾਰੇ ਧੋਣੇ ਧੋ ਸੁੱਟੇ। ਉਸ ਦਿਨ ਪਿੱਛੋਂ ਮੇਰੇ ਅੱਬਾ ਮੈਨੂੰ ਇਸ ਤਰ੍ਹਾਂ ਪਾਲਦੇ ਪੋਸਦੇ ਆਏ ਹਨ ਜਿਵੇਂ ਮੈਂ ਇੱਕ ਸ਼ਹਿਜ਼ਾਦੀ ਹੁੰਦੀ ਹਾਂ। ਪਰ ਭੈਣ ਜੀ ਪਤਾ ਨਹੀਂ ਕਿਉਂ ਡਾਕਟਰ ਬਣਦਿਆਂ ਬਣਦਿਆਂ ਕਦੀ ਕਦੀ ਮੇਰੇ ਪੈਰ ਘੁੰਗਰੂ ਬਣ ਕੇ ਨੱਚਣ ਲਈ ਉਤਾਵਲੇ ਹੋ ਜਾਂਦੇ ਹਨ।
ਨੈਕਸਟ ਮੇਰੇ ਵੀਰ ਨੇ ਇੱਕ ਕਹਾਣੀ ਲਿਖੀ। ਉਹਨਾਂ ਨੇ 5-7 ਸਰੋਤ ਬਿਠਾ ਕੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਹਨਾਂ ਨੇ ਸਰੋਤਿਆਂ 'ਚ ਇੱਕ ਪਠਾਣ ਵੀ ਬੈਠਾ ਸੀ। ਵੀਰ ਜੀ ਨੇ ਕਹਾਣੀ ਦਾ ਪਹਿਲਾ ਫਿਕਰਾ ਪੜ੍ਹਿਆ। ਰਾਤ ਦੇ ਸਮੇਂ ਇੱਕ ਵਪਾਰੀ 10,000 ਰੁਪਏ ਦੀ ਥੈਲੀ ਲੈ ਕੇ ਜੰਗਲ ਵਿੱਚੋਂ ਦੀ ਗੁਜ਼ਰ ਰਿਹਾ ਸੀ। ਇਹ ਫਿਕਰਾ ਸੁਣਦੇ ਸਾਰ ਪਠਾਣ ਧਾਂ ਮਾਰ ਕੇ ਰੋ ਗਿਆ। ਸਾਰੇ ਹੈਰਾਨ ਸਨ ਕਿ ਉਹਦਾ ਕੀ ਹੋ ਗਿਆ। ਅਜੇ ਕਹਾਣੀ 'ਚ ਨਾ ਕੋਈ ਦਰਦਨਾਕ ਸੀਨ ਸੀ ਅਤੇ ਨਾ ਹੀ ਕਿਸੇ ਦਾ ਦੁਖਾਂਤ ਦੱਸਿਆ ਗਿਆ ਸੀ। ਪਠਾਨ ਰੋਂਦਾ ਰੋਂਦਾ ਕਹਿ ਗਿਆ, ਖੋ ਉਸ ਵਕਤ ਹਮ ਜੰਗਲ ਮੇਂ ਕਿਉਂ ਮੌਜੂਦ ਨਾ ਥਾ, ਵਰਨਾ ਵਪਾਰੀ ਥੈਲੀ ਲੇਕਰ ਕੈਸੇ ਗੁਜ਼ਰ ਜਾਤਾ। ਨੈਕਸਟ ਇੱਕ ਕਸ਼ਮੀਰਨ ਸਹੇਲੀ ਲੁੱਟ ਦੇ ਦਿਨਾਂ ਦੀਆਂ ਗੱਲਾਂ ਕਰ ਰਹੀ ਸੀ। ਕਹਿਣ ਲੱਗੀ, ਪੁਲਿਸ ਵਾਲੇ ਇੱਕ ਹਾਥੋਂ ਨੂੰ ਥਾਣੇ ਫੜ ਕੇ ਲੈ ਗਏ, ਜਿਹਨੇ ਕਿਸੇ ਦੁਕਾਨ 'ਤੇ ਚੌਲਾਂ ਦੀ ਬੋਰੀ ਚੱਕੀ ਸੀ। ਹਾਥੋਂ ਕੁਝ ਚਿਰ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦਾ ਰਿਹਾ ਕਿ ਉਹਦੀ ਬੋਰੀ ਮੋੜ ਦਿੱਤੀ ਜਾਵੇ, ਪਰ ਉਹ ਨਾ ਮੰਨੇ। ਆਖਿਰ ਕਹਿਣ ਲੱਗਾ, ਜੇ ਬੋਰੀ ਨਹੀਂ ਦੇਣੀ ਤਾਂ ਨਾ ਦਿਓ, ਮੇਰੀ ਚੁਕਾਈ ਦੇ ਪੈਸੇ ਤਾਂ ਦੇ ਦਿਓ। ਨੈਕਸਟ ਮੇਰੀ ਭੂਆ ਦੇ ਲੜਕੇ ਦਾਰਾ ਸਿੰਘ ਨੂੰ ਘੋੜੇ ਰੱਖਣ ਦਾ ਸ਼ੌਕ ਸੀ। ਉਹਨੇ ਘੋੜਿਆਂ ਲਈ ਇੱਕ ਸਾਈਸ ਰੱਖਿਆ ਹੋਇਆ ਸੀ। ਕੁਝ ਸਮਾਂ ਪਾ ਕੇ ਦਾਰੇ ਨੇ ਘੋੜੇ ਵੇਚ ਦਿੱਤੇ, ਸਾਈਸ ਵੀ ਲਾ ਗਿਆ। ਉਹ ਇੱਕ ਹੋਰ ਸਰਦਾਰ ਸੁਦਾਗਰ ਸਿੰਘ ਦੇ ਘੋੜਿਆਂ 'ਤੇ ਜਾ ਨੌਕਰ ਹੋਇਆ। ਇੱਕ ਦਿਨ ਐਸਾ ਆਇਆ ਕਿ ਕਿਸੇ ਗੱਲ ਪਿੱਛੇ ਸੁਦਾਗਰ ਸਿੰਘ ਅਤੇ ਦਾਰਾ ਸਿੰਘ ਲੜ ਪਏ। ਦੋਹਾਂ ਦੀ ਮੁਕੱਦਮੇਬਾਜ਼ੀ ਸ਼ੁਰੂ ਹੋ ਗਈ। ਸੁਦਾਗਰ ਸਿੰਘ ਨੇ ਸਾਈਸ ਨੂੰ ਕਿਹਾ, ਤੂੰ ਦਾਰੇ ਕੋਲ ਨੌਕਰ ਰਿਹਾ ਹੈ, ਉਹਦੀਆਂ ਕਮਜ਼ੋਰੀਆਂ ਦੱਸ, ਹੋ ਸਕੇ ਤਾਂ ਅਦਾਲਤ ਵਿੱਚ ਦਾਰੇ ਵਿਰੁੱਧ ਗਵਾਹੀ ਦੇ। ਸਾਈਸ ਸੁਦਾਗਰ ਦੀਆਂ ਗੱਲਾਂ ਸੁਣ ਕੇ ਕਹਿਣ ਲੱਗਾ, ਸਾਹਿਬ ਹਮਾਰੇ ਤੋਂ ਵੋ ਵੀ ਮਾਲਿਕ ਹੈ, ਆਪ ਵੀ ਮਾਲਿਕ ਹੈ, ਆਪਣੇ ਝਗੜੋਂ ਮੇਂ ਹਮੇ ਕਾਹੇ ਕੋ ਘਸੀਟਦਾ ਹੈ। ਨੈਕਸਟ ਜਦੋਂ ਕੋਈ ਤੂਫਾਨ ਉੱਠਿਆ ਹੋਵੇ ਤਾਂ ਉਦੋਂ ਕੌਮਾਂ ਅਤੇ ਫਿਰਕਿਆਂ ਦਾ ਕਰੈਕਟਰ ਵੇਖਣ ਵਾਲਾ ਹੁੰਦਾ ਹੈ, ਤਾਇਆ ਜੀ ਨੇ ਦੱਸਿਆ। 1947 ਦੇ ਫਸਾਦਾਂ ਵੇਲੇ ਜਦੋਂ ਲੁੱਟ ਪਈ ਤਾਂ ਇੱਕ ਫਿਰਕੇ ਨੇ ਪਹਿਲ ਕੀਤੀ। ਇੱਕ ਉਸਨੇ ਦੂਜੇ ਫਿਰਕਿਆਂ ਨੂੰ ਉੱਥੇ ਮਾਰਿਆ ਜਿੱਥੇ ਦੂਜੇ ਫਿਰਕੇ ਘੱਟ ਗਿਣਤੀ 'ਚ ਸਨ। ਇੱਕ ਜੱਟ ਨੇ ਵੱਡਾ ਸਾਰਾ ਮੰਜਾ ਵੇਖ ਕੇ ਉਸ ਹੇਠਾਂ ਸਿਰ ਦੇ ਦਿੱਤਾ। 20 ਮੀਲ ਮੰਜਾ ਚੁੱਕੀ ਗਿਆ। ਘੜੀਆਂ, ਰੇਡੀਓ, ਗਹਿਣੇ ਅਤੇ ਰੁਪਿਆ ਪੈਸਾ ਉਹਨਾਂ ਲੋਕਾਂ ਨੇ ਲੁੱਟਿਆ ਸੀ ਜੋ ਸ਼ਹਿਰੀ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਸਨ। ਨੈਕਸਟ ਹਿੰਦੁਸਤਾਨ 'ਤੇ ਇੱਕ ਗੁਆਂਢੀ ਦੇਸ਼ ਨੇ ਹਮਲਾ ਕਰ ਦਿੱਤਾ। ਸਾਡਾ ਅਜੀਤ ਉਦੋਂ 14 ਸਾਲਾਂ ਦਾ ਸੀ। ਉਹ ਮਾਂ ਨੂੰ ਕਹਿਣ ਲੱਗਾ, ਮਾਂ ਜਿਹੜੀ ਪਿਤਾ ਜੀ ਦੀ ਤਲਵਾਰ ਸਾਂਭ ਕੇ ਰੱਖੇ ਪਈ ਹੈ ਮੈਨੂੰ ਦੇ ਦਿਓ। ਮਾਂ ਬੜੀ ਘਬਰਾਈ, ਕਹਿਣ ਲੱਗੀ, ਨਹੀਂ ਪੁੱਤ, ਤੂੰ ਅਜੇ ਜੰਗ 'ਚ ਜਾਣ ਜੋਗਾ ਨਹੀਂ। ਅਜੀਤ ਕਹਿਣ ਲੱਗਾ, ਮਾਂ ਜੀ ਭਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਕਿੱਡੇ ਕਿੱਡੇ ਸਨ ਜਦੋਂ ਉਹਨਾਂ ਨੂੰ ਜੰਗ 'ਚ ਜਾਣਾ ਪਿਆ ਸੀ। ਮਾਂ ਨਿਰੁੱਤਰ ਹੋ ਗਈ। ਅਜੀਤ ਆਪਣੇ ਆਪ ਨੂੰ 18 ਸਾਲਾਂ ਦਾ ਦੱਸ ਕੇ ਫੌਜ 'ਚ ਭਰਤੀ ਹੋ ਗਿਆ। ਨੈਕਸਟ ਸਿੱਖਾਂ ਦੀ ਐਜੂਟੇਸ਼ਨ ਚੱਲ ਰਹੀ ਸੀ। ਇੱਕ ਦੁੱਧ ਵੇਚਣ ਵਾਲੇ ਨੇ ਮੂੰਹ ਸਿਰ ਮਨਵਾਇਆ ਹੋਇਆ ਸੀ। ਉਹ ਹੋਰਨਾਂ ਗੱਲਾਂ ਵਿੱਚ ਵੀ ਕਰਹਿਤੀਆ ਸੀ। ਦੋਧੀ ਨੇ ਇੱਕ ਦਿਨ ਇੱਕ ਤਿਆਰ ਬਰ ਤਿਆਰ ਸਿੱਖ ਤੋਂ ਪੁੱਛਿਆ, ਭਾਈ ਜੀ ਕੋਈ ਪੰਥ ਦੀ ਖਬਰ ਦੱਸੋ। ਭਾਈ ਅੱਗੋਂ ਖਫਾ ਹੋ ਕੇ ਕਹਿਣ ਲੱਗਾ, ਭਲੇ ਮਾਨਸ, ਤੈਨੂੰ ਪੰਥ ਨਾਲ ਕੀ, ਤੂੰ ਆਪਣਾ ਹੁਲੀਆ ਤਾਂ ਵੇਖ। ਦੁੱਧ ਵਾਲਾ ਮੁਸਕਰਾ ਕੇ ਬੋਲਿਆ, ਵਾਹ ਭਾਈ ਜੀ ਵੱਡੇ ਗਿਆਨੀ ਬਣੇ ਫਿਰਦੇ ਹੋ। ਤੁਸੀਂ ਮੈਨੂੰ ਇਹ ਦੱਸੋ, ਜੇ ਗਾਂ ਦੀ ਪੂਛ ਮੁੰਨ ਦਿੱਤੀ ਜਾਵੇ ਤਾਂ ਕੀ ਉਹ ਖੋਤੀ ਬਣ ਜਾਂਦੀ ਹੈ ਜਾਂ ਦੁੱਧ ਘੱਟ ਜਾਂਦਾ ਹੈ? ਨੈਕਸਟ ਮੈਂ ਆਪਣੇ ਇੱਕ ਰਿਟਾਇਰਡ ਰਿਸ਼ਤੇਦਾਰ ਨੂੰ ਮਿਲਣ ਲਈ ਸ਼ਿਵਪੁਰੀ ਗਈ। ਮੈਂ ਵੇਖਿਆ ਹਜ਼ਾਰਾਂ ਲੋਕ ਉਹਨੂੰ ਮੱਥਾ ਟੇਕ ਰਹੇ ਸਨ। ਮੈਂ ਇਸ ਮਹਾਨਤਾ ਦਾ ਕਾਰਨ ਪੁੱਛਿਆ। ਕਰਨਲ ਸਾਹਿਬ ਕਹਿਣ ਲੱਗੇ, ਬੀਬਾ ਜਦੋਂ ਮੈਂ ਇਸ ਬਸਤੀ 'ਚ ਬਲਕਿ ਜੰਗਲ 'ਚ ਆਇਆ ਸਾਂ ਤਾਂ ਮੈਨੂੰ ਕੋਈ ਨਹੀਂ ਸੀ ਜਾਣਦਾ। ਲੋਕਾਂ ਨੂੰ ਹੌਲੀ ਹੌਲੀ ਅਹਿਸਾਸ ਹੋ ਗਿਆ ਕਿ ਮੇਰੇ ਪਾਸ ਹੋਰ ਭਾਵੇਂ ਕੁਝ ਨਹੀਂ ਪਰ ਕਰੈਕਟਰ ਹੈ। ਮੈਂ ਬਚਪਨ 'ਚ ਸੁਣਿਆ ਸੀ ਕਿ ਜੇ ਤੁਹਾਡਾ ਧਨ ਗੁਆਚਦਾ, ਕੁਝ ਨਹੀਂ ਗੁਆਚਦਾ, ਸਿਹਤ ਗੁਆਚਦੀ ਹੈ ਸਮਝੋ, ਥੋੜ੍ਹਾ ਕੁਝ ਗੁਆਚਦਾ, ਜੇ ਆਚਰਨ ਅਥਵਾ ਕਰੈਕਟਰ ਗੁਆਚਦਾ ਸਮਝੋ, ਸਭ ਕੁਝ ਗੁਆਚ ਗਿਆ। ਇਸ ਲਈ ਮੈਂ ਫੈਸਲਾ ਕਰ ਲਿਆ ਕਿ ਕਰੈਕਟਰ ਨਹੀਂ ਗੁਆਚਣ ਦੇਣਾ। ਮੇਰੇ 'ਤੇ ਕਿੰਨੀਆਂ ਹਨੇਰੀਆਂ ਆਈਆਂ, ਝੱਖੜ ਝੁੱਲੇ, ਕਈ ਵਾਰ ਲਾਲਸਾ ਨੇ ਵੀ ਜਾਗਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅਡੋਲ ਰਿਹਾ। ਅਜੇ ਲੋਕ ਲੱਖਾਂ ਦਾ ਮਾਲ ਮੇਰੇ ਪਾਸ ਇਸ ਤਰ੍ਹਾਂ ਰੱਖ ਜਾਂਦੇ ਹਨ ਜਿਵੇਂ ਇਹਨਾਂ ਦੀ ਪ੍ਰਤੀਤ ਦਾ ਬੈਂਕ ਹੁੰਦਾ। ਦਰਅਸਲ ਕਰੈਕਟਰ ਤੋਂ ਵੱਡਾ ਬੈਂਕ ਹੋਰ ਹੈ ਵੀ ਨਹੀਂ। ਮੈਂ ਜੋ ਕੁਝ ਕਹਿੰਦਾ ਇਹ ਮੰਨ ਲੈਂਦੇ ਹਨ। ਅਸੀਂ ਸੜਕਾਂ ਬਣਾਈਆਂ ਹਨ, ਸਕੂਲ ਬਣਾਏ ਹਨ, ਹਸਪਤਾਲ ਬਣਾਏ ਹਨ, ਇਹ ਸਭ ਕੁਝ ਕਰੈਕਟਰ ਦੀ ਬਰਕਤ ਸਮਝੋ। ਕਰੈਕਟਰ ਦੀ ਬੁਨਿਆਦੀ ਸ਼ਰਤ ਇਹ ਹੈ ਕਿ ਬੰਦਾ ਕਦੇ ਘਟੀਆ ਕੀਮਤਾਂ ਨਾਲ ਸਮਝੌਤਾ ਨਾ ਕਰੇ। ਰਾਜੇ ਤਾਂ ਹੋਰ ਵੀ ਬੜੇ ਹੋਏ ਹਨ ਪਰ ਲੋਕ ਹਰੀਸ਼ ਚੰਦਰ ਨੂੰ ਕਿਉਂ ਪੂਜਦੇ ਹਨ? ਇਸ ਲਈ ਕਿ ਉਹਨੇ ਹਨੇਰੀਆਂ ਸਾਹਮਣੇ ਆਪਣੇ ਕਰੈਕਟਰ ਦਾ ਦੀਵਾ ਬੁਝਣ ਨਹੀਂ ਦਿੱਤਾ। ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਵਾਲੀ ਹਾਲਤ ਵਿੱਚ ਕੀ ਮੁੱਲ ਹੈ ਕਿਸੇ ਦਾ? ਪੈਸੇ ਜਾਂ ਇਕੱਲੀ ਸੂਝਬੂਝ ਨਾਲ ਬੰਦਾ ਕਰੈਕਟਰ ਵਾਲਾ ਨਹੀਂ ਬਣਦਾ। ਸੂਝਬੂਝ ਨੂੰ ਇਖਲਾਕੀ ਪ੍ਰਧਾਨਤਾ ਨਾਲ ਜੋੜ ਦੇਣਾ ਚਾਹੀਦਾ।
मिठा बोलना बड़ी चंगी खूबी है, पर मिठा तां लूंबड़ी भी बोलदी है। मिठा होना चाहिए करैक्टर, मिठी होनी चाहिए नीयत, मिठा होना चाहिए जीवन। बादशाह नाल रह के अपने आप नूं बादशाह ना समझो, ना मलंगा नाल रह के मलंग। तुसी असल च उही हो कुछ हो जो तुहाड़ा करैक्टर है। पहाड़ बदल सकते हैं पर करैक्टर नहीं। साढ़े इलाके का एक प्रसिद्ध बदमाश कई बार कैद होया, परसों अदालत च पेश होया। अदालती पुछण लगा तेरा वकील कितने है? मुलजम कहन लगा साहब मैं ऐतकी जान के वकील नहीं किया, मैं ऐतकी सच बोलन दे इरादे नाल आया। अदालती ने बिना मुकदमा सुने उन्हें रिहा कर दिता। कल रात फिर उन्हें एक ऐसा वाकुआ किया कि पुछो ना। इसलिए मेरे बच्चे करैक्टर कोई मामूली चीज़ नहीं। सोहणे सोहणे लैक्चर देण नाल, कवितावां पढ़न नाल, किताबां लिखण नाल, वड्डे वड्डे रुतबिआं ते काबज हो जाण नाल करैक्टर हाई नहीं हो जाता। करैक्टर बनता है सीने विच आदर्श रख के तूफानां नाल खेडण नाल। करनल साहब बोलते गए पता नहीं मैं कदों सौ गई। जदों सवेरे उठी तां की वेखदी हाँ कि करनल साहब शीशे सामने खड़े अपने मुँह ते चपेड़ा मार मार कह रहे सन, मूर्खा तू अपने मन च इन्ना भी क्यों ना सोचिया कि लोग कुड़ी नूं वेख के पुछणगे ये तेरी की लगती है। जदों इखलाकी तौर पर तू उन्हूं धी समझदा है तां धी लगती है। एक होर चपेड़ मार के कहिंदे सुणिया धी धी हुंदी है, मैं सोचदी सां ये कैसा करैक्टर है। धन्यवाद। अगला लेख है खियानत। रात का समा चार चुफेरे चुप चांद वरती हुई है। एक अद खड़ उम्र का बंदा मंजे ते बीमार पिया, आसमान वाल तक के कहता है ठहर मेरी ये नींदे ठहर, बहुता नहीं बस इको पैर। पर अज तो नींद वाली कोई गल नहीं, अज तो मौत वाली ही गल सामने खड़ी है। जे मौत नूं कह लिया जाए ठहर मेरी ये मौते ठहर, बहुता नहीं बस इको पैर, तां कि मौत इन्नी भी बेनती नहीं मन सकेगी। जरूर मन सकती है, पैर अगों की ते पिछों की। राजधानी नूं जाण वाली बस चार मिनट रुक जाती है, कि मौत एक अद्धा पैर भी नहीं रुक सकती। जिंदगी दे तीन चार घंटे होर मिल जाण तां जांदे जांदे एक दो धंधे ही मुका देगी। ओ जिन्हें तड़फाया बहुता पर मनाया थोड़ा, एक बार तो उन्होंने जाते जाते गुड बाय कर लेंदे। कुछ कागज़ पत्र जो अगड़ पिछड़ खिंडे पिंडे सानू सामभ ले जाते, कुछ लैण देण वाले बारे वारसा चेतावनी कर दिती जाती। एक बार वो हसीन तोहफे भी फिर सीने नाल ला के वेख लेंदे जो कभी साड़ी सज्जनी ने सानू प्यार निशाने के तौर पर भेजे सन। जे तबीयत साथ दिंदी तां कुछ जांदी वारी तां खा पी दिया जांदा। जिंदगी भी रब ने की चीज़ बनाई है, जिन्ना चिर मुक नहीं जाती इहदियां हसरतां ते सदरां ठंडियां नहीं पैंदियां। इधर अज घड़ी पल तक लो चुक लो चुक लो होण वाली है, ते जिंदगी अजे अपनियां मनमानियां दा त्याग करन लई तैयार नहीं। किन्ना कुछ इस जिंदगी ने वेख्या इहदा कोई हिसाब नहीं। इन्हें वेखे बड़े रंग तमाशे, बड़े उतरा बड़े चढ़ा इन्हें वेखे, अजे इसका सबर अधूरा सी। कहण नूं लोग जिंदगी नूं एक सुपना भी कह देंदे हन, पर जिन्ना चिरे खत्म ना हो जाए ठोस असलीयत हुंदी है। अज जद जिंदगी मुक्कण ते आई है तो मेरा ख्याल मुड़ मुड़ पिछा वल जांदा है। जदों मैं अजे बचपन विच सां सब लई मैं एक खिडौना सां, सारे जने मेरे लई खिडावे सन। बचपन मुक्या मैं मुछ फुट जवान बन गया, ऐसी जवानी चढ़ी कि चार चुफेरे नेरियां झुल पईआं। हर गल जिस तरह आकड़ खड़ौना जिवें सारी दुनिया गभरू सामने हेठ हुंदी है। तैं ना मननी किसी दी, ईन ना मननी किसी दी। इस उम्र च मेरा मजहब इश्क सी, मेरी तस्बीह किसी महबूबा दे नां दा भजन सी। उहने रुस रुस जाणा असीं मना मना थकणा, फिर असीं रुस रुस बहिणा उहने तरले उत्ते तरला पाणा। सारी दुनिया एक भरिया मेला जापदी सी। जवानी दा सब तों वड्डा इनाम शादी दी शक्ल च मिलिया। वाह शादी भी किसी ने क्या ढंग लभ्या जिंदगी दियां बेकाबू धड़कणां नूं काबू करन दा। बड़ी रास आई मेरी है शादी। इस्तरी दी जिंदगी दी सब तों वड्डी लोड़ प्यार हुंदी है। जिस इस्तरी नूं जिंदगी च रजवां प्यार ना मिल सके उहदी हालत उस फुल वांग हो जांदी है जिहदे बूटे नूं लोड़ींदा पाणी ना मिलिया होवे। मैं अपनी इस्तरी नूं कदे प्यार दी घाट ना महसूस होण दित्ती। साडे लई हर दिन विसाखी हर रात दिवाली सी। शादी का नतीजा चार बच्चे हैं। सब तो वड्डे की उम्र 15 साल, सब तो छोटे की उम्र 3 साल। इन्हां बच्चों नूं भी मैं रज के लाड़ प्यार दिता, पर अज इन्हां नूं की पता है कि इन्हां दे सिर तो साया खत्म हो रहा है। जदों मेरे मरण की खबर मेरी पत्नी नूं पुजेगी तो जरूर गश खा के डिग पएगी, उहदे मूँह धार निकलेगी है वे मेरे सहुरे दिया जाया। आंढणा गुआंढणा नूं चुप कराउण दा यतन करनगियां, ओह होर जोर जोर नाल सिर पिटेगी।
ਪਿੱਟੇ ਵੀ ਕਿਉਂ ਨਾ ਵਿਚਾਰੀ ਦਾ ਹੱਕ ਜੋ ਹੋਇਆ। ਵਾਹ ਨਹੀਂ ਮੇਰੀ ਇਹ ਗੋਰੀ, ਤੂੰ ਕਿਆ ਕਰਦੀ ਸੀ? ਜੇ ਮੈਂ ਮਰ ਗਈ ਤਾਂ ਤੁਸੀਂ ਹੋਰ ਵਿਆਹ ਨਾ ਕਰਵਾਉਣਾ, ਨਹੀਂ ਤਾਂ ਬੱਚਿਆਂ ਦਾ ਬੁਰਾ ਹਾਲ ਹੋਏਗਾ। ਤੈਨੂੰ ਤਾਂ ਸੁੱਖ ਨਾਲ ਮਰਨ ਦਾ ਮੌਕਾ ਹੀ ਨਾ ਮਿਲਿਆ। ਇੱਧਰ ਸਾਡੀ ਵਾਰੀ ਪਹਿਲਾਂ ਆ ਗਈ, ਪਹਿਲਾਂ ਮੈਂ ਮਰਾਂ ਜਾਂ ਤੂੰ ਮਰੇ, ਬੀਮਾ ਕੰਪਨੀ ਵਾਲੇ ਤਾਂ ਦੋਵੇਂ ਹਾਲਤੀ ਘਾਟੇ ਵਿੱਚ ਹੀ ਰਹਿਣਗੇ। ਅਸੀਂ ਸਮਝਦੇ ਹਾਂ ਕਿ ਮਰਨ ਮਰਾਉਣ ਦਾ ਕੰਮ ਦੂਜਿਆਂ ਦਾ ਹੈ, ਸਾਡਾ ਨਹੀਂ। ਸਾਡਾ ਕੰਮ ਮਰਿਆ ਹੋਇਆਂ ਬਾਰੇ ਉਹਨਾਂ ਦੇ ਸੰਬੰਧੀਆਂ ਨਾਲ ਚੰਗੀ ਮੰਦੀ ਹਮਦਰਦੀ ਕਰ ਛੱਡਣ ਦਾ ਹੈ। ਮੌਤ ਵੱਲ ਅਜਿਹਾ ਰਵੱਈਆ ਰੱਖਦੇ ਹੋਏ ਅਸੀਂ ਹਮੇਸ਼ਾ ਮੌਤ ਤੋਂ ਬੇਪਰਵਾਹ ਰਹਿੰਦੇ ਹਾਂ। ਸਾਨੂੰ ਮੌਤ ਦਾ ਥੋੜ੍ਹਾ ਜਿਹਾ ਅਹਿਸਾਸ ਉਦੋਂ ਹੁੰਦਾ ਜਦੋਂ ਸਾਡੇ ਕਿਸੇ ਅੱਤ ਨੇੜੇ ਦੇ ਸੰਬੰਧੀ ਨੂੰ ਸਾਡੇ ਪਾਸੋਂ ਹਮੇਸ਼ਾ ਲਈ ਖੋਹ ਲੈ ਜਾਂਦੀ ਹੈ। ਸਭ ਤੋਂ ਵੱਧ ਮੌਤ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਸਾਡੇ ਆਪਣੇ ਸਿਰਹਾਣੇ ਆ ਖੜੀ ਹੁੰਦੀ ਹੈ, ਆਪਣੇ ਆਉਣ ਤੋਂ ਪਹਿਲਾਂ ਕਿਸੇ ਬਹਾਨੇ ਨੂੰ ਉਹ ਸਾਡੇ ਕੋਲ ਭੇਜਦੀ ਹੈ। ਮੇਰੀ ਬਗਲ 'ਚ ਨਿਕਲੀ ਹੋਈ ਪਲੇਗ ਦੀ ਗਿਲਟੀ ਇੱਕ ਬਹਾਨਾ ਹੀ ਤਾਂ ਹੈ। ਹੁਣ ਜਦੋਂ ਮੌਤ ਮੈਨੂੰ ਹਮੇਸ਼ਾ ਲਈ ਚੁੱਕ ਕੇ ਲੈ ਜਾਏਗੀ ਤਾਂ ਲੋਕਾਂ ਨੇ ਮੌਤ ਨੂੰ ਉਲਾਂਭਾ ਨਹੀਂ ਦੇਣਾ। ਉਹ ਕਹਿਣਗੇ ਕਿ ਮੈਂ ਪਲੇਗ ਕਰਕੇ ਮਰਿਆ। ਮੌਤ ਦਾ ਬਹਾਨਾ ਵੀ ਫਰੇਬ ਭਰਿਆ। ਪਲੇਗ ਨਾ ਨਿਕਲਦੀ ਤਾਂ ਕੁਝ ਹੋਰ ਹੋ ਜਾਣਾ ਸੀ, ਨਮੂਨੀਆ, ਹੈਜ਼ਾ, ਤਪਦਿਕ, ਮਲੇਰੀਆ, ਟਾਈਫਾਇਡ, ਸੈਂਡ ਫਲਾਈ, ਫੀਵਰ, ਕਿੰਨੇ ਹਥਿਆਰ ਹਨ ਮੌਤ ਦੇ। ਹੋਰ ਤਾਂ ਹੋਰ, ਮੌਤ ਹਾਰਟ ਫੇਲ ਕਰਨ ਦੇ ਬਹਾਨੇ ਵੀ ਬੰਦੇ ਨੂੰ ਠੱਗ ਲੈ ਜਾਂਦੀ ਹੈ। ਜੇ ਕੋਈ ਚਾਰਾ ਨਾ ਚੱਲਦਾ ਹੋਏ ਤਾਂ ਕੋਈ ਹਾਦਸਾ ਖੜ੍ਹਾ ਕਰ ਦਿੰਦੀ ਹੈ, ਭਰਾ ਨੂੰ ਭਰਾ ਨਾਲ ਲੜਾ ਦਿੰਦੀ ਹੈ। ਜੇ ਬਾਹਰੋਂ ਕੋਈ ਦਾਣਾ ਵੱਜਦਾ ਹੋਏ ਤਾਂ ਬੰਦੇ ਦੇ ਦਿਲੋਂ ਉਬਾਲ ਖੜ੍ਹਾ ਕਰ ਦਿੰਦੀ ਹੈ ਅਤੇ ਉਹ ਆਤਮਘਾਤ ਕਰਕੇ ਆਪਣਾ ਟੱਟੂ ਪਾਰ ਕਰ ਲੈਂਦਾ। ਵਾਹ ਨਹੀਂ ਮੌਤ ਰਾਣੀ ਹੈ, ਵਾਰੇ ਵਾਰੇ ਜਾਈਏ ਤੇਰੇ ਬਹਾਨਿਆਂ ਦੇ, ਅੱਜ ਤੈਨੂੰ ਮੈਂ ਲੱਭ ਪਿਆ, ਤੂੰ ਬਹਾਨਾ ਵੀ ਚੰਗਾ ਭੇਜਿਆ। ਕੁਝ ਲੋਕ ਤੇਰੀ ਬੜੀ ਉਸਤਤ ਕਰਦੇ ਆ, ਕਹਿੰਦੇ ਆ ਮੌਤ ਇੱਕ ਅਤਿਅੰਤ ਜ਼ਰੂਰੀ ਘਟਨਾ ਹੈ। ਮੌਤ ਦੁਨੀਆ 'ਚ ਰੋਗ ਖਤਮ ਕਰਨ ਵਾਲਾ ਇੱਕ ਸੁੰਦਰਤਾ ਦਾ ਫਰਿਸ਼ਤਾ ਹੈ। ਮੌਤ ਦੁਖੀਆਂ, ਬਿਮਾਰਾਂ ਅਤੇ ਜ਼ਿੰਦਗੀ ਤੋਂ ਮਾਯੂਸ ਹੋ ਚੁੱਕੇ ਲੋਕਾਂ ਦਾ ਸਹਾਰਾ ਹੈ। ਮੌਤ ਸ਼ਰਾਬ ਦਾ ਉਹ ਵਧੀਆ ਜਾਮ ਹੈ ਜਿਹਨੂੰ ਪੀਣ ਪਿੱਛੋਂ ਉਮਰਾਂ ਦੀਆਂ ਥਕਾਵਟਾਂ, ਗਮ, ਧੁੜਕੂ ਅਤੇ ਚਿੰਤਾਵਾਂ ਹਮੇਸ਼ਾ ਲਈ ਖਤਮ ਹੋ ਜਾਂਦੀਆਂ। ਮੌਤ ਇੱਕੋ ਮੁਟਿਆਰ ਰਕਾਸਾ ਹੈ ਜਿਹਦੇ ਪੈਰਾਂ ਦੇ ਘੁੰਗਰੂਆਂ ਦੀ ਛਣਕਾਰ ਵਿੱਚੋਂ ਮਹਿਬੂਬ ਦੇ ਮੇਲ ਦੀ ਤਾਂਘ ਪੈਦਾ ਹੁੰਦੀ ਹੈ। ਮੌਤ ਉਹ ਮਮਤਾ ਦਾ ਦਰਿਆ ਹੈ ਜੋ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਮੌਤ ਉਹ ਵਿਚੋਲਾ ਹੈ ਜੋ ਸਾਥੋਂ ਚਿਰੋਕਣੇ ਵਿਛੜੇ ਹੋਏ ਸੱਜਣਾਂ ਨਾਲ ਮਿਲਾਉਂਦਾ ਹੈ। ਮੌਤ ਦੀਆਂ ਕਾਲੀਆਂ ਜ਼ੁਲਫਾਂ 'ਚ ਲੱਖਾਂ ਜ਼ਿੰਦਗੀਆਂ ਦੇ ਖੇੜੇ ਛੁਪੇ ਹਨ। ਮੌਤ ਦੇ ਸੰਗੀਤ 'ਚ ਉਹ ਜਾਦੂ ਹੁੰਦਾ ਜੋ ਸਾਨੂੰ ਬ੍ਰਹਿਮੰਡ ਦੀਆਂ ਲੁਕੀਆਂ ਹਕੀਕਤਾਂ ਵੱਲ ਲੈ ਟੁਰਦਾ ਹੈ। ਪਤਾ ਨਹੀਂ ਕਿੰਨਾ ਕੁਝ ਹੋਰ ਮੌਤ ਦੀ ਸ਼ਾਨ 'ਚ ਕਿਹਾ ਜਾਂਦਾ, ਪਰ ਮੱਲੋ ਮੱਲੀ ਆ ਰਹੀ ਹੈ ਮੌਤੇ। ਮੈਂ ਇਹਨਾਂ ਵਿੱਚੋਂ ਕਿਸੇ ਸੁਨਹਿਰੀ ਸੁਪਨੇ ਨੂੰ ਸੱਚਿਆਂ ਮੰਨਣ ਲਈ ਤਿਆਰ ਨਹੀਂ ਹਾਂ। ਮੈਂ ਤਾਂ ਇੱਕੋ ਗੱਲ ਸਮਝਦਾ ਕਿ ਤੂੰ ਇਸ ਵਸਦੇ ਰਸਦੇ ਜੱਗ ਵਿੱਚ ਉਜਾੜ ਕੇ ਬੰਦੇ ਨੂੰ ਹਮੇਸ਼ਾ ਖਤਮ ਕਰਨ ਵਾਲੀ ਭਾਵੀ ਹੈ। ਤੂੰ ਨਾ ਕੇਵਲ ਸ਼ਕਤੀਸ਼ਾਲੀ ਹੈ ਸਗੋਂ ਅਟਲ ਵੀ ਹੈ। ਤੂੰ ਜਿਹਦੇ ਪਿੱਛੇ ਪੰਜੇ ਝਾੜ ਕੇ ਪੈ ਜਾਏ ਉਹਨੂੰ ਛੱਡਦੀ ਨਹੀਂ। ਕੁਝ ਧਰਵਾਸ ਬਣਾਉਣ ਵਾਲੇ ਸੱਜਣੇ ਵੀ ਕਹਿੰਦੇ ਸੁਣੇ ਗਏ ਆ ਕਿ ਮੌਤ ਪਿੱਛੋਂ ਬੰਦਾ ਆਪਣੇ ਕਰਮਾਂ ਅਨੁਸਾਰ ਨਰਕ ਜਾਂ ਸੁਰਗ 'ਚ ਪਹੁੰਚ ਜਾਂਦਾ। ਪਰ ਤੂੰ ਹੀ ਦੱਸ ਰਾਣੀ ਹੈ ਕਿ ਕੀ ਇਹ ਗੱਲ ਸੱਚ ਨਹੀਂ ਕਿ ਇਹ ਜੱਗ ਮਿੱਠਾ ਅਤੇ ਅਗਲਾ ਕਿਹਨੇ ਡਿੱਠਾ? ਘੱਟੋ ਘੱਟ ਮੈਨੂੰ ਤਾਂ ਇਹ ਜੱਗ ਚੰਗਾ ਲੱਗਦਾ ਰਿਹਾ। ਅੱਜ ਜਦੋਂ ਤੂੰ ਮੇਰੇ ਸਿਰ 'ਤੇ ਆ ਖੜੀ ਹੈ ਤਾਂ ਮੈਨੂੰ ਗੁਜ਼ਰੇ ਬੀਤੇ ਸਮੇਂ ਦੀ ਇੱਕ ਇੱਕ ਗੱਲ ਯਾਦ ਆ ਰਹੀ ਹੈ ਕਿ ਇਹ ਹੁਣ ਸਾਰੀਆਂ ਯਾਦਾਂ ਇਸੇ ਦੁਨੀਆ 'ਚ ਛੱਡਣੀਆਂ ਪੈਣੀਆਂ। ਬੜੀ ਅਜੀਬ ਘਟਨਾ ਹੋਏਗੀ। ਹੋਰ ਕੁਝ ਸਾਲਾਂ ਤੱਕ ਦੁਨੀਆ ਇਹ ਗੱਲ ਵੀ ਭੁੱਲ ਜਾਏਗੀ ਕਿ ਅਸੀਂ ਕੁਝ ਹੁੰਦੇ ਸਾਂ। ਕੀ ਚੰਗਾ ਹੁੰਦਾ ਉਸ ਨੀਲੇ ਅੰਬਰ ਵਾਲੇ ਰੱਬ ਦਾ ਵੀ ਭਜਨ ਕਰ ਲਿਆ ਹੁੰਦਾ। ਪਰ ਕੀ ਪਤਾ ਅਸੀਂ ਤੁਹਾਡੀ ਛੇਤੀ ਆ ਖੜੋਏਂਗੇ, ਖਬਰੇ ਪਾਠ ਪੂਜਾ ਕਰਕੇ ਅੱਗੋਂ ਸਵਰਗਾਂ 'ਚ ਵਾਸਾ ਹੋ ਜਾਂਦਾ। ਚਲੋ ਨਰਕ ਵੀ ਕੋਈ ਮਾੜੀ ਥਾਂ ਨਹੀਂ, ਬਹੁਤੀ ਦੁਨੀਆ ਨਰਕਾਂ 'ਚ ਹੀ ਵਸਦੀ ਹੋਏਗੀ। ਆ ਕਾਗਜ਼ ਕੀ ਹੈ ਕਿਹਾ ਇਹ ਮੇਰੇ ਸਾਹਮਣੇ ਕੌਣ ਰੱਖ ਗਿਆ? ਹੈ ਇਹ ਤਾਂ ਡਾਕਟਰ ਦੀ ਪਰਚੀ ਹੈ, ਵੇਖਾ ਤਾਂ ਸੀ ਕੀ ਤਸ਼ਖੀਸ਼ ਕੀਤੀ ਸੀ ਵੱਡੇ ਸਿਆਣੇ ਨੇ। ਹੈ ਇਹ ਕੀ ਬਗਲ 'ਚ ਸਿਰਫ ਵਾਲ ਤੋੜ ਹੋਇਆ? ਬੇਤਹਾਸ਼ਾ ਹੱਸਦਾ, ਵਾਲ ਤੋੜ, ਬਸ ਵਾਲ ਤੋੜ, ਮੈਂ ਸਮਝਿਆ ਪਲੇਗ ਦੀ ਗਿਲਟੀ ਹੋ ਗਈ। ਫਿਰ ਹੱਸਦਾ, ਬਸ ਇੰਨੀ ਗੱਲ ਪਿੱਛੇ ਮੌਤ ਵਿਖਾਲੀ ਦੇਣ ਲੱਗ ਪਈ ਸੀ। ਹਾਹ ਹਾਹ ਹਾਹ, ਵਾਹ ਨਹੀਂ ਮੋਤੀ, ਤੂੰ ਤਾਂ ਸਾਡਾ ਅਪ੍ਰੈਲ ਫੂਲ ਹੀ ਬਣਾਉਣ ਲੱਗੀ ਸੈਂ। ਮਾਫ਼ ਕਰਨਾ, ਮੈਂ ਅੱਜ ਨਹੀਂ ਤੇਰੇ ਨਾਲ ਜਾ ਸਕਦਾ। ਮੈਂ ਸਮਝਿਆ ਤੂੰ ਪਲੇਗ ਦੀ ਗਿਲਟੀ ਦਾ ਬਹਾਨਾ ਲੈ ਕੇ ਆ ਰਹੀ ਹੈ, ਇਹ ਤਾਂ ਵਾਲ ਤੋੜ ਹੀ ਨਿਕਲਿਆ। ਅਖੇ ਤੈਨੂੰ ਆ ਜਾਏ ਕਿਸੇ ਦੀ ਆਈ, ਲਓ ਅੱਜ ਕਿਸੇ ਹੋਰ ਦੀ ਆਈ, ਸਾਨੂੰ ਆ ਚੱਲੀ ਸੀ। ਡੀਅਰ ਮੌਤ ਰਾਣੀ ਜੀ, ਸਾਨੂੰ ਮਾਫ਼ ਕਰੋ, ਕਿਸੇ ਹੋਰ ਦਾ ਬੋਰੀਆ ਬਿਸਤਰਾ ਜਾ ਕੇ ਬਣਾਓ। ਬੜੇ ਬਚੇ ਬਈ, ਅੱਜ ਦੇ ਬਚੇ 100 ਵਾਰ ਬਚਾਂਗੇ। ਥੈਂਕ ਯੂ ਡੀਅਰ ਮੈਡਮ ਡੈਥ, ਥੈਂਕ ਯੂ ਡੀਅਰ ਡਾਕਟਰ, ਐਂਡ ਥੈਂਕ ਯੂ ਡੀਅਰ ਵਾਲ ਤੋੜ। ਧੰਨਵਾਦ।